ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਜਦੋਂ ਬਾਈ ਦੀ ਆਪਦੀ ਫਿਲਮ ਹੁੰਦੀ ਹੈ ਉਦੋਂ ਹਜੇ ਇਹਨਾਂ ਨੇ ਸੂਲੀ ਤੇ ਟੰਗਦੇ ਵੀ ਜਦੋਂ ਥੋੜਾ ਕੁਛ ਕਰਦੇ ਹੁੰਦੇ ਆ ਨਾ ਵੀ ਵਾਰਨਿੰਗ ਜਿਲ੍ਹਾ ਸੰਗਰੂਰ ਵੀ ਕੀਤਾ ਕਹਿੰਦੇ ਆ ਸੂਲੀ ਤੇ ਟੰਗ ਦਿੰਦੇ ਵੀ ਬਸ ਚੱਲ ਪੋ ਗਿਆ ਬਿੱਛੂ ਜਾ ਬਿਠਾ ਦਾਂਗੇ। ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਮੀਨੀਆ ਤੇ ਮੈਂ ਵਰੁਣ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਅਕਸਰ ਸੁਣਿਆ ਕਿ ਕ੍ਰਿਮੀਨਲਸ ਕਿਸੇ ਨਾ ਕਿਸੇ ਚੀਜ਼ ਦੇ ਭੁੱਖੇ ਹੁੰਦੇ ਤੇ ਮੇਰੇ ਨਾਲ ਜਿਹੜੇ ਕ੍ਰਿਮੀਨਲਸ ਬੈਠੇ ਨੇ ਇਹ ਚੰਗੇ ਕੰਟੈਂਟ ਦੇ ਭੁੱਖੇ ਨੇ ਤੇ ਇਹਨਾਂ ਦੀ ਭੁੱਖ ਇੰਨੀ ਕੁ ਵੱਧ ਗਈ ਹੈ ਕਿ ਹੁਣ ਬੈਕ ਟੂ ਬੈਕ ਇਹਨਾਂ ਦੇ ਪ੍ਰੋਜੈਕਟਸ ਆਪਾਂ ਦੇਖ ਰਹੇ ਹਾਂ ਤੇ ਆਓ ਫਿਰ ਇਹਨਾਂ ਦਾ ਸਵਾਗਤ ਕਰਦੇ ਪੰਜਾਬੀ ਮੀਨੀਆ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੂਰਾ ਭਾਜੀ ਕਹਿੰਦੇ ਕਿ ਬਣਾ ਕੇ ਰੱਖਣੀ ਚਾਹੀਦੀ ਅੱਗੇ ਲੋੜ ਪੈ ਜਾਂਦੀ ਹੁੰਦੀ ਹੈ। ਮਾਸਟਰ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਤੇ ਅਰਜੁਨ ਭਾਜੀ। ਸਭ ਤੋਂ ਪਹਿਲਾਂ ਤਾਂ ਕੁਡੋਸ ਟੂ ਯੂ ਆਲ ਗਾਈਜ਼, ਤੁਸੀਂ ਮਤਲਬ ਜਿਹੜਾ ਟ੍ਰੇਲਰ ਲਾਂਚ ਕੀਤਾ ਜਦੋਂ ਉਸ ਤੋਂ ਬਾਅਦ ਲੋਕਾਂ ਦੇ ਕਮੈਂਟ ਆਏ, ਮਤਲਬ ਮੈਨੂੰ ਨਹੀਂ ਲੱਗਦਾ ਕਿ ਕਿਸੇ ਰਿਵਿਊ ਦੀ ਲੋੜ ਸੀਗੀ ਜਾਂ ਕਿਸੇ ਚੀਜ਼ ਦੀ ਹੋਰ ਲੋੜ ਸੀਗੀ, ਮਤਲਬ ਤੁਹਾਡੇ ਰਿਐਕਸ਼ਨ ਕੀ ਸੀਗੇ ਐਂਡ ਕਿੱਥੇ ਬੈਠੇ ਹੋਏ ਸੀਗੇ ਜਦੋਂ ਇਹ ਦੇਖਿਆ ਸੀਗਾ? ਮੈਂ ਘਰ ਸੀਗਾ ਵੀਰੇ, ਫਲੈਟ 'ਚ ਸੀਗਾ ਅਤੇ ਜਦੋਂ ਸ਼ੇਅਰ ਹੋਇਆ ਆਇਆ ਟ੍ਰੇਲਰ, ਪਹਿਲਾਂ ਤਾਂ ਤੁਸੀਂ ਸ਼ੇਅਰਿੰਗ 'ਤੇ ਲੱਗੇ ਰਹਿੰਦੇ ਹੋ ਆਪਸ ਵਿੱਚ ਵੀ ਇੱਧਰ ਭੇਜ ਉੱਧਰ ਭੇਜ ਇੱਧਰ ਪਾ ਇੱਧਰ ਪਾ ਉਹ ਹੋਇਆ ਅਤੇ ਜਿਉਂ ਜਿਉਂ ਟਾਈਮ ਲੰਘਦਾ ਗਿਆ ਜਦੋਂ ਸ਼ੇਅਰ ਹੁੰਦਾ ਸੀਗਾ, ਇੱਕ ਹੁੰਦਾ ਸ਼ੇਅਰ ਵੀ ਸਾਡੇ ਜਿਹੜੇ ਮਿੱਤਰ ਪਿਆਰੇ ਹੁੰਦੇ ਜਿਹੜੇ ਆਮ ਉਹ ਕਰਦੇ, ਇੱਕ ਜੇ ਹੁੰਦੇ ਆ ਜਿਹੜੇ ਤੁਹਾਨੂੰ ਜਾਣਦੇ ਨਹੀਂ ਹੁੰਦੇ ਨਾ, ਜਦੋਂ ਦੋ ਸ਼ਬਦ ਆਪਦੇ ਕੋਲੋਂ ਬਣਾ ਕੇ ਲਿਖਦੇ ਆ ਕੁਛ ਵੀ, ਚਾਹੇ ਕਹਿੰਦੇ ਵੀ ਸਿਰਾ ਬਾਈ ਹੋਏ ਹਨਾ ਜਾਂ ਐਂ ਜਾਂ ਕੁਛ ਵੀ, ਇਹਦਾ ਮਤਲਬ ਕਿ ਉਹਨਾਂ 'ਤੇ ਉਹ ਚੀਜ਼ ਨੇ ਅਸਰ ਕੀਤਾ ਔਰ ਉਹ ਅਸਰ ਕੀਤਾ ਤਾਂ ਉਹਨੂੰ ਸ਼ੇਅਰ ਕਰਨ ਲਈ ਮਜਬੂਰ ਹੋ ਗਏ, ਜਾਂ ਜਿਹਨਾਂ ਨੇ ਕਮੈਂਟ ਕੀਤੇ ਨੇ ਜਿਹੜੇ ਯੂਟਿਊਬ 'ਤੇ ਆ ਕੇ ਲਿਖ ਰਹੇ ਨੇ ਸਾਡੀਆਂ ਪੋਸਟਾਂ 'ਚ ਕਰ ਰਹੇ ਨੇ ਵੀ ਵੀਰੇ ਸਿਰਾ ਲੱਗ ਗਿਆ ਹਨਾ ਇੱਦਾਂ ਉੱਦਾਂ, ਤਾਂ ਇਹ ਬਸ ਇੱਕ ਖੁਸ਼ਕਿਸਮਤੀ ਹੈ ਵੀ ਸਾਡੀ ਝੋਲੀ ਇੰਨਾ ਸੋਹਣਾ ਪ੍ਰੋਜੈਕਟ ਪਿਆ, ਸਾਨੂੰ ਉਹਨਾਂ ਵਿੱਚ ਇੰਨੇ ਸੋਹਣੇ ਕਿਰਦਾਰ ਕਰਨ ਨੂੰ ਮਿਲੇ, ਬਹੁਤ ਖੁਸ਼ੀ। ਧੀਰਜ ਭਾਜੀ ਪਹਿਲੀ ਵਾਰੀ ਕ੍ਰਿਮੀਨਲ ਨਾ ਬਣ ਕੇ ਖੁਸ਼ ਆ, ਉਹਨਾਂ ਨੂੰ ਆਪਣੇ ਕ੍ਰਸ਼ ਦੇ ਨਾਲ ਕੰਮ ਕਰਨ ਦਾ ਮੌਕਾ ਮਿਲ ਗਿਆ। ਮੈਨੂੰ ਸਮਝ ਨਹੀਂ ਆ ਰਿਹਾ ਸੀਗਾ ਟ੍ਰੇਲਰ ਦੇਖ ਕੇ ਕਿ ਨੀਰੂ ਮੈਮ ਨੇ ਉਮਰ ਘਟਾ ਲਈ ਜਾਂ ਤੁਸੀਂ ਆਪਣੀ ਉਮਰ ਉਸ ਹਿਸਾਬ ਨਾਲ ਕਰ ਲਈ, ਵੀ ਚੱਲ ਕੀ ਰਿਹਾ ਸੀ ਦੋਨਾਂ ਦੀ ਕੈਮਿਸਟਰੀ ਬਿਲਕੁਲ ਇੱਦਾਂ ਨਹੀਂ ਲੱਗ ਰਹੀ ਸੀ ਵੀ ਮੇਡ ਫੋਰ ਈਚ ਅਦਰ ਟਾਈਪ। ਦੇਖੋ ਨੀਰੂ ਮੈਮ ਨੂੰ ਤਾਂ ਜੇ ਆਪਾਂ ਕਹਿ ਦਈਏ ਕਿ ਉਹਨਾਂ ਦੀ ਉਮਰ ਜ਼ਿਆਦਾ, ਇਹ ਤਾਂ ਇੱਕ ਤੋਹੀਨ ਹੀ ਆ ਬਿਲਕੁਲ, ਪਾਪ ਦੇ ਭਾਗੀ। ਤੇ ਮੈਨੂੰ ਥੋੜਾ ਜਿਹਾ ਇਹ ਸੀ ਕਿ ਹਾਂ ਵੀ ਜੇ ਇੰਨੇ ਬਹੁਤ ਸੀਨੀਅਰ ਆਰਟਿਸਟ ਨੇ, ਜੇ ਤੁਸੀਂ ਉਹਨਾਂ ਦੇ ਨਾਲ ਜਦੋਂ ਪਰਫੋਰਮ ਕਰ ਰਹੇ ਹੋ ਤਾਂ ਤੁਹਾਨੂੰ ਬਹੁਤ ਜਿਵੇਂ ਕਿ ਕੰਮ ਕਰਕੇ ਹੋਮਵਰਕ ਕਰਕੇ ਤੁਸੀਂ ਉਸ ਚੀਜ਼ ਨੂੰ, ਕਿਉਂਕਿ ਆਡੀਅੰਸ ਨੂੰ ਉਸ ਚੀਜ਼ ਇਹ ਨਾ ਲੱਗੇ ਕਿ ਇਹ ਇੱਕ ਮਿਸਮੈਚ ਆ, ਮਿਸਮੈਚ ਨਾ ਲੱਗੇ, ਉਹ ਲੱਗੇ ਕਿ ਹਾਂ ਇੱਕ ਪਰਫੈਕਟ ਆ। ਤਾਂ ਨੀਰੂ ਮੈਮ ਨੇ ਵੀ ਜਦੋਂ ਲਾਸਟ ਡੇ ਸ਼ੂਟ ਖਤਮ ਹੋਇਆ ਸੀ ਤਾਂ ਉਹਨਾਂ ਨੇ ਇੱਕ ਬਹੁਤ ਖੂਬਸੂਰਤ ਗੱਲ ਕਹੀ ਕਿ ਮੇਰੇ ਕਰੀਅਰ ਵਿੱਚ ਹੁਣ ਤੱਕ ਤੂੰ ਮੇਰਾ ਸਭ ਤੋਂ ਅੱਛਾ ਕੋ ਆਰਟਿਸਟ ਆ, ਤੇ ਬਹੁਤ ਵਧੀਆ ਗੱਲ ਲੱਗੀ। ਕਹਿੰਦੀ ਵੀ ਮੈਂ ਚਾਹੂੰਗੀ ਕਿ ਮੈਂ ਅੱਗੇ ਵੀ ਤੇਰੇ ਨਾਲ ਫਿਲਮਾਂ ਕਰਾਂ, ਤਾਂ ਉਹ ਚੀਜ਼ ਮੇਰੇ ਲਈ ਸੀ ਕਿ ਹਾਂ ਵੀ ਜੇ ਉਹਨਾਂ ਨੂੰ ਇਹ ਚੀਜ਼ ਵਧੀਆ ਲੱਗੀ ਤਾਂ ਵੀ ਉਹ ਚੀਜ਼ ਵਾਕਈ 'ਚ ਹੀ ਵਧੀਆ ਹੋਊਗੀ, ਕਿਉਂਕਿ ਪ੍ਰਿੰਸ ਵੀਰਾ ਜਾਂ ਬੋਲੀ ਅਸੀਂ ਪਹਿਲਾਂ ਹੀ ਕੰਮ ਕਰ ਇਸ ਤਾਂ ਇਹ ਹੁੰਦੇ ਹਾਂ ਵੀ ਡਾਇਰੈਕਟ ਜੇ ਹੁੰਦੇ ਹਾਂ ਵੀ ਕਹਿਤਾ ਵੀ ਵੀਰੇ ਐਂ ਕਰ ਦਿਓ ਕਰ ਦਿਓ ਚੀਜ਼, ਪਰ ਉਹਨਾਂ ਨਾਲ ਬਹੁਤ ਅੱਛਾ ਐਕਸਪੀਰੀਅੰਸ। ਅੱਛਾ ਜਵਾਬ ਸੱਚਾ ਦੱਸਿਓ ਕਿ ਜਦੋਂ ਪਹਿਲੀ ਵਾਰੀ ਪਹਿਲਾ ਸੀਨ ਕੀਤਾ ਜਾਂ ਫਿਰ ਕੋਈ ਸੀਨ ਸੀਗਾ ਥੋੜੀ ਜਿਹੀ ਕੰਪਨੀ ਜੀ ਜਾਂ ਨਰਵਸਨੈਸ? ਉਸ ਤੋਂ ਪਹਿਲਾਂ ਫੋਟੋ ਸ਼ੂਟ ਹੋਇਆ ਸੀ ਜਿਹੜਾ ਘਰ ਦੇ ਵਿੱਚ ਲੱਗਣੀ ਸੀ,
ਤਾਂ ਉਦੋਂ ਥੋੜਾ ਜਿਹਾ ਐ ਸੀ ਵੀ ਮੈਂ ਮਜਿਆਈ ਨਹੀਂ ਸੀ ਕਿਉਂਕਿ ਮੈਂ ਉਹਨਾਂ ਨੂੰ ਉਸ ਤੋਂ ਪਹਿਲਾਂ ਕਦੇ ਮਿਲਿਆ ਨਹੀਂ ਸੀ ਕਦੇ ਵੀ ਉਹਨਾਂ ਨੂੰ ਹਮੇਸ਼ਾ ਟੀਵੀ ਤੇ ਵੇਖਿਆ ਤਾਂ ਉਹ ਮੈਨੂੰ ਲੱਗੀ ਗਿਆ ਜਦੋਂ ਮੈਂ ਹੱਥ ਮਿਲਾਇਆ ਤੇ ਮੈਂ ਕਿਹਾ ਮੈਮ ਧੀਰਜ ਕਹਿੰਦੀ ਪਤਾ ਮੈਨੂੰ ਉਹ ਸ਼ਬਦ ਜਿਹੜਾ ਮੈਂ ਕਹਿੰਦਾ ਪਤਾ ਮੈਨੂੰ ਉਹਨੇ ਮੈਨੂੰ ਇੰਨਾ ਨੋਰਮਲ ਕਰਤਾ ਫਿਰ ਉਹ ਜਦੋਂ ਫੋਟੋ ਸ਼ੂਟ ਹੋਣ ਲੱਗਿਆ ਮੈਨੂੰ ਥੋੜਾ ਜਿਹਾ ਲੱਗਿਆ ਵੀ ਆਪਾਂ ਫਿਰ ਉਹ ਕਹਿੰਦੇ ਕਿ ਰਿਲੈਕਸ ਵੀ ਆਪਾਂ ਇੱਕ ਕਰੈਕਟਰ ਪਰਫੋਰਮ ਕਰ ਰਹੇ ਹਾਂ ਵੀ ਕੋਈ ਚੱਕਰ ਨਹੀਂ ਫਿਰ ਫੋਟੋ ਸ਼ੂਟ ਗੱਲਾਂ ਕਰਦੇ ਸਕ੍ਰਿਪਟ ਦੀਆਂ ਗੱਲਾਂ ਕਰਦੇ ਉਹ ਫਿਰ ਸਹਿਜ ਹੋ ਗਏ ਫਿਰ ਉਹ ਢਲ ਗਿਆ ਕਰੈਕਟਰ ਇਹੀ ਖਾਸ ਗੱਲ ਹੁੰਦੀ ਹੈ ਪੰਜਾਬੀ ਇੰਡਸਟਰੀ ਦੀ ਛੇਤੀ ਤੋਂ ਛੇਤੀ ਕੰਫਰਟ ਲੈਵਲ ਦੇ ਦਿੰਦੇ ਇੱਕ ਦਾ ਇੱਕ ਦੂਜੇ ਨੂੰ ਹਨਾ ਮਾਹੌਲ ਹੀ ਇੱਦਾਂ ਦਾ ਹੁੰਦਾ ਤੇ ਤੁਹਾਡੇ ਤਾਂ ਕਿਆ ਕਹਿੰਦੇ ਜਨਾਬ ਮੀਮਸ ਦੇ ਵਿੱਚ ਵੀ ਤੁਸੀਂ ਵਾਇਰਲ ਮੀਮਸ ਤੁਹਾਡੇ ਤੱਕ ਪਹੁੰਚਦੇ ਆ ਜਦੋਂ ਦੇਖਦੇ ਹੋ ਤੁਸੀਂ ਇੰਸਟਾਗ੍ਰਾਮ ਤੇ ਜਿਹੜੇ ਫਨੀ ਜਿਹੜੇ ਡਾਇਲੋਗ ਸੀਰੀਅਸ ਹੁੰਦੇ ਆ ਲੇਕਿਨ ਉਹਨਾਂ ਦੇ ਉੱਤੇ ਫਨੀ ਕੈਪਸ਼ਨ ਵੀ ਜਦੋਂ ਤੁਹਾਡੇ ਪਾਪਾ ਗੋਆ ਨਹੀਂ ਜਾਣ ਦਿੰਦੇ ਤੇ ਉਹਦੇ ਥੱਲੇ ਤੁਹਾਡਾ ਡਾਇਲੋਗ ਲਾ ਦਿੰਦੇ ਏਦਾਂ ਦੇ ਪਹੁੰਚਦੇ ਤੁਹਾਡੇ ਕਈ ਏਦਾਂ ਦੇ ਵੀ ਹੁੰਦੇ ਨਾ ਵੀ ਜਿਹ ਚ ਬੰਦ ਰਹਿੰਦੇ ਐਂਡ ਮਤਲਬ ਇੱਥੋਂ ਹੀ ਪਤਾ ਚੱਲਦਾ ਕਿ ਕੰਟੈਂਟ ਵਾਇਰਲ ਹੋ ਰਿਹਾ ਤੇ ਮੇਰੇ ਕੋਲ ਆਹ ਜ਼ਰੂਰ ਪਹੁੰਚੇ ਸੀ ਜਦੋਂ ਆ ਬੂਟਾਂ ਤੋਂ ਪਹਿਲਾਂ ਨਹੀਂ ਚੱਲਦਾ ਸੀ ਵੀ ਪੰਮਾ ਕਹਿੰਦਾ ਤੂੰ ਐ ਨਹੀਂ ਕੀਤਾ ਨਹੀਂ ਕੀਤਾ ਉਹ ਜਿਹੜੇ ਲੀਡਰਾਂ ਤੇ ਲੱਗਦੇ ਸੀ ਉਹ ਜ਼ਰੂਰ ਮੇਰੇ ਕੋਲ ਪਹੁੰਚ ਜਾਂਦੇ ਸੀ ਦੇਖ ਕੇ ਮਜ਼ਾ ਆਉਂਦਾ ਸੀਗਾ ਨਹੀਂ ਨਹੀਂ ਮਜ਼ਾ ਕੀ ਡਰ ਲੱਗਦਾ ਸੀਗਾ ਵੀ ਅਸੀਂ ਤੇ ਕਰਾਇਆ ਸਾਡੀ ਬੂਟਾਂ ਹੀ ਲੈ ਕੇ ਹੁਣ ਆਜ਼ਾਦ ਕਰਾ ਦੇ ਕਿ ਐਵੇਂ ਭਗਤ ਬੰਦੇ ਆ ਜੀ ਸਾਡੇ ਤੇ ਐਵੇਂ ਬਿਨਾਂ ਗੱਲੋਂ ਹੀ ਕੋਈ ਕਿਹਦਾ ਹੀ ਅੱਤਾ ਵੀ ਹੁੰਦਾ ਨਾ ਬੰਦਾ ਥੋੜੀ ਦੇਰ ਬਾਅਦ ਇੱਕ ਵੀਡੀਓ ਪਾਉਣ ਨੂੰ ਸੋਚਦਾ ਕਿ ਦੇਖੋ ਜੀ ਇਹ ਸਾਰਾ ਕਿਰਦਾਰ ਆਪਾਂ ਪਲੇ ਕਰਦੇ ਆ ਅਸਲ 'ਚ ਸਾਡੀ ਜ਼ਿੰਦਗੀ 'ਚ ਇੱਦਾਂ ਦਾ ਕੁਛ ਨਹੀਂ ਅਸੀਂ ਹਸਮੁੱਖ ਬੰਦੇ ਨਹੀਂ ਉਹ ਤਾਂ ਸਾਰਿਆਂ ਨੂੰ ਪਤਾ ਨਹੀਂ ਤਾਂ ਕਦੇ ਹੋਈ ਨਹੀਂ ਸਾਰਿਆਂ ਨੂੰ ਪਤਾ ਵੀ ਹੈ ਕਿਉਂਕਿ ਲੋਕਾਂ 'ਚੋਂ ਹੀ ਆਏ ਹਾਂ ਅਸੀਂ ਕਿਹੜਾ ਅਸਮਾਨ ਤੋਂ ਉੱਤਰੇ ਹਾਂ ਗਲੀ ਮਹੱਲਿਆਂ 'ਚ ਉਹਨਾਂ 'ਚੋਂ ਹੀ ਉੱਠ ਕੇ ਆਏ ਔਰ ਸ਼ਾਇਦ ਇਹੀ ਕਾਰਨ ਹੈ ਲੋਕਾਂ ਨੇ ਤੁਹਾਨੂੰ ਉਸੇ ਤਰੀਕੇ ਨਾਲ ਐਕਸੈਪਟ ਕੀਤਾ ਕਿਉਂਕਿ ਲੋਕਾਂ ਦੀਆਂ ਗੱਲਾਂ ਹੀ ਲੋਕਾਂ ਤੱਕ ਸੁਣਾਈ ਜਾ ਰਹੀਆਂ ਨੇ ਜੇ ਆਪਾਂ ਡਾਇਲੋਗਸ ਦੀ ਗੱਲ ਕਰੀਏ ਐਂਡ ਬੜੇ ਵਧੀਆ ਲੱਗਦਾ ਕਿ ਜਦੋਂ ਫਿਲਮਾਂ ਦੇ ਵਿੱਚੋਂ ਡਾਇਲੋਗਸ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਇਹਦੇ ਉੱਤੇ ਖਾਸ ਗੌਰ ਕੀਤਾ ਸੀਗਾ ਕਿ ਡਾਇਲੋਗਸ ਜਿਹੜੇ ਲੋਕਾਂ ਦੇ ਡਾਇਲੋਗਸ ਉਹਨਾਂ ਨੂੰ ਹੀ ਸੁਣਨ ਨੂੰ ਮਿਲ ਰਹੇ ਹਨ ਉਹ ਵੀ ਚੀਜ਼ ਉਹ ਐਕਸੈਪਟ ਕਰ ਰਹੇ ਮੈਂ ਗੱਲ ਕਰਨਾ ਚਾਹਾਂਗਾ ਇਸ ਪੋਸਟਰ ਦੀ ਕਿਉਂਕਿ ਮੈਂ ਐਕਚੁਅਲ 'ਚ ਜ਼ੂਮ ਕਰਕੇ ਪੋਸਟਰ ਨੂੰ 3-4 ਵਾਰੀ ਦੇਖਿਆ ਤੁਹਾਡੇ ਸਾਰਿਆਂ ਦੇ ਮੇਕਅਪ ਦੇ ਉੱਤੇ ਇੱਦਾਂ ਲੱਗ ਰਿਹਾ ਵੀ ਘੱਟੋ ਘੱਟ ਕੁਛ ਘੰਟੇ ਲਾਏ ਆ ਉਸ ਤੋਂ ਬਾਅਦ ਕੰਮ ਕੀਤਾ ਗਿਆ ਇਹਦੇ ਬਾਰੇ ਮੈਂ ਕਹਾਣੀ ਸੁਣਨਾ ਚਾਹਾਂਗਾ ਬਿਲਕੁਲ ਮੇਕਅਪ ਤੇ ਅਲਪੇਸ਼ ਸੀਗਾ ਅਲਪੇਸ਼ ਹਾਂ ਹਾਂ ਅਲਪੇਸ਼ ਉਹ ਬੰਦੇ ਨੂੰ ਮੰਨਣਾ ਹੀ ਪਊਗਾ ਅਲਪੇਸ਼ ਦੇ ਕੰਮ ਕਮਾਲ ਦਾ ਕਾਰੀ ਹੈ ਬਹੁਤ ਜੀ ਔਰ ਇਮਾਨਦਾਰ ਬਹੁਤ ਆ ਕੰਮ ਦੇ ਜੀ ਸਾਨੂੰ ਦੁਨੀਆ ਭਰ ਦੇ ਮੇਕਅਪ ਵਾਲੇ ਟੱਕਰਦੇ ਆ ਸਾਰੇ ਜਣੇ ਅਸੀਂ ਦੇਖਦੇ ਕਰਦੇ ਹਾਂ ਕਈ ਸਾਡੇ ਨਹੀਂ ਹੁੰਦੇ ਦੂਜਿਆਂ ਦੇ ਹੁੰਦੇ ਹਨਾ ਪਰ ਅਸੀਂ ਵੇਖਦੇ ਤਾਂ ਰਹਿੰਦੇ ਹਾਂ ਪਰ ਵੀ ਅਲਪੇਸ਼ ਵਰਗਾ ਮੈਂ ਕਮਾਲ ਉਹਦੇ ਜਿੰਨਾ ਵੀ ਇਮਾਨਦਾਰੀ ਨਾਲ ਕੰਮ ਕਰਨ ਵਾਲਾ ਆਪਾਂ ਨੂੰ ਦੇਖਿਆ ਕੋਈ ਇੱਧਰ ਦੀ ਨਹੀਂ ਕੋਈ ਉੱਧਰ ਦੀ ਨਹੀਂ ਕੰਮ ਬਸ ਆਪਣੇ ਕੰਮ ਤੇ ਫੋਕਸਡ ਬਹੁਤ ਘੈਂਟ ਐਂਡ ਮਤਲਬ ਆਪਣੇ ਆਪ ਨੂੰ ਜਦੋਂ ਤੁਸੀਂ ਦੇਖਦੇ ਸੀਗੇ ਮਤਲਬ ਪਹਿਲਾਂ ਉਹ ਸਾਹਮਣੇ ਖੜੋਤਾ ਹੈ ਤੁਹਾਡਾ ਮੇਕਅਪ ਕਰ ਰਿਹਾ ਉਹ ਸਾਈਡ ਤੇ ਹਟਦਾ ਸਾਹਮਣੇ ਤੁਹਾਡੇ ਸ਼ੀਸ਼ਾ ਆਉਂਦਾ ਐਂਡ ਤੁਸੀਂ ਆਪਣੀ ਲੁੱਕ ਨੂੰ ਦੇਖਦੇ ਹੋ ਪਹਿਲੀ ਵਾਰੀ ਜਦੋਂ ਲੁੱਕ ਦੇਖਣ ਨੂੰ ਮਿਲੀ ਸੀਗੀ ਪਹਿਲੀ ਵਾਰੀ ਤਾਂ ਲੁੱਕ ਟੈਸਟ ਹੋਇਆ ਸੀਗਾ ਅੱਛਾ ਆਪਣਾ ਇੱਧਰ ਹੰਬਲ ਆਫਿਸ ਤਾਂ ਆਇਸ ਤਾਂ ਉਹ ਕਰਨ ਲੱਗ ਗਿਆ ਕਹਿੰਦਾ ਬਾਈ ਇੱਦਾਂ ਦਾ ਕੁਛ ਹੋਊਗਾ ਵਰਿੰਦਰ ਨੇ ਇੱਕ ਕੋਈ ਫੋਟੋ ਸੀਗੀ ਹੋਰ ਤਰ੍ਹਾਂ ਦੀ ਥੋੜ੍ਹੀ ਉਹ ਇੱਦਾਂ ਦੀ ਤੇ ਅਲਪੇਸ਼ ਨੂੰ ਕਹਿੰਦੇ ਵੀ ਇੱਦਾਂ ਦਾ ਕੁਛ ਆਉਂਦਾ ਵੀ ਸੇਮ ਨਹੀਂ ਚਾਹੀਦਾ ਵੀ ਸਾਨੂੰ ਵੀ ਸਟਰਕਚਰ ਇਹ ਚਾਹੀਦਾ ਇਹਦਾ ਫੇਸ ਦਾ ਸਾਰਾ ਪਹਿਲੀ ਵਾਰੀ ਮੇਰਾ ਐਕਸਪੀਰੀਅੰਸ ਹੋਇਆ ਬਾਈ ਉਹ ਪਹਿਲਾਂ ਇੱਕ ਗੂੰਜੀ ਲਾਉਂਦਾ ਥੋੜੀ ਮੱਚਦੀ ਹੈ ਫੇਰ ਉਹ ਠੰਡੀ ਜੀ ਹੋ ਕੇ ਐ ਜੇ ਪੱਟਾਂ ਜੇ ਲਾ ਮਹਾਂ ਤੂੰ ਮੇਰਾ ਹੁਣ ਆ ਵੀ ਹਨਾ ਇਹਨੂੰ ਚੱਕ ਦੇ ਤੇ ਚਲੋ ਉਹਨੇ ਬਣਾਇਆ ਤੇ ਜਦੋਂ ਉਹਨੇ ਫਾਈਨਲ ਸ਼ੇਡ ਦੇ ਦਿੱਤੀ ਸਾਰਾ ਜੀ ਉਹ ਸਾਡਾ ਫੋਟੋ ਉੜਿਆ ਮੈਨੂੰ ਮਤਲਬ ਦੇਖ ਕੇ ਵੀ ਆਪ ਨੂੰ ਵੀ ਲੱਗਿਆ ਨਾ ਜੋ ਸ਼ੀਸ਼ੇ ਦੇਖਿਆ ਮਹਰ ਵੀ ਬਹੁਤ ਖਤਰਨਾਕ ਹੈ ਤਾਂ ਉਦੋਂ ਬਾਅਦ ਚ ਉਹ ਸੀਗਾ ਕਿਤੇ ਜਦੋਂ ਸ਼ੂਟ ਹੋਇਆ ਬਾਈ ਸਟਾਰਟ ਉਹ ਸਮਾਨ ਸਮੂਨ ਲੈਣ ਚੱਲ ਗਿਆ ਬਾਜ਼ਾਰ ਕਿਤੇ
ਮਾੜਾ ਮੋਟਾ ਨਾਲ ਲਾ ਕੇ ਆਪਣੇ ਚਿਰਕੁੱਟ ਨੂੰ ਕਿਸੇ ਨੂੰ ਜਾਓ ਗੁੱਡ ਲਾ ਕੇ ਮਾਰ ਮਾਰੂ ਮੈਨੂੰ ਫੋਟੋ ਯਾਰ ਕੁਛ ਹੋਰ ਬਣਾਇਆ ਤੂੰ ਤੂੰ ਕੱਲੀ ਨੇ ਲਿਖੇ ਚੁੱਕੇ ਰੁਪੇਸ਼ ਨੂੰ ਫੋਟੋ ਮੈਂ ਅਗਰਿੰਦਰ ਨੂੰ ਭੇਜੀ ਮਗਰ ਮੈਂ ਏਦਾਂ ਨੀ ਕਹਿੰਦਾ ਵੀ ਤਰਤਾ ਵੀ ਪੈ ਕਰ ਮੇਰੇ ਕੋਲ ਤਾਂ ਡੰਡਾ ਨੀ ਮਗਰ ਇਹਦਾ ਤਾਂ ਕੁਛ ਵੀ ਨੀ ਤਾਂ ਪੂਛ ਜੀ ਬਣਾ ਦੀ ਮੂੰਹ ਤਾਂ ਬਣਾਇਆ ਨੀ ਪਿੱਛੇ ਦਾ ਤੇ ਉਹ ਸੀ ਫਿਰ ਰੁਪੇਸ਼ ਆਇਆ ਵੀਰੇ ਉਹਨੇ ਕਿਹਾ ਕੀ ਹੈ ਜੀ ਇਹ ਕ੍ਰੈਡਿਟ ਮਿਲ ਰਿਹਾ ਉਸ ਇਨਸਾਨ ਨੂੰ ਜਿਹਨੇ ਕੀਤਾ ਅਲਪੇਸ਼ ਵੀਰੇ ਥੈਂਕ ਯੂ ਸੋ ਮਚ ਕਿਉਂਕਿ ਐਕਚੁਅਲ ਚ ਜਿਹੜੇ ਤੁਹਾਡੇ ਕਿਰਦਾਰ ਆ ਪੂਰੇ ਨਿਖਰ ਕੇ ਆ ਰਹੇ ਨੇ ਟ੍ਰੇਲਰ ਵਿੱਚ ਹਨਾ ਤੇ ਜੇ ਮੈਂ ਤੁਹਾਡੀ ਗੱਲ ਕਰਾਂ ਤਾਂ ਤੁਹਾਨੂੰ ਦੇਖ ਕੇ ਐਵੇਂ ਲੱਗਦਾ ਕਿ ਚਾਰ ਪੰਜ ਮੁੰਡਿਆਂ ਨੇ ਨਾ ਵੈਸੇ ਇੱਕ ਕੋਰਸ ਦੇ ਵਿੱਚ ਐਡਮਿਸ਼ਨ ਲੈ ਲਈ ਸੀਗੀ ਲੇਕਿਨ ਉਸ ਤੋਂ ਬਾਅਦ ਜਦੋਂ ਯਾਰ ਦੋਸਤ ਇਕੱਠੇ ਹੋਏ ਮਿਲ ਕੇ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਤੇ ਪਲੇਸਮੈਂਟਾਂ ਸਾਰਿਆਂ ਦੀਆਂ ਵਧੀਆਂ ਹੋ ਗਈ ਇੱਕ ਕੰਪਨੀ ਦੇ ਵਿੱਚ ਆ ਗਏ ਤੇ ਉਹਨੂੰ ਵਧੀਆ ਵਧੀਆ ਕੰਮ ਕਰਕੇ ਦੇ ਰਹੇ ਮੈਨੂੰ ਉਹ ਕਾਪੀ ਚਾਹੀਦੀ ਹੈ ਜਿਹਦੇ ਤੇ ਤੁਸੀਂ 50-60 ਫਿਲਮਾਂ ਆਲਰੇਡੀ ਲਿਖੀਆਂ ਹੋਈਆਂ ਜਿਹਦੇ ਤੇ ਤੁਹਾਡੇ ਕਰੈਕਟਰ ਆਲਰੇਡੀ ਡਿਫਾਈਨਡ ਹੈ ਇਦਾਂ ਦਾ ਹੋ ਗਿਆ ਮਟੀਰੀਅਲ ਤਿਆਰ ਉਸਤਾਦ ਬੈਠੇ ਆ ਡਿਪਟੀ ਭਾਈ ਕਹਿੰਦੇ ਰੈਡੀ ਰਹੋ ਬਸ ਗਿਣਤੀ ਤਾਂ ਕਰਨੀ ਨਹੀਂ ਕਹਿੰਦੇ ਬਾਈ ਨੇ ਕੋਈ ਫਿਲਮ ਸੀ ਤੇ ਫਿਲਮ ਫੜੀ ਤੇ ਬਾਹਰ ਦੀ ਫਿਲਮ ਪੈਸੇ ਪੂਸੇ ਵਧੀਆ ਸੀਗੇ ਤੇ ਮੈਂ ਵੈਸੇ ਹੀ ਗੱਲ ਕਰਤੀ ਮੈਂ ਕਿਹਾ ਬਈ ਕਹਿੰਦੇ ਗੱਲ ਸੁਣੋ ਤੁਸੀਂ ਆਫਿਸ 'ਚ ਜਾਂਦੇ ਬਹਿੰਦੇ ਹਾਂ ਮੈਂ ਕਿਹਾ ਵੀ ਹਾਂ ਕਹਿੰਦੇ ਬਲੈਕ ਕੌਫੀ ਦੀ ਚੱਕੀ ਆਉਣੇ ਫੱਟੇ ਤੁਹਾਡੇ ਖਰਚੇ ਨਹੀਂ ਇਹਦੇ ਨੇ ਨਾਲੇ ਕਹਿੰਦੇ ਮੇਰੇ ਨਿਕਲ ਜਾਂਦੇ ਆ ਔਰ ਦੂਜੀ ਗੱਲ ਆ ਉਹ ਕਹਿੰਦੇ ਵੀ ਜਿਹੜਾ ਇੰਨੇ ਕੁ ਹੈ ਵੀ ਥੋੜੇ ਜਿਹੇ ਮੈਂ ਦੋ ਕੁ ਤੁਹਾਡੇ ਵਾਸਤੇ ਸਾਈਡ ਨੂੰ ਰੱਖ ਲੈਣਾ ਯੂਜ ਕਰ ਲਿਓ ਤੇ ਉਹੀ ਗੱਲ ਹੀ ਹੋਈ ਮੈਨੂੰ ਫਿਰ ਇਹਦਾ ਫੋਨ ਆਉਂਦਾ ਕਹਿੰਦੇ ਆਹ ਜਿਹੜਾ ਤੂੰ ਮੈਨੂੰ ਕਹਿੰਦਾ ਸੀ ਨਾ ਵੀ ਕਿਉਂ ਐਂ ਕਰ ਲਈ ਤੇ ਉਹਦੇ ਚੋਂ ਦਸਵਾਂ ਦਸਵਾਂ ਕੱਢ ਕੇ ਤੁਹਾਡੀ ਫਿਲਮ ਬਣ ਲੱਗੀ ਆ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਅਕਸਰ ਅਸੀਂ ਕਿੰਨੀ ਵਾਰੀ ਹੁੰਦਾ ਕਿਉਂਕਿ ਤੁਸੀਂ ਸਾਰੇ ਥੀਏਟਰ ਤੋਂ ਹੋ ਤਾਂ ਥੀਏਟਰ ਵਾਲਿਆਂ ਦਾ ਜਿਹੜਾ ਸਟਰਗਲ ਹੈ ਉਹ ਉਹੀ ਜਾਣ ਸਕਦੇ ਜਿਹੜੇ ਇਸ ਫੀਲਡ 'ਚ ਲੰਘੇ ਹੋਏ ਆ ਕਿੰਨੀ ਵਾਰੀ ਬਹੁਤ ਕੁਛ ਸਹਿਣਾ ਪੈਂਦਾ ਭਾਵੇਂ ਉਹ ਕਰਦਿਆਂ ਦੀਆਂ ਗੱਲਾਂ ਹੋਏ ਜਾਂ ਬਾਹਰਦਿਆਂ ਦੀਆਂ ਗੱਲਾਂ ਹੋਏ ਐਂਡ ਉਸ ਤੋਂ ਬਾਅਦ ਇੱਕ ਚੰਗੀ ਕੰਪਨੀ ਨਾਲ ਜੁੜਨਾ ਵੀ ਇੱਕ ਆਪਣੇ ਆਪ ਦੇ ਵਿੱਚ ਵੱਡੀ ਬਲੈਸਿੰਗ ਹੁੰਦੀ ਹੈ ਕਦੀ ਕਦਾਈ ਕੀ ਹੁੰਦਾ ਅਸੀਂ ਜੁੜ ਜਾਂਦੇ ਹਾਂ ਲੇਕਿਨ ਸਾਨੂੰ ਖੁੱਲਾ ਨਹੀਂ ਛੱਡਿਆ ਜਾਂਦਾ ਸਾਨੂੰ ਏਦਾਂ ਫੜ ਲਿੱਤਾ ਜਾਂਦਾ ਵੀ ਤੁਸੀਂ ਸਾਡੇ ਹਿਸਾਬ ਨਾਲ ਕਠਪੁਤਲੀ ਬਣ ਕੇ ਕੰਮ ਕਰੋ ਤੇ ਉਹ ਜਿਹੜਾ ਫਰੀਡਮ ਹੈ ਉਸ ਫਰੀਡਮ ਦੇ ਬਾਰੇ ਨਹੀਂ ਸਾਨੂੰ ਕਦੇ ਈਵਨ ਕਿ ਹੁਣ ਵਾਰਨਿੰਗ ਤੇ ਸਾਡੇ ਤੇ 3-4 ਕਰੋੜ ਰੁਪਇਆ ਲਾਇਆ ਜੀ ਤੇ ਸਾਨੂੰ ਕਦੇ ਆਏ ਨਹੀਂ ਕਿਹਾ ਵੀ ਭਾਈ ਤੁਸੀਂ ਕਿਉਂ ਕਰਦੇ ਕੀ ਕਰਦੇ ਸਗੋਂ ਜੇ ਕੋਈ ਗੱਲ ਕਰਦਾ ਨਾ ਵੀ ਐਂ ਕਰਕੇ ਪ੍ਰਿੰਸ ਕਮਲ ਜੀ ਨੂੰ ਕਹਿਣਗੇ ਹਾਂ ਹਾਂ ਆਪਣਾ ਐਂ ਕਰਕੇ ਆ ਉਹ ਬਹੁਤ ਆਏ ਆ ਉਹਨਾਂ ਨੇ ਇਹਨੇ ਕਹਿਣਾ ਵੀ ਚੱਕ ਦਿਓ ਜੇ ਕਿਤੇ ਅਸੀਂ ਵੀ ਦੱਸ ਕੇ ਕਰਦੇ ਹਾਂ ਜਦੋਂ ਵੀ ਕੀਤੀ ਬਾਈ ਆ ਕਰਨ ਲੱਗੇ ਆ ਤਾਂ ਕਹਿਣਗੇ ਠੀਕ ਹੈ ਵੈਰੀ ਗੁੱਡ ਇੱਕ ਵੀਰ ਜਦੋਂ ਵੀ ਫਿਲਮ ਕਰਦੇ ਆ ਜਦੋਂ ਉਹਦਾ ਟ੍ਰੇਲਰ ਆਉਂਦਾ ਤਾਂ ਮੈਂ ਕਹਿੰਦਾ ਵੀਰੇ ਨੇ ਜਿੱਥੇ ਬੈਠਣਾ ਟ੍ਰੇਲਰ ਦਿਖਾਉਣਾ ਉਹਨਾਂ ਨੇ ਜਿੱਥੇ ਵੀ ਆਹ ਦੇਖੋ ਆਹ ਸਾਡੇ ਮੁੰਡੇ ਕ੍ਰਿਮੀਨਲ ਪਹਿਲਾਂ ਰਿਲੀਜ਼ ਨਹੀਂ ਵੀਰਾ ਉਦਨ ਦੱਸ ਰਹੇ ਸੀ ਵੀ ਪਹਿਲਾਂ ਰਿਲੀਜ਼ ਨਹੀਂ ਕਰਨੀ ਸੀ ਕਹਿੰਦੇ ਮੈਂ ਬੰਬੇ ਗਿਆ ਟ੍ਰੇਲਰ ਆਇਆ ਕਹਿੰਦਾ ਜਦੋਂ ਮੈਂ ਟ੍ਰੇਲਰ ਦੇਖਿਆ ਵੀਰੇ ਕਹਿੰਦਾ ਬਹੁਤ ਘੈਂਟ ਕਹਿੰਦਾ ਮੈਂ ਸਾਰਿਆਂ ਨੂੰ ਦਿਖਾਇਆ ਸਾਰੇ ਉੱਥੇ ਉਹ ਕਹਿੰਦੇ ਵੀ ਫਿਲਮ ਰਿਲੀਜ਼ ਕਰੋ ਵੀ ਇਹ ਬਹੁਤ ਅੱਛਾ ਕੰਟੈਂਟ ਬਣਿਆ ਤਾਂ ਉਸ ਤੋਂ ਬਾਅਦ ਵੀਰਾ ਇੱਥੇ ਵੀ ਆਏ ਮੈਂ ਕਿਹਾ ਵੀਰੇ ਫਿਲਮ ਕਿਵੇਂ ਬਣੀ ਕਹਿੰਦੇ ਬੰਬ ਆ ਅਤੇ ਮੈਂ ਕਿਹਾ ਹਾਂ ਵੀਰੇ ਮਤਲਬ ਕਹਿ ਰਹੇ ਸੀ ਗੁਰਿੰਦਰ ਵੀ ਕਹਿ ਰਿਹਾ ਸੀ ਡਾਇਰੈਕਟਰ ਵੀ ਕਹਿ ਰਹੇ ਕਹਿੰਦੇ ਡਾਇਰੈਕਟਰ ਨੂੰ ਹਮੇਸ਼ਾ ਆਪਦੀ ਫਿਲਮ ਵਧੀਆ ਲੱਗਦੀ ਬਟ ਜਦੋਂ ਪ੍ਰੋਡਿਊਸਰ ਕਵੇ ਨਾ ਫਿਲਮ ਬੰਬ ਬਣੀ
ਤਾਂ ਉਦੋਂ ਫਿਲਮ ਵਾਕਈ ਬਣ ਜਾਂਦੀ ਹੈ। ਤਾਂ ਉਹ ਪ੍ਰਮੋਸ਼ਨ ਜਿਹੜੀ ਉਹ ਪ੍ਰਮੋਟ ਕਰਦੇ ਆ ਉਹ ਉਹ ਬਹੁਤ ਖੂਬਸੂਰਤ ਚੀਜ਼ ਜੀ, ਬਿਨਾਂ ਜਿਵੇਂ ਕਹਿ ਦੇਈਏ ਕਿਸੇ ਭੇਦ ਭਾਵ ਦੇ ਵੀ ਹਾਂ ਵੀ ਇਹ ਸਾਡੇ ਐਕਟਰ ਨੇ, ਉਹ ਬਹੁਤ ਖੁਸ਼ੀ। ਹਰਦੀਪ ਬਾਈ ਅਰਗੇ ਵੀ ਗੱਲ ਕਰਦੇ ਸੀ, ਉਹ ਕਹਿੰਦੇ ਵੀ ਜਦੋਂ ਬਾਈ ਦੀ ਆਪਦੀ ਫਿਲਮ ਹੁੰਦੀ ਹੈ ਉਦੋਂ ਹਜੇ ਇੰਨਾ ਨੀ ਸੂਲੀ ਤੇ ਟੰਗਦੇ ਵੀ ਜਦੋਂ ਥੋੜਾ ਕੁਛ ਕਰਦੇ ਹੁੰਦੇ ਆ ਨਾ ਵੀ ਵਾਰਨਿੰਗ ਜਿਲ੍ਹਾ ਸੰਗਰੂਰ ਕੋਲ ਵੀ ਕੀਤਾ, ਕਹਿੰਦੇ ਆ ਸੂਲੀ ਤੇ ਟੰਗ ਦਿੰਦੇ ਵੀ ਬਸ ਚੱਲ ਪੋਗਰਾਮ। ਮੈਂ ਜਦੋਂ ਲਾਸਟ ਗਿੱਪੀ ਬਾਈ ਨਾਲ ਗੱਲ ਕੀਤੀ ਤੇ ਮੈਂ ਕਿਹਾ ਬਾਕੀ ਜਿਹੜੇ ਪ੍ਰੋਡਿਊਸਰ ਆ ਉਹ ਵੀ ਸਾਨੂੰ ਫੋਨ ਕਰਕੇ ਪੁੱਛ ਰਹੇ ਸੀਗੇ ਵੀ ਗਿੱਪੀ ਨੂੰ ਕਹਿ ਰਹੇ ਯਾਰ ਪ੍ਰਮੋਸ਼ਨਾਂ ਦਾ ਠੇਕਾ ਉਹੀ ਲੈ ਲੇ, ਕਿਉਂਕਿ ਜਿਹੜੇ ਹਿਸਾਬ ਨਾਲ ਉਹ ਪ੍ਰਮੋਸ਼ਨ ਕਰਦੇ ਆ, ਮਤਲਬ ਕਿੰਨੀ ਵਾਰੀ ਏਦਾਂ ਹੋਇਆ ਕਿ ਰਾਤੀ 3 ਵਜੇ ਵੀ ਉਹਨਾਂ ਨੂੰ ਆਨਲਾਈਨ ਦੇਖਿਆ ਗਿਆ ਵਟਸਐਪ ਤੇ, ਮਤਲਬ ਰਾਤ ਦੇ 3 ਜਾਂ 4 ਵਜੇ ਤੁਸੀਂ ਜਦੋਂ ਵੀ ਮੈਸੇਜ ਕਰ ਦਿਓ। ਕਿਸੇ ਕੰਮ ਲਈ ਮੈਸੇਜ ਕੀਤਾ ਸੀਗਾ ਉਹਨਾਂ ਨੂੰ, ਮਤਲਬ ਕੁਛ ਟਾਈਮ ਪਹਿਲਾਂ ਰਾਤੀ 3:15 ਦਾ ਟਾਈਮ ਸੀਗਾ, ਇੱਥੇ ਬਾਈ ਬਾਹਰ ਸੀਗੇ ਤੇ 3:40 ਤੇ ਮੈਸੇਜ ਆ ਗਿਆ ਸੀਗਾ ਕਿ ਹਾਂਜੀ ਦੋ ਚਾਰ ਮਿੰਟ ਤੁਸੀਂ ਇਹ ਦੇਖੋ ਇਹ ਹਿਸਾਬ ਹੈ। ਹੁਣ ਜੇ ਗੱਲ ਕਰਾਂ ਕ੍ਰਿਮੀਨਲ ਦੀ ਫਿਰ ਤੋਂ, ਵੈਪਨ ਚਲਾਉਣੇ ਤਾਂ ਤੁਸੀਂ ਵਾਰਨਿੰਗ 'ਚ ਸਿੱਖ ਲਏ ਸੀਗੇ ਅਤੇ ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਚਲਾਈ ਵੀ, ਲੇਕਿਨ ਇੱਥੇ ਜਿਸ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਪ੍ਰੈਜੈਂਟ ਕਰ ਰਹੇ ਹੋ, ਇੱਥੇ ਸਿਰਫ ਵੈਪਨ ਚਲਾਉਣਾ ਇੰਪੋਰਟੈਂਟ ਨਹੀਂ ਸੀਗਾ, ਆਪਣੇ ਕੈਰੈਕਟਰ ਨੂੰ ਪਰਟੀਕੁਲਰਲੀ ਉਸ ਟਾਈਮ ਲਈ ਡਿਫਾਈਨ ਕਰਨਾ ਬੜਾ ਔਖਾ ਸੀਗਾ ਇਹਦੇ ਲਈ, ਕਿਉਂਕਿ ਇੱਕ ਸਾਈਕੋਪਾਥ ਕ੍ਰਿਮੀਨਲ ਸੀਰੀਅਲ ਕਿਲਰ ਜੋ ਕਿ ਕਿਸੇ ਚੀਜ਼ ਪਿੱਛੇ ਪਾਗਲ ਹੁੰਦਾ ਹੈ ਨਾ, ਹਰ ਇੱਕ ਦਾ ਭਾਵੇਂ ਤੁਸੀਂ ਹੋ ਜਾਂ ਤੁਸੀਂ ਹੋ, ਦੋਨਾਂ ਦੇ ਕਰੈਕਟਰ ਵੱਖਰੇ ਆ, ਅਤੇ ਉਹਦੇ ਲਈ ਕਿਹੜੀ ਕਿਤਾਬਾਂ ਪੜ੍ਹੀਆਂ ਜਾਂ ਕਿਹੜੀਆਂ ਫਿਲਮਾਂ ਦੇਖੀਆਂ, ਕਿੱਦਾਂ ਆਪਣੇ ਆਪ ਨੂੰ ਮੋਟੀਵੇਟ ਕੀਤਾ? ਦੇਖੋ ਜਦੋਂ ਫਿਲਮ ਦੀ ਮੈਨੂੰ ਔਫਰ ਆਈ ਨਾ ਤੇ ਮੈਂ 5,000 ਕਿਤਾਬ ਪੜ੍ਹੀ 3 ਦਿਨਾਂ ਚ, ਬਚਪਨ ਤੋਂ ਹੀ ਮੈਂ 5,000 ਕਿਤਾਬ ਪੜ੍ਹੀ, 25,000 ਕਿਹੜੇ ਕਿਹੜੀਆਂ ਸੀ ਫਿਲਮਾਂ ਦੇਖਣੀਆਂ, ਕਿਹੜੇ ਕੰਮ, ਸਾਰੀ ਉਮਰ ਤਾਂ ਫਿਲਮਾਂ ਦੇਖੀਆਂ, ਸਾਰੀ ਉਮਰ ਹੀ ਕਿਤਾਬਾਂ ਪੜ੍ਹੀਆਂ। ਜਦੋਂ ਕਿਤਾਬਾਂ ਤੋਂ ਟਾਈਮ ਆ ਕੰਮ ਲੈਣ ਦਾ ਟਾਈਮ ਆਇਆ ਜੀ, ਉਦੋਂ 20 ਕਿਤਾਬਾਂ ਪੜ੍ਹਨ ਲੱਗ ਗਏ ਤਾਂ ਬਸ ਕਰੈਕਟਰ ਆ ਵੀ ਬਹੁਤ ਕਮਾਲ ਦਾ ਕਰੈਕਟਰ ਆ ਵੀ ਤੂੰ ਕਰ ਦੇਗਾ ਬਹੁਤ, ਮੈਨੂੰ ਕਹਿੰਦੇ ਠੀਕ ਹੈ ਬਾਈ ਮੈਨੂੰ ਨਹੀਂ ਤੂੰ ਬੰਬ ਬੁਲਾ ਦੇਗਾ, ਮੈਂ ਚਲੋ ਬਾਈ ਠੀਕ ਹੈ। ਪਰ ਜਦੋਂ ਸੁਣਾਇਆ ਮੈਨੂੰ ਸੱਚੀ ਚੈਲੇਂਜਿੰਗ ਲੱਗਿਆ ਬਹੁਤ ਜ਼ਿਆਦਾ, ਹੈ ਨਾ ਜਿੱਦਾਂ ਦਾ ਹੈਗਾ ਰੇਪਿਸਟ ਹੈ ਤਾਂ ਉਹ ਸਾਈਕੋਲੋਜੀ ਤੁਹਾਨੂੰ ਉਸ ਤਰੀਕੇ ਨਾਲ ਪਲੇ ਕਰਨਾ ਜਾਂ ਹੋਰ, ਉਹ ਬਸ ਇਹੀ ਹੁੰਦਾ ਵੀ ਫਿਰ ਤੁਸੀਂ ਮਤਲਬ ਜਿੱਦਾਂ ਮੇਰਾ ਹੈਗਾ ਮੈਂ ਸੋਚਦਾ ਰਹਿਣਾ ਉਹ ਚੀਜ਼ ਦਾ, ਜੇ ਇੱਕ ਵਾਰੀ ਮੈਂ ਵਨ ਲਾਈਨ ਵੀ ਸੁਣ ਲਈ ਮੈਂ ਕਰੈਕਟਰ ਬਾਰੇ ਸੋਚਦਾ ਰਹਿਣਾ ਵੀ ਆਹ ਚੀਜ਼ਾਂ ਇੱਦਾਂ ਦਿੰਦਾ, ਮੈਂ ਇਕੱਠੀਆਂ ਕਰਕੇ ਐਂ ਲਿਆ ਕੇ ਡਾਇਰੈਕਟਰ ਦੇ ਸਾਹਮਣੇ ਰੱਖ ਲੈਂਦੀਆਂ ਵੀ 10 ਭਰਾਵਾਂ ਮੇਰੀ ਦੁਕਾਨ ਹੈ ਜੋ ਜਿਹੜਾ ਸੌਦਾ ਖਰੀਦਣਾ ਖਰੀਦ ਲੈ। ਤਾਂ ਫਿਰ ਜਦੋਂ ਆਪਾਂ ਕਰਦੇ ਰਹਿੰਦੇ ਹਾਂ ਜੇ ਕੋਈ ਚੀਜ਼ ਮਾਈਨਰ ਕਰਨੀ ਹੁੰਦੀ ਉਹ ਕਰਦੇ ਰਹਿੰਦੇ, ਇਹਨਾਂ ਕਹਿੰਦੇ ਇਹਨੂੰ ਬਾਈ ਪਲੱਸ ਕਰ ਦਿਓ ਆਹ ਚੀਜ਼ ਆ ਘੈਂਟ ਆ ਬਹੁਤ, ਬਸ ਉੱਦਾਂ ਚੀਜ਼ਾਂ ਤੁਹਾਡੀਆਂ ਆਪਣੇ ਆਪ ਨੂੰ ਮੋਲਡ ਕਰ ਲੈਂਦੇ। ਹਾਂ ਸੋ ਪਾਣੀ ਦੀ ਤਰ੍ਹਾਂ ਸਾਡੇ ਆਰਟਿਸਟ ਹੈ ਬਿਲਕੁਲ, ਜਿੱਥੇ ਗਏ ਉੱਦਾਂ ਐਡਜਸਟ ਹੋ ਜਾਂਦੇ, ਉਸ ਤੋਂ ਬਾਅਦ ਤੁਹਾਡਾ ਜਿਹੜਾ ਸਿਗਨੇਚਰ ਹੈ ਉਹ ਸਿਗਨੇਚਰ ਇੱਕ ਵਾਰੀ ਕੈਮਰੇ ਦੇ ਅੱਗੇ ਜਿਹੜਾ ਤੁਸੀਂ ਔਰ ਇਸ ਸਿਗਨੇਚਰ ਨੇ ਹੋਰ ਮਤਲਬ ਕਰੈਕਟਰ ਦੇ ਉੱਤੇ 4 ਚੰਨ ਲਗਾ ਦਿੱਤੇ ਸੀਗੇ। ਯਾਰੀ ਦੋਸਤੀ ਦੀ ਗੱਲ ਹੋ ਰਹੀ ਹੈ, ਤੁਹਾਡੀ ਯਾਰੀ ਦੋਸਤੀ ਫਿਲਮਾਂ ਦੇ ਵਿੱਚ ਵੀ ਦੇਖੀ ਦੀ ਐਂਡ ਰੀਅਲ ਲਾਈਫ ਦੇ ਵਿੱਚ ਵੀ ਮਿਲੀ ਦਾ ਤੇ ਦੇਖੀ ਦੀ, ਉਹਦੇ ਉੱਤੇ ਕੁਛ ਸਵਾਲ ਜ਼ਰੂਰ ਪੁੱਛਣੇ ਚਾਹਾਂਗੇ। ਸ਼ੇਅਰ ਵਾਲਾ ਕੰਮ ਔਖਾ ਆਪਣਾ। ਅੱਛਾ ਇਹ ਤਿੰਨਾਂ ਲਈ ਹੈਗਾ, ਮੰਨ ਲਓ ਜੇ ਐਮਰਜੈਂਸੀ ਦੇ ਵਿੱਚ ਫਸਦਾ ਬੰਦਾ ਇੱਕ ਆਪਣੇ ਦੋਸਤ ਨੂੰ ਕਾਲ ਕਰਦਾ ਹੈ ਤੇ ਬਾਈ ਗਈਆਂ ਗੱਡੀ ਦਾ ਤੇਲ ਮੁੱਕ ਜਾਏ, ਸਭ ਤੋਂ ਪਹਿਲਾਂ ਕਿਹਨੂੰ ਕਾਲ ਜਾਏਗਾ ਪ੍ਰਿੰਸ ਕਮਲਜੀਤ ਵੱਲੋਂ ਜੇ ਮੰਨ ਲਓ ਜ਼ਿੰਮੇਵਾਰੀ ਛੋਟਾ
ਤੇ ਮੇਰੇ ਤੋਂ ਛੋਟਾ ਇਹਦਾ ਇਹ ਰੁਕੂਗਾ ਵੀ ਮੈਨੂੰ ਚੱਕ ਲਾ ਤੇ ਮੈਨੂੰ ਚੱਕ ਲਾ ਇਹਦਾ ਇਹ ਕਿਹਦੇ ਪਹੁੰਚ ਜਾਣਾ ਮੈਂ ਪਹਿਲਾਂ ਕਿਸੇ ਨੂੰ ਕਹਿੰਦਾ ਯਾਰ ਉਹਦਾ ਤੇਲ ਮੁੱਕਿਆ ਨਹੀਂ ਪਹਿਲਾਂ ਮੈਂ ਕਿਸੇ ਦਾ ਤੇਲ ਤੇ ਧੀਰਜ ਬਾਰੀ ਤਾਂ ਮੁੱਕਣ ਨਹੀਂ ਦੇਣਗੇ ਆਪਣੀ ਗੱਡੀ 'ਚ ਨਹੀਂ ਹਾਂ ਇੰਨਾ ਕੁ ਤਾਂ ਧਿਆਨ ਆਪਣਾ ਕਿਆ ਬਾਤ ਹੈ ਅੱਜ ਤੱਕ ਦੇ ਟਾਈਮ ਤੇ ਹੁਣ ਤੱਕ ਦੇ ਸਟਰਗਲ ਦੇ ਵਿੱਚ ਮੰਗਵੀ ਗੱਡੀ ਜਾਂ ਕੱਪੜੇ ਕਿਹੜੇ ਦੋਸਤਾਂ ਕੋਲੋਂ ਲਿੱਤੇ ਉਹਨਾਂ ਨੂੰ ਕ੍ਰੈਡਿਟ ਦੇਣਾ ਪੈਂਦਾ ਅੱਜ ਦੇ ਟਾਈਮ ਤੇ ਗੱਡੀ ਤਾਂ ਨਹੀਂ ਮੈਂ ਖੈਰ ਉਹ ਕਰੀ ਗੱਡੀ ਤਾਂ ਮੇਰੀ ਆਪਦੀ ਹੈ ਜਿਹੜੀ ਮੈਂ ਰੱਖ ਦਾਂਗਾ ਕੋਲ ਆਪਣੀ ਕਮਰ ਵੀਰੇ ਦੀ ਉਹ ਮੇਰਾ ਕੋਈ ਮੰਗਵਾ ਸਾਡਾ ਹਿਸਾਬ ਤਾਂ ਵੀ ਨਹੀਂ ਹੈਗਾ ਉਹਦਾ ਜਦੋਂ ਮੈਂ ਕਿਤੇ ਪਿੰਡ ਜਾਣਾ ਜਾਵਾਂ ਤਾਂ ਉਹ ਹੈਗਾ ਤੇ ਦੂਜੇ ਕੱਪੜੇ ਹਾਂ ਕੱਪੜੇ ਮੇਰੇ ਦੋਸਤਾਂ ਨੇ ਮਤਲਬ ਵਰਦੀਆਂ ਵੀ ਮੇਰੇ ਦੋਸਤਾਂ ਦੀਆਂ ਪਾਈਆਂ ਹਨਾ ਤਾਂ ਮਤਲਬ ਹੁਣ ਤੱਕ ਵੀ ਜਿਹੜੇ ਮੇਰੇ ਕਈ ਦੋਸਤ ਆ ਗਏ ਲਿਆਉਂਦੇ ਜਾਂ ਉਦਾਂ ਪਾਲਣ ਧੰਨਵਾਦ ਇਹੋ ਜਿਹੇ ਦੋਸਤਾਂ ਦਾ ਉਹਨਾਂ ਨੇ ਐਕਚੁਅਲ ਚ ਔਰ ਜਿਹੜੇ ਅੱਜ ਵੀ ਇੱਕ ਦੂਜੇ ਲਈ ਕਰ ਰਹੇ ਉਹਨਾਂ ਦਾ ਵੀ ਖਾਸ ਧੰਨਵਾਦ ਮੈਨੂੰ ਕਦੇ ਕੱਪੜਿਆਂ ਦੀ ਲੋੜ ਨਹੀਂ ਪਈ ਦੁਕਾਨ ਹੁੰਦੀ ਮੇਰੀ ਤਾਂ ਦੁਕਾਨ ਦੀ ਥੋੜੇ ਦਿਨ ਹੋ ਗਏ ਮੈਂ ਨਾ ਡੈਰੀ ਫਰੋਲੀ ਆ ਉਹ ਉਦੋਂ ਦੀ ਪਈ ਆ ਕਿਉਂਕਿ ਉਹਦੇ ਚ ਕੁਛ ਕੁ ਚੀਜ਼ਾਂ ਨੇ ਉਹ ਚ ਕੁਛ ਕੁ ਚੀਜ਼ਾਂ ਹੀ ਐਸੀਆਂ ਮੈਂ ਘਰ ਐਂ ਵੀ ਲਿਖ ਲੈਂਦੇ ਸੀ ਉਸ ਕਿਸਮ ਦੀਆਂ ਚੀਜ਼ਾਂ ਤੇ ਮੈਂ ਚਾਰ ਲਾਈਨਾਂ ਪੜ੍ਹੀ ਜਾਂਦਾ ਸੀ ਤੇ ਥੱਲੇ ਕੁਛ ਹੋਰ ਲਿਖਿਆ ਸੀ ਜੇ ਲਾਈਨਾਂ ਪੜ੍ਹ ਕੇ ਤੁਹਾਨੂੰ ਮੈਂ ਦੱਸੂਗਾ ਵੀ ਕੀ ਲਿਖਿਆ ਸੀ ਫਿਰ ਉਹਦੇ ਉੱਤੇ ਐ ਨੀ ਤਾਂ ਜੇ ਕਰਕੇ ਡੇਟ ਦੇ ਉੱਤੇ ਜੇ ਢਹਿ ਮੈਂ ਕਹਿੰਦੇ ਉਹ ਤੇ ਲਿਖਿਆ ਸੀ ਵੀ ਕੁੱਬੀ ਹੋ ਗਈ ਜ਼ਿੰਦਗੀ ਤੇ ਲੱਤੋਂ ਮਾਰੇ ਲੰਘ ਇਹਦੇ ਮੂੰਹ ਚੋਂ ਮਹਿਕਾਂ ਆਉਂਦੀਆਂ ਇਹਦੇ ਗਲੇ ਚੋਂ ਆਉਂਦੀਆਂ ਖੰਘ ਇਹਨੇ ਹੱਥੀ ਇਹਨੇ ਪੈਰੀ ਪਾਈਆਂ ਨਾ ਇਹਨੇ ਹੱਥੀ ਪਾਈਆਂ ਝਾਂਜਰਾਂ ਤੇ ਪੈਰੀ ਪਾਈ ਵੰਗ ਇਹਨੇ ਹਾਂ ਇਹਨੇ ਅੱਖੀ ਇਹਨੇ ਅੱਖੀ ਸੁਰਖੀ ਲਾ ਲਈ ਤੇ ਸੁਰਮਾ ਲਾਇਆ ਦੰਦ ਇੱਦਾਂ ਦਾ ਸੀ ਉਹ ਲੈਣਾ ਤੋਂ ਬਾਅਦ ਥੱਲੇ ਸੀ ਥੱਲੇ ਲਿਖਿਆ ਸੀਗਾ ਵੀ ਪੱਪੂ ਭਲਵਾਨ ਤੋਂ ਲੈਣਾ 400 ਇੱਕ ਜੀਨ ਫਰੈਸ਼ੋ ਕੰਪਨੀ ਦੀ 375 ਰੁਪਏ 25 ਰੁਪਈਆਂ ਦਾ ਪਤਾ ਨੀ ਕੀ ਲਿਆ ਹੋਇਆ ਫਿਰ ਨਾਲ ਲਿਖਿਆ ਵੀ ਉਹ ਲੈਦਾ ਰਿਹਾ ਉਹ ਕੱਪੜਿਆਂ ਦਾ ਰਿਹਾ ਨੀ ਅੱਛਾ ਮੰਨੋ ਇਹ ਨਾ ਲੇਕਿਨ ਇਹ ਰਾਈਮ ਕਰਦੀ ਹੈ ਚਾਰੋਂ ਲਾਈਨਾਂ ਕਿ ਮਤਲਬ ਐਕਚੁਅਲ ਚ ਜੋ ਜ਼ਿੰਦਗੀ ਤੇ ਦੱਸਿਆ ਉਸ ਤੋਂ ਬਾਅਦ ਥੱਲੇ ਉਹ ਐਕਚੁਅਲ ਰਿਐਲਿਟੀ ਵੀ ਦੱਸਤੀ ਬਿਲਕੁਲ ਸੋਸ਼ਲ ਮੀਡੀਆ ਤੇ ਜਦੋਂ ਪੋਸਟ ਪਾਣੀ ਹੋਏ ਉਹਦੇ ਥੱਲੇ ਕੈਪਸ਼ਨ ਲਿਖਣਾ ਹੁੰਦਾ ਤੇ ਮੁੰਡਿਆਂ ਨੂੰ ਵੀ ਹੁੰਦਾ ਯਾਰ ਅੱਜ ਕੱਲ ਕੈਪਸ਼ਨ ਇਹੋ ਜਿਹਾ ਪਾਈਏ ਵੀ ਸਟੀਕ ਹੋਏ ਜਾਂ ਤਾਂ ਤਿੰਨਾਂ ਜਣਿਆਂ ਤੋਂ ਪੂਰਾ ਪ੍ਰੋਪਰ ਪੁੱਛਾਂਗਾ ਵੀ ਇਹ ਤਾਂ ਸਵਾਲ ਹੈ ਮੈਂ ਤਾਂ ਵਿੱਚ ਤੂੰ ਫਿਰ ਕਰਨ ਲੱਗਿਆ ਸੀ ਅਗਲਾ ਸਵਾਲ ਮੈਂ ਵਿੱਚ ਵੜਿਆ ਵੀ ਮੇਰੇ ਤੋਂ ਵੀ ਪੁੱਛ ਉਹ ਬੰਦਾ ਸਾਡਾ ਸਾਰੇ ਚੁੱਪ ਰਹਿ ਜਾਂਦਾ ਚਲੋ ਵੀ ਪੁੱਛ ਨਾ ਦੋਸਤ ਜਿਹੜਾ ਤੁਹਾਡੇ ਨਾਲ ਤੁਹਾਡੇ ਲਈ ਤੁਹਾਡੇ ਨਾ ਇੱਕ ਹੀ ਸਵਾਲ ਤਿੰਨਾਂ ਨੂੰ ਹਾਂ ਚਲੋ ਤਿੰਨਾਂ ਪਾਜੀ ਦਾ ਰਹਿ ਗਿਆ ਸੀਗਾ ਮੰਗਵੀ ਗੱਡੀਆਂ ਕੱਪੜੇ ਅਸੀਂ ਇਕੱਠੇ ਰਹੇ ਹਾਂ ਯਾਰ ਦੋਸਤ ਜਗਜੀਤ ਗਰਿੰਦਰ ਤਾਂ ਉਦੋਂ ਜਿਹਦੇ ਕੋਲ ਸਾਡੇ ਕੋਲ ਵਹੀਕਲ ਨਹੀਂ ਹੁੰਦਾ ਸੀ ਪਹਿਲਾਂ ਸਪਲੈਂਡਰ ਜਾਂ ਮੰਗ ਲੈਂਦੇ ਸੀ ਪਾਲੀ ਦਾ ਜਦੋਂ ਗਾਂਧੀ ਦੇ ਅਸੀਂ ਆਡੀਸ਼ਨ ਤੇ ਗਏ ਸੀ ਮੈਂ ਤੇ ਜੱਗਾ ਫਿਰ ਜੱਗੇ ਨੇ ਪਿੰਡੋਂ ਆਈਕੋਨ ਲੈ ਆਉਂਦੀ ਫਿਰ ਉਹ ਕਈ ਵਾਰੀ ਉਹ ਸਾਰੇ ਦੋਸਤ ਇਕੱਠੇ ਰਹਿੰਦੇ ਸੀ ਅੱਛਾ ਇਹ ਉਹ ਟਾਈਮ ਹੀ ਸੀਗਾ ਜਦੋਂ 30-30 ਰੁਪਏ ਦੇ ਤੇਲ ਪਵਾ ਕੇ ਗੱਡੀਆਂ ਚੱਲਦੀਆਂ ਸੀ ਉਹ ਤਾਂ ਮੈਂ ਲੱਗਦਾ ਕਈ ਵਾਰੀ ਮੇਰਾ ਮਿੱਤਰ ਕਹਿੰਦਾ ਯਾਰ ਤੇਲ ਬੜਾ ਮਹਿੰਗਾ ਹੋ ਗਿਆ ਮੈਂ ਕਿਹਾ ਜਿੰਨਾ ਮਰਜ਼ੀ ਮਹਿੰਗਾ ਹੋ ਜੇ ਆਪਾਂ 50 ਦਾ ਹੀ ਪਾਉਣਾ ਮੋਟਰਸਾਈਕਲ ਦੇ ਵਿੱਚ ਨਾਲੇ ਉਦੋਂ ਟਾਈਮ ਹੀ ਹੁੰਦਾ ਸੀ ਨਾ ਵੀ ਰਾਤ ਹੁਣ ਤਾਂ ਰਾਤ ਨੂੰ ਖੁੱਲੇ ਰਹਿੰਦੇ ਬੰਬ ਉਦੋਂ ਚੌਂਕੀਦਾਰ ਦਾ ਅੰਦਰ ਪਿਆ ਹੁੰਦਾ ਸੀ ਉਹਦੀ ਉਹ ਜਿਹੜੀ ਪੈਪ ਜੀ ਹੁੰਦੀ ਸੀ ਉਹਨੂੰ ਐਂ ਕਰਕੇ ਬਾਬਾ ਤਾਂ ਨੂੰ ਕਰਕੇ ਜਮਾਂ ਨੀਵੀਂ ਕਰੋ ਬੋਤਲ ਭਰ ਦਿੰਦੀ ਸੀ ਉਹ ਕਿਉਂਕਿ ਉਹਨਾਂ ਕੁ ਪੈਪ ਚ ਹੁੰਦਾ ਸੀ ਜੀ ਤੇ ਅਗਲਾ ਇਹ ਤੁਹਾਡੇ ਤੋਂ ਸ਼ੁਰੂ ਕਰਦੇ ਫਿਰ ਸੋਸ਼ਲ ਮੀਡੀਆ ਤੇ ਜਦੋਂ ਪੋਸਟ ਪਾਣੀ ਹੁੰਦੀ ਹੈ ਕੁਛ ਇੰਟੈਲੈਕਚੁਅਲ ਤੁਹਾਡੀ ਕੈਪਸ਼ਨ ਵੀ ਕਾਫੀ ਹੁੰਦੇ ਆ ਮੈਂ ਦੇਖਿਆ ਕਦੀ ਬੜੇ ਡੀਪ ਹੁੰਦੇ ਆ ਉਹ ਤੁਸੀਂ ਆਪਣੇ ਵੱਲੋਂ ਆਪ ਲਿਖਦੇ ਹੋ ਕਿ ਸਰਚ ਕਰਦਾ ਸਰਚ ਕਰਦੇ ਹਾਂਜੀ ਮੈਨੂੰ ਇਹ ਹੁੰਦਾ ਵੀ ਜਿਵੇਂ ਮੈਂ ਹੁਣ ਅੱਜ ਕੱਲ ਕ੍ਰਿਮੀਨਲ ਦੀ ਜਿਹੜੀਆਂ ਪੋਸਟਾਂ ਤੇ ਉਹਦੇ 'ਚ ਤੁਸੀਂ ਪੜ੍ਹਿਓ ਕਿ ਮੈਂ ਰਿਲੇਸ਼ਨਸ ਜਿਹੜਾ ਹਸਬੈਂਡ ਵਾਈਫ ਦਾ ਉਹਦੇ 'ਤੇ ਕੁਛ ਚੀਜ਼ਾਂ ਲਿਖ ਰਿਹਾ ਕਿ ਅਰਜੁਨ ਤੇ ਮਾਈ
ਵੀ ਐਟ ਦ ਐਂਡ ਸਾਰਾ ਕੁਛ ਠੀਕ ਹੋ ਜਾਂਦਾ ਉਹ ਸਟੋਰੀ ਨਾਲ ਵੀ ਰਿਲੇਸ਼ਨ ਹੈਗੇ ਕਈ ਚੀਜ਼ਾਂ ਤੇ ਸੋ ਮੈਂ ਆਪ ਸਰਚ ਕਰਨਾ ਤੇ ਵੀਰੇ ਨੂੰ ਵੀ ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀਰੇ ਹੁਣ ਬਲੂ ਟਿਕ ਵੀ ਏਦਾਂ ਤੁਸੀਂ ਸੈਂਡ ਕਰੋ ਪਿਛਲੇ ਬਾਵਾ ਟਾਈਮ ਤੋਂ ਸਾਰੇ ਹੋ ਜਾਣਾ ਪੂਰਾ ਨੀ ਹੋ ਜਾਂ ਤਾਂ ਉਹ ਮੈਂ ਇੱਕ ਵਾਰੀ ਮੈਨੂੰ ਇਹਨੇ ਦੱਸਿਆ ਸੀ ਮੈਂ ਉਹ ਕੀਤੀ ਇੱਕ ਵਾਰੀ ਮੈਂ ਅਮਨ ਨੂੰ ਕਿਹਾ ਸੀ ਕੈਪਸ਼ਨ ਮੇਰੇ ਜ਼ਿਆਦਾਤਰ ਮੈਂ ਕਈ ਵਾਰੀ ਆਪ ਹੀ ਥੋੜਾ ਬਹੁਤਾ ਤੇ ਬਾਕੀ ਇਹ ਹੁੰਦਾ ਵੀ ਕਈ ਵਾਰੀ ਪਾਰਟੀਕੁਲਰ ਇਹ ਹੁੰਦਾ ਵੀ ਕਿਸੇ ਸ਼ਾਇਰ ਦਾ ਕੋਈ ਸ਼ੇਅਰ ਪਾਤਾ ਓਦਾਂ ਜਾਂ ਹੋਰ ਤਾਂ ਏਦਾਂ ਹੁੰਦਾ ਇੱਧਰ ਉੱਧਰੋਂ ਲੈ ਲੈਂਦੀਆਂ ਤੇ ਇਹ ਹੈਗਾ ਹੁਣ ਲਾਸਟ ਜੀ ਇਹਦੇ 'ਚ ਇਹ ਵੀ ਜਦੋਂ ਆਪਾਂ ਕਿਤੇ ਘੁੰਮਣ ਲੈ ਕੇ ਜਾਣਾ ਹੋਵੇ ਕਿਸੇ ਨੂੰ ਕਿਸੇ ਕੁੜੀ ਨੂੰ ਜਾਂ ਫਿਰ ਆਪ ਵੀ ਜਾਣਾ ਹੋਵੇ ਕਿ ਐਸੀ ਜਗ੍ਹਾ ਵੀ ਜਿੱਥੇ ਮਤਲਬ ਸਾਡਾ ਇੱਕ ਦੋਸਤ ਹੁੰਦਾ ਨਾ ਜਿਹਨੂੰ ਪਤਾ ਹੁੰਦਾ ਯਾਰ ਤੂੰ ਉੱਥੇ ਜਾ ਜੇ ਤੂੰ ਸ਼ਾਂਤੀ ਨਾਲ ਬੈਠਣਾ ਤਾਂ ਇੱਥੇ ਜਾ ਜੇ ਤੂੰ ਮਾਹੌਲ ਦੇਖਣਾ ਜਾਂ ਡਾਂਸ ਡੂੰਸ ਕਰਨਾ ਤਾਂ ਇਸ ਜਗ੍ਹਾ ਜਾ ਉਹ ਦੋਸਤ ਕੌਣ ਆ ਤੁਹਾਡਾ ਮੇਰਾ ਯਾਰ ਪਹਿਲਾਂ ਤਾਂ ਆਹੀ ਵੱਡਾ ਟਾਸਕ ਹੈ ਮੇਰਾ ਵੀ ਮੈਂ ਕੁੜੀ ਨੂੰ ਲੈ ਕੇ ਜਾਂਦਾ ਸਿਸਟਮ ਵੀ ਕਿਉਂਕਿ ਹੁਣ ਨਾ ਤਾਂ ਗਰਲਫ੍ਰੈਂਡ ਹੈ ਨਾ ਹਜੇ ਵਿਆਹ ਹੈ ਅੱਛਾ ਰਜਾਈ ਚ ਲੁਕ ਕੇ ਖਾਓ ਪਰ ਜਿਨ੍ਹਾਂ ਤੋਂ ਗੁੜ ਮੰਗਿਆ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਵੀ ਸਾਰਾ ਅੱਜ ਗੁੜ ਲੈ ਕੇ ਗਿਆ ਖਾਓ ਮੈਂ ਪਾਲੀ ਨੂੰ ਪੁੱਛਦਾ ਹੁੰਦਾ ਸਾਡਾ ਮਿੱਤਰ ਆ ਉਹ ਕਾਫੀ ਘੁੰਮਦਾ ਰਹਿੰਦਾ ਕਦੇ ਕਿੱਧਰ ਨਿਕਲ ਗਿਆ ਉਹਨੂੰ ਪੁੱਛਦਾ ਉਹ ਪਾਲੀ ਕਿਹੜੀ ਪਹਾੜੀ ਤੇ ਜਾਈਏ ਤਾਂ ਉਹ ਦੱਸ ਦਿੰਦਾ ਇੱਧਰੋਂ ਇੱਧਰੋਂ ਆਇਆ ਬਾਈ ਉਹ ਉੱਥੇ ਉਹ ਬਹੁਤ ਵਧੀਆ ਹੈਗਾ ਉਹਨੂੰ ਬਾਇਕ ਹੈਗਾ ਤਾਂ ਉਹ ਆਪਾਂ ਨੂੰ ਦੱਸਣ ਦੀ ਨਾ ਪੁੱਛਣ ਦੀ ਲੋੜ ਨੀ ਪੈਂਦੀ ਆਪਾਂ ਧਿਆਨ ਬਹੁਤ ਰੱਖੀਦਾ ਵੀ ਫਲਾਨਾ ਕਿਹੜਾ ਕਿੱਥੇ ਹੈਗਾ ਉਹ ਤੋਂ ਬਾਅਦ ਉੱਥੇ ਜਾ ਵੜੀਦਾ ਜਿੱਥੇ ਜਿਹੜੇ ਜ਼ਿਆਦਾ ਵਾਰੀ ਗਏ ਉੱਥੇ ਕੰਮ ਠੀਕ ਹੈ ਤਾਂ ਮਤਲਬ ਉੱਥੇ ਜਾਓ ਲੇਕਿਨ ਜਾਣ ਤੋਂ ਪਹਿਲਾਂ ਇੱਕ ਚੀਜ਼ ਜ਼ਰੂਰ ਪੁੱਛਣਾ ਚਾਹਾਂਗਾ ਸਿੰਸ ਸਟਰਗਲ ਅਸੀਂ ਸਾਰਿਆਂ ਨੇ ਦੇਖਿਆ ਐਂਡ ਤੁਸੀਂ ਵੀ ਬਹੁਤ ਅਸੀਂ ਉਸ ਟਾਈਮ ਤੋਂ ਵੀ ਦੇਖਿਆ ਜਦੋਂ ਤੁਸੀਂ ਸ਼ੁਰੂਆਤ ਕਰ ਰਹੇ ਸੀਗੇ ਐਂਡ ਅੱਜ ਲੋਕ ਤੁਹਾਨੂੰ ਪਸੰਦ ਕਰ ਰਹੇ ਕੰਮ ਦੀ ਤਾਰੀਫ ਹੋ ਰਹੀ ਹੈ ਮਤਲਬ ਜਿਸ ਚੀਜ਼ ਦੇ ਲਈ ਮਿਹਨਤ ਕੀਤੀ ਉਹਦੀ ਤਾਰੀਫ ਹੋ ਰਹੀ ਹੈ ਤੇ ਉਸ ਸਟਰਗਲ ਨੂੰ ਜਿੱਤਣ ਤੋਂ ਬਾਅਦ ਸਕਸੈਸਫੁਲ ਹੋਣ ਤੋਂ ਬਾਅਦ ਕਿਹੜੀਆਂ ਐਸੀਆਂ ਤਿੰਨ ਚੀਜ਼ਾਂ ਜਿਹੜੀਆਂ ਤੁਸੀਂ ਕਰੀਆਂ ਕਿ ਯਾਰ ਇਹ ਮੈਂ ਆਪਣੇ ਮਨ 'ਚ ਸੋਚੀ ਹੋਈ ਸੀਗੀ ਕੁਛ ਉਮੀਦਾਂ ਹੁੰਦੀਆਂ ਕੁਛ ਖੁਆਇਸ਼ਾਂ ਹੁੰਦੀਆਂ ਇੱਛਾਵਾਂ ਹੁੰਦੀਆਂ ਉਹ ਕਿਹੜੀਆਂ ਤਿੰਨ ਇੱਛਾਵਾਂ ਪੂਰੀਆਂ ਕੀਤੀਆਂ ਤਿੰਨਾਂ ਨੂੰ ਇਹ ਸਵਾਲ ਹੋਏਗਾ ਜਿੱਤ ਹਾਰ ਤਾਂ ਨਹੀਂ ਇਹਨੂੰ ਆਪਾਂ ਤੈਅ ਕਰ ਸਕਦੇ ਕੰਮ ਤੁਹਾਡਾ ਚੰਗਾ ਮਾੜਾ ਹੁੰਦਾ ਕਈ ਵਾਰੀ ਉਹਨੇ ਜਿਹੜੀ ਹੁਣ ਸ਼ੁਰੂਆਤ ਦੀ ਗੱਲ ਹੀ ਹੈ ਜਿੱਦਾਂ ਮੈਂ ਪਹਿਲਾਂ ਛੋਟੇ ਹੁੰਦੇ ਤੋਂ ਮੈਂ ਇਹ ਸੋਚਦਾ ਹੁੰਦਾ ਸੀ ਕਿ ਮੈਂ ਗਾਉਣ ਲੱਗੂੰਗਾ ਮੈਂ ਮਤਲਬ ਫਿਲਮਾਂ ਦਾ ਮੈਨੂੰ ਬਾਅਦ 'ਚ ਪਤਾ ਲੱਗਿਆ ਹੌਲੀ ਹੌਲੀ ਆ ਕੇ ਪਰ ਮੈਂ ਇਹ ਸੀ ਮੈਂ ਉਦੋਂ ਨਾਕਲਾਂ ਲਾਉਂਦਾ ਹੁੰਦਾ ਸੀ ਜ਼ਰੂਰ ਪਿੰਡ 'ਚ ਮਾਸਟਰਾਂ ਦੀਆਂ ਹੋਰ ਦੀਆਂ ਜਿਵੇਂ ਧੂਣੀ 'ਤੇ ਬਹਿ ਗਏ ਉੱਥੇ ਉਹ ਸੁਣਾਈ ਉਹਦੀ ਗੱਲ ਕਹਿੰਦੇ ਉਹਦੀ ਕਰਕੇ ਸੁਣਾਈ ਹੋਈ ਐਂ ਤਾਂ ਉਹ ਮੈਨੂੰ ਜਦੋਂ ਮੈਂ ਸਕੂਲ ਤੋਂ ਕਾਲਜ ਆਇਆ ਉੱਥੇ ਪਤਾ ਲੱਗਿਆ ਵੀ ਯਾਰ ਮੋਨੋ ਐਕਟਿੰਗ ਕਰਦੇ ਆ ਜਿਹੜੀ ਮੈਂ ਕਰਦਾ ਫਿਰ ਮੈਂ ਮਮਿਕਰੀ ਦੇਖੀ ਮੈਂ ਅੱਛਾ ਇਹ ਵੀ ਹੁੰਦਾ ਵੀ ਇਹ ਵੀ ਮੈਂ ਕਰ ਲੂੰਗਾ ਹੈ ਨਾ ਫਿਰ ਉਹ ਚੀਜ਼ਾਂ ਅੱਗੇ ਅੱਗੇ ਜੁੜਦੀਆਂ ਜਾਂਦੀਆਂ ਇਹ ਆ ਵੀ ਉਹ ਸ਼ੁਰੂਆਤ ਸੀਗੀ ਪਹਿਲਾਂ ਤੁਸੀਂ ਪਿੰਡ ਦੇ
ਗਲੀ ਚ ਬਹਿ ਕੇ ਦੋ ਬੰਦਿਆਂ ਨੂੰ ਸੁਣਾਉਣ ਜੋਗੇ ਹੁੰਦੇ ਹੋ, ਫਿਰ ਦਸ ਹੋ ਜਾਂਦੇ ਨੇ, ਫਿਰ ਸਕੂਲ ਦੀ ਸਟੇਜ ਤੇ ਚੜ੍ਹਦੇ ਹੋ, ਫਿਰ ਕਾਲਜ ਯੂਨੀਵਰਸਿਟੀ, ਏਦਾਂ ਸ਼ੁਰੂਆਤਾਂ ਹੁੰਦੀਆਂ ਹੁੰਦੀਆਂ। ਤੁਹਾਨੂੰ ਪਹਿਲਾ ਕੰਮ ਕਿਤੇ ਨਾ ਕਿਤੋਂ ਕਰਨਾ ਹੀ ਪੈਂਦਾ। ਜੇ ਉਦੋਂ ਕਹਿ ਦੀਏ ਵੀ ਮੈਂ ਤਾਂ ਸਟਰਗਲ, ਆਪਾਂ ਕਿਹੜਾ ਇਹ ਹੈਗਾ ਵੀ ਅੰਬਾਨੀਆਂ ਦੇ ਘਰੇ ਪੈਦਾ ਹੋਇਆ, ਫਿਰ ਤਾਂ ਕਹੀਏ ਵੀ ਯਾਰ ਅੰਬਾਨੀਆਂ ਦਾ ਮੁੰਡਾ ਵੀ ਫਿਲਮਾਂ ਮੰਗਦਾ ਫਿਰਦਾ ਵੀ ਪ੍ਰਿੰਸ ਨੂੰ ਕਹਿੰਦਾ ਮੇਰੇ ਲਈ ਲਿਖੋ ਬਾਈ ਰਿਸ਼ਤਾ ਦੇ ਦੋਗੇ ਰੋਲ, ਫਿਰ ਤਾਂ ਕਹਿੰਦੇ ਵੀ ਉਹਦਾ। ਸਾਡਾ ਤਾਂ ਇਹ ਵੀ ਮੈਂ ਸੋਚਿਆ ਹੋਇਆ ਸੀ ਮੈਂ ਇੱਧਰ ਹੀ ਆਉਣਾ ਤੇ ਮੈਂ ਇਸੇ ਲਈ ਹੀ ਕੰਮ ਕਰਦਾ ਰਿਹਾ ਸ਼ੁਰੂ ਤੋਂ, ਔਰ ਸਟੱਡੀ ਕੀਤੀ ਆਪਦੀ ਆਪਦੇ ਤਰੀਕੇ ਨਾਲ ਕਰਦਾ ਰਿਹਾ। ਪਰ ਇਹ ਵੀ ਇੱਧਰ ਆਉਣਾ ਸੀ ਤਾਂ ਉਹਦੇ ਵਿੱਚ ਇਹ ਹੈ ਵੀ ਤੰਗੀਆਂ ਤੁਰਸ਼ੀਆਂ ਸਾਰੀਆਂ ਚੀਜ਼ਾਂ ਆਉਣਗੀਆਂ, ਤਾਂ ਉਹਨਾਂ ਨੂੰ ਹੱਸ ਕੇ ਖਿੜੇ ਮੱਥੇ ਪ੍ਰਵਾਨ ਕੀਤਾ, ਬਸ ਆਪਦੇ ਕੰਮ 'ਚ ਲੱਗੇ ਰਹੇ। ਇੱਛਾਵਾਂ ਕਿਹੜੀਆਂ ਪੂਰੀਆਂ ਕੀਤੀਆਂ? ਇੱਛਾਵਾਂ ਇਹੀ ਮੈਨੂੰ, ਮੈਂ ਕਹਿੰਦਾ ਸੀਗਾ ਵੀ ਮੈਂ ਜਿਵੇਂ ਟੀ ਵੀ 'ਤੇ ਆਵਾਂ, ਟੀ ਵੀ 'ਤੇ ਆ ਰਿਹਾ ਅਤੇ ਫਿਲਮ ਬਸ ਆਹੀ ਸੀਗੇ ਯਾਰ, ਆਰਟਿਸਟ ਬਣਨਾ ਸੀਗਾ ਵੀ ਆਈਏ ਫਿਲਮਾਂ 'ਚ ਕੰਮ ਕਰੀਏ। ਧੀਰੇ ਧੀਰੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ, ਪਰ ਮੈਨੂੰ ਲੱਗਦਾ ਅਜੇ ਸ਼ੁਰੂਆਤ ਹੀ ਆ ਇੱਕ ਤਰ੍ਹਾਂ ਦੀ। ਮੈਂ ਸਕਸੈਸ, ਮੈਨੂੰ ਇਹ ਹੁੰਦਾ ਵੀ ਸਕਸੈਸ ਸ਼ਬਦ ਨੂੰ ਆਪਾਂ ਕਦੇ ਵੀ ਡਿਫਾਈਨ ਨਹੀਂ ਕਰ ਸਕਦੇ। ਔਰ ਬਾਕੀ ਉਹ ਨਿੱਕੀਆਂ ਨਿੱਕੀਆਂ ਖੁਸ਼ੀਆਂ ਜਿਹੜੇ ਮੈਂ ਆਪਦੀ ਮਦਰ ਲਈ ਹੁਣ ਜਦੋਂ ਕੋਈ ਚੀਜ਼ ਖਰੀਦਦਾ, ਜਦੋਂ ਦੇਖਿਆ ਸੀ ਕਿ ਉਹ ਪਹਿਲਾਂ ਇੱਕ ਸੂਟ ਮੁਸ਼ਕਲ ਨਾਲ ਲੈਂਦੇ ਹੁੰਦੇ ਸੀ ਜਾਂ ਇੱਕ ਹੀ ਥਾਂ 'ਚੋਂ ਸਾਡੇ ਦੋਨਾਂ ਬ੍ਰਦਰ ਦੇ ਕੱਪੜੇ ਲੈ ਜਾਂਦੇ ਸੀ, ਅਤੇ ਉਹ ਜਦੋਂ ਹੁਣ ਉਹਨਾਂ ਲਈ ਚੀਜ਼ਾਂ ਖਰੀਦਦੇ ਹਾਂ ਬਹੁਤ ਵਧੀਆ ਲੱਗਦਾ। ਔਰ ਦੂਜੀ ਗੱਲ, ਮੈਂ ਜਦੋਂ ਹੁਣ ਚੀਜ਼ਾਂ ਆਈਆਂ ਤਾਂ ਮੈਂ ਬੁਲਟ ਲਿਆ, ਪਹਿਲਾਂ ਯਾਮਾ ਲਿਆ, ਫਿਰ ਬੁਲਟ ਲਿਆ, ਹੁਣ ਥਾਰ ਲਈ। ਮੈਨੂੰ ਇਹ ਆ ਵੀ ਜੋ ਚੀਜ਼ ਮੈਂ ਕਾਲਜ ਚ ਆਏ ਨਹੀਂ ਇੰਜੋਏ ਕਰ ਪਾਇਆ, ਜੋ ਆਪਣੀ ਇੱਛਾਵਾਂ ਬਿਲਕੁਲ ਪੂਰੀਆਂ ਕਰਨੀ ਆ, ਮੈਂ ਹੁਣ ਇਹ ਚੀਜ਼ਾਂ ਸੁਣ ਕੇ ਵੀ ਚੰਗੀਆਂ ਲੱਗਦੀਆਂ, ਕਿਉਂਕਿ ਜੀ ਅਸੀਂ ਮਿਹਨਤ ਕੀਤੀ ਹੈ ਤਾਂ ਅਸੀਂ, ਸਾਨੂੰ ਮਿਲੀਆਂ ਨਹੀਂ ਨੇ, ਅਸੀਂ ਆਪਣੀ ਮਿਹਨਤ ਕੀਤੀ, ਉਹ ਵਧੀਆ ਲੱਗਦਾ ਹੁਣ ਸਾਰੀਆਂ। ਪ੍ਰਿੰਸ ਭਾਜੀ ਤੁਹਾਡੇ ਕੋਲ ਆਉਂਦੇ ਆ। ਮੇਰਾ ਅਸਲ 'ਚ ਸ਼ੁਰੂ ਤੋਂ ਨਾ ਜਦੋਂ ਨਾਟਕਾਂ ਦਾ, ਮੇਰੇ ਬ੍ਰਦਰ ਨਾਟਕ ਕਰਨਾ ਚਾਹੁੰਦੇ ਸੀ ਅਤੇ ਉਹ ਕਰ ਨਹੀਂ ਪਾਏ ਘਰ ਦੀਆਂ ਜ਼ਿੰਮੇਵਾਰੀਆਂ, ਉਹਨਾਂ ਨੇ ਮੈਨੂੰ ਨਾਟਕ ਕਰਨ ਲਾ ਤਾ। ਮੈਨੂੰ ਥੀਏਟਰ ਦਾ ਬੜਾ ਸ਼ੌਂਕ ਸੀ, ਉਹ ਪੂਰਾ ਸਵਾਦ ਲਿਆ। ਉਦੋਂ ਬਾਅਦ ਸੀਗਾ ਵੀ ਯਾਰ ਕੋਈ ਕੰਮ ਕਾਰ ਹੋਣਾ ਚਾਹੀਦਾ, ਤੁਸੀਂ ਐਂ ਕਰਕੇ ਵੀ ਇਹਦੇ 'ਚ ਪ੍ਰੋਪਰ ਥੀਏਟਰ ਜ਼ਰੂਰੀ ਵਾਲਾ ਹਿਸਾਬ ਕਿਤਾਬ ਹੈ ਨਹੀਂ, ਪੈਸੇ ਤੇ ਲਾ ਹੈ ਨਹੀਂ। ਮੈਂ ਸੀਗਾ ਤਾਂ ਜੱਟਾਂ ਦਾ ਸ਼ੋਰ ਅਤੇ ਕਰ ਲਿਆ ਮੈਂ ਰੈਡੀਮੇਡ ਦਾ ਕੰਮ ਬਿਨਾਂ ਸਿੱਖੇ, ਮੇਰਾ ਕੰਮ ਉਹ ਵੀ ਬਹੁਤ ਵਧੀਆ ਚੱਲਿਆ, ਬਹੁਤ ਵਧੀਆ ਚੱਲਿਆ ਵੀ 10-11 ਸਾਲ ਨਜ਼ਾਰੇ ਹੀ ਲੁੱਟੇ ਆ, ਵਧੀਆ ਪੈਸੇ ਬਣਾਏ, ਉਹ ਵੀ ਪੂਰੀ ਹੋਈ ਇੱਛਾ। ਉਦੋਂ ਬਾਅਦ ਸੀਗਾ ਫਿਲਮਾਂ 'ਚ ਆਉਣ ਦਾ, ਉਹ ਫਿਲਮਾਂ ਵਾਲੇ ਪਾਸੇ ਵੀ ਹੌਲੀ 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 ਇੱਧਰ ਨੂੰ ਆ ਗਏ, ਅਤੇ ਸ਼ੌਂਕ ਜਦੋਂ ਪ੍ਰੋਫੈਸ਼ਨ ਬਣ ਜੇ ਉਹਦੇ ਪੈਸੇ ਆਉਣ ਲੱਗ ਜਾਣ, ਉਹਦੇ ਨਾਲ ਦੀ ਦਰਸ਼ਨ ਅਤੇ ਉਹਦੇ ਆਉਣ ਲੱਗ ਗਏ। ਔਰ ਮੈਨੂੰ ਲੱਗਦਾ ਮੈਂ ਤਿੰਨੇ ਕੰਮ ਹੀ ਥੀਏਟਰ 'ਚ ਵੀ ਜਿੰਨੇ ਕੁ ਜੋਗੇ ਹੁੰਦੇ ਸੀ ਉਨੇ ਕੁ ਹੁੰਦਾ ਸੀ ਵੀ ਨਾਟਕ ਤਿਆਰ ਕਰਾਉਣਾ, ਪੈਸੇ ਪੂਸੇ ਮਿਲ ਜਾਂਦੇ, ਫਿਰ ਦੁਕਾਨ ਕੀਤੀ, ਉਹ ਵੀ ਮੇਰਾ ਸ਼ੌਂਕ ਸੀ ਰੈਡੀਮੇਡ ਦਾ ਕੰਮ ਕਰਨ, ਫਿਰ ਫਿਲਮਾਂ ਵਾਲੇ ਪਾਸੇ ਸੀਗਾ ਇਹ ਵੀ ਸ਼ੌਂਕ, ਪਰ ਵਾਹਿਗੁਰੂ ਨੇ ਮਿਹਰ ਕੀਤੀ ਉਹ ਪੈਸਾ ਵੀ ਆਉਣ ਲੱਗ ਗਿਆ ਸਾਰਾ, ਰੋਟੀ ਪਾਣੀ ਠੀਕ ਹੈ। ਬਾਹਲੀ ਆਪਾਂ ਕੋਈ ਭੁੱਖ ਰੱਖਦੇ ਨਹੀਂ, ਬਾਹਲੀ ਮੰਗ ਰੱਖਦੇ ਨਹੀਂ ਵੀ ਆਹ ਹੋਵੇ ਆਏ ਹੋਵੇ, ਬਹੁਤ ਵਧੀਆ ਜਿੰਨਾ ਚੱਲੀ ਜਾਂਦੇ ਹਾਂ ਜਿੰਨਾ ਹਿਸਾਬ ਕਿਤਾਬ ਹੈ ਬਹੁਤ ਵਧੀਆ ਚੱਲਦਾ ਪਿਆ। ਅੱਗੇ ਕੁਛ ਚੰਗਾ ਅਤੇ ਵੱਡਾ ਕਰਨ ਦੀ ਚਾਹਨਾ ਜ਼ਰੂਰ ਹੈ ਜੀ, ਅਤੇ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਜੋ ਜੋ ਤੁਸੀਂ ਚਾਹੁੰਦੇ ਹੋ ਪੂਰੀਆਂ ਹੋਣ ਇੱਛਾਵਾਂ। ਐਂਡ 23 ਸਤੰਬਰ ਨੂੰ ਸਭ ਤੋਂ ਪਹਿਲਾਂ ਤਾਂ ਸਿਨੇਮਾ ਘਰ ਜਾ ਕੇ ਲੋਕ ਫਟਾਫਟ ਸਾਰੇ ਹਾਲਸ ਭਰ ਦੇਣ, ਹਾਊਸਫੁੱਲ ਜਾਣ ਕ੍ਰਿਮੀਨਲ ਵੇਖਣ ਦੇ ਲਈ, ਕਿਉਂਕਿ ਇੱਕ ਐਸਾ ਕੰਟੈਂਟ ਪੰਜਾਬੀ ਇੰਡਸਟਰੀ ਦੇ ਵਿੱਚ ਆਇਆ ਕਿ ਜਿਹਦੀ ਲੋਕ ਡਿਮਾਂਡ ਕਰ ਰਹੇ ਸੀਗੇ, ਇੱਛਾ ਲੋਕਾਂ ਦੀ ਤੁਸੀਂ ਪੂਰੀ ਕਰ ਰਹੇ ਹੋ, ਤੁਹਾਡੀਆਂ ਇੱਛਾਵਾਂ ਜ਼ਰੂਰ ਪੂਰੀਆਂ ਹੋਣਗੀਆਂ ਇਨਸ਼ਾਅੱਲਾ, ਲੇਕਿਨ ਜਿਹੜੀਆਂ ਲੋਕਾਂ ਦੀ ਇੱਛਾ ਤੁਸੀਂ ਪੂਰੀ ਕਰ ਰਹੇ ਹੋ ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਧੰਨਵਾਦ ਜੀ, ਅਤੇ ਉਮੀਦ ਕਰਦੇ ਹਾਂ ਤੁਹਾਨੂੰ ਕ੍ਰਿਮੀਨਲ ਤੋਂ ਬਾਅਦ ਆਪਾਂ ਸਕਸੈਸ ਪਾਰਟੀ 'ਤੇ ਮਿਲੀਏ ਅਤੇ ਇੰਜੋਏ ਕਰੀਏ, ਉੱਥੇ ਫਿਰ ਡਾਂਸ ਡੂਸ ਕਰੀਏ ਅਤੇ ਗੱਲਾਂ ਬਾਤਾਂ ਕਰਾਂਗੇ। ਥੈਂਕ ਯੂ ਸੋ ਮਚ ਜੀ, ਸਤਿ ਸ਼੍ਰੀ ਅਕਾਲ, ਟੇਕ ਕੇਅਰ ਐਂਡ ਕੀਪ ਵਾਚਿੰਗ ਪੰਜਾਬੀ ਮੀਡੀਆ, ਸਟੇ ਟਿਊਨ।
ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਪੰਜਾਬੀ ਮੀਨੀਆ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਸਤਿਕਾਰ, ਸਤਿ ਸ਼੍ਰੀ ਅਕਾਲ। ਦੋਸਤੋ, ਮੈਂ ਤੁਹਾਡੇ ਪੰਮੇ ਨੂੰ ਫੜ ਕੇ ਲਿਆ। ਪੰਮਾ ਕਿਤੇ ਨਹੀਂ ਗਿਆ, ਪੰਮਾ ਮੇਰੇ ਨਾਲ ਹੈ। ਸਤਿ ਸ਼੍ਰੀ ਅਕਾਲ ਭਾਜੀ, ਪ੍ਰਿੰਸ ਭਾਜੀ, ਕੀ ਹਾਲ ਚਾਲ ਹੈ? ਕਾਲ ਵੀਰੇ, ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਬਹੁਤ ਵਧੀਆ। ਹੁਣ ਤਾਂ ਲੋਕ ਵਾਰਨਿੰਗਾਂ ਦੇ ਰਹੇ ਤੁਹਾਡੇ ਵਿਰੋਧੀਆਂ ਨੂੰ। ਨਹੀਂ, ਉਹ ਗੀਪੀ ਬਾਈ ਜੀ ਨੇ ਕਰੈਕਟਰ ਹੀ ਐਸਾ ਖੜਾ ਕਰਤਾ ਵੀ ਉਹ 'ਚ ਮਜ਼ਾ, ਮੈਨੂੰ ਵੀ ਬਹੁਤ ਮਜ਼ਾ ਆਇਆ। ਪਹਿਲਾਂ ਮੈਨੂੰ ਐਂ ਸੀਗਾ ਵੀ ਠੀਕ ਆ, ਚਲੋ ਇੱਕ ਐਪੀਸੋਡ ਕੀਤਾ ਯਾਰ, ਓਕੇ ਠੀਕ ਆ, ਜੋ ਮਰ ਗਿਆ ਤਾਂ ਕੋਈ ਨਹੀਂ, ਹੈ ਨਾ। ਹੁਣ ਜਦੋਂ ਕੱਲ੍ਹ ਦਾ ਉਹ ਕੰਮ ਚੱਲਿਆ ਹੋਵੇ ਵੀ ਪੰਮਾ ਜਿਉਂਦਾ ਕਰੋ, ਲੋਕ ਲਹਿਰ ਚੱਲ ਗਈ, ਫਿਰ ਮੈਨੂੰ ਵੀ ਆ ਵੀ ਯਾਰ ਥੋੜ੍ਹਾ ਜਿਹਾ ਹੋਵੇ ਹੋਵੇ। ਫਿਰ ਉੱਤੋਂ ਕੱਲ੍ਹ ਇੱਕ ਪੋਸਟ ਮੈਨੂੰ ਕਿਸੇ ਨੇ ਭੇਜੀ, ਸਕਰੀਨਸ਼ੋਟ ਮਾਰ ਕੇ, ਅਤੇ ਮੈਂ ਉਹ ਇੰਸਟਾ 'ਤੇ ਪਾ ਤੀ। ਔਰ ਉਹਦੇ 'ਤੇ ਸੀਗਾ ਵੀ ਪੰਮੇ ਜਿਉਂਦਾ ਕਰੋ, ਇਹਨੂੰ ਬੰਦੇ ਨੇ ਕਾਫੀ ਲਿਖਿਆ ਸੀ। ਅਤੇ ਥੱਲੇ ਪੀਟਰ ਬਿਰਦੀ ਬਾਈ ਜੀ ਦਾ ਆ ਗਿਆ, ਯੂਕੇ ਵਾਲਿਆਂ ਦਾ, ਬਹੁਤ ਉਹ ਕਹਿੰਦੇ ਵੀ ਵਾਂਟ ਪੰਮਾ, ਅਤੇ ਵੀ ਮੈਂ ਗੀਪੀ ਬਾਈ ਜੀ ਨੂੰ ਕਹਿੰਦਾ ਇਹ ਅਰਜ ਕਰਦਾ ਵੀ ਭਾਈ ਇਹਨੂੰ ਦੁਬਾਰਾ ਜਿਉਂਦਾ। ਉਹਦੇ ਨਾਲ ਹੋਰ ਉਹ ਚੱਲਿਆ ਕੰਮ ਫਿਰ। ਬਾਈ ਜੀ, ਜਿੱਦਾਂ ਆਪਾਂ ਦੇਖਦੇ ਹਾਂ ਫਿਲਮ ਇਹਦੇ ਵੈਬ ਸੀਰੀਜ਼ ਦੇ ਵਿੱਚ, ਚਟਾਕੇ ਤੁਹਾਡੇ ਪੈ ਰਹੇ ਆ, ਬੰਦੂਕ ਤੁਹਾਡੇ ਚੱਲ ਨਹੀਂ ਰਹੀ ਤੁਹਾਡੇ ਨਾਲ, ਕਿੰਨੇ ਕੁ ਚਟਾਕੇ ਖਾਣੇ ਪਏ, ਕਿੰਨਾ ਕੁ ਰੀਟੇਕ ਹੋਇਆ ਸੀਗਾ ਉਸ ਵੇਲੇ? ਨਹੀਂ, ਉਹ ਤਾਂ ਮੈਂ ਅਸਲ 'ਚ ਉਦੋਂ ਖੁਸ਼ ਹੋ ਗਿਆ ਵੀ ਜੱਸੀ ਬਾਈ ਥੀਏਟਰ ਕਰਦੇ ਆ। ਸਾਡੇ ਥੀਏਟਰ ਵਾਲਿਆਂ ਦਾ ਥੋੜ੍ਹਾ ਜਿਹਾ ਹੁੰਦਾ ਵੀ ਨੈਚੁਰਲ ਵਾਲੇ ਚੱਕਰ 'ਚ, ਮੇਰੇ ਉਹਨਾਂ ਨੇ ਦੋ ਮਾਰੀਆਂ ਕੰਨ 'ਤੇ, ਠਾ ਠਾ ਸੱਚੀਓ ਪਈਆਂ ਅਸਲ 'ਚ ਵੀ। ਇੱਕ ਵਾਰੀ ਤਾਂ ਮੈਨੂੰ ਐਂ ਹੋ ਗਿਆ ਬਾਹਰ ਆਉਂਦੇ ਜਿਹਨੂੰ ਮੈਂ ਕਹਿਆ, ਫਿਰ ਮੈਂ ਕਿਹਾ ਭਾਅ ਜੀ ਨੈਚੁਰਲ ਦੇ ਚੱਕਰ 'ਚ ਤੁਸੀਂ ਵੀ ਇਹ ਨਾ ਹੋਵੇ ਮੇਰਾ ਕੰਨ ਦੁਖਾਂ ਦਾ। ਵਧੀਆ ਹੋਇਆ, ਉਹਦੇ ਰੀਟੇਕ ਜ਼ਿਆਦਾ ਨਹੀਂ ਹੋਏ ਉਹਦੇ। ਸੋ ਭਾਅ ਜੀ, ਜਿਹੜਾ ਇਹ ਪੰਮੇ ਦਾ ਕਿਰਦਾਰ ਹੈ, ਇਹਦੇ ਲਈ ਤੁਹਾਨੂੰ ਕੀ ਕੁਝ ਵੱਖਰਾ ਕਰਨਾ ਪਿਆ ਵੀ ਜਿਹੜਾ ਆਡੀਅੰਸ ਨੂੰ ਇੰਨਾ ਜ਼ਿਆਦਾ ਪਸੰਦ ਆਇਆ? ਵੱਖਰਾ ਵੀ ਮੈਂ ਮਿਹਨਤ ਜਿਹੜੀ ਵੀ ਇਹਦੇ 'ਤੇ ਅੰਦਰੋਂ ਜੀ ਕਰਦਾ ਹੁੰਦਾ ਸੀ ਵੀ ਯਾਰ ਆ ਮੈਂ ਇਹਦੇ 'ਤੇ ਕਰਾਂਗਾ, ਨਹੀਂ ਆਪਾਂ ਜਾਂਦੇ ਹਾਂ ਸੈੱਟ 'ਤੇ ਰੋਲ ਕੀਤਾ ਠੀਕ ਹੈ। ਮੈਂ ਅਸਲ 'ਚ ਰੰਗ ਮੇਰਾ ਗੋਰਾ, ਬਾਈ ਨੂੰ ਚਾਹੀਦਾ ਸੀ ਬੰਦਾ ਕਾਲਾ ਗਲੂਟਾ। ਮੈਨੂੰ ਇਹ ਵੀ ਸੀਗਾ ਵੀ ਇਹ ਨਾ ਹੋਵੇ ਇਸ ਗੱਲ 'ਚ ਵੀ ਰਹਿ ਜਾ ਮੈਂ ਵੀ ਯਾਰ ਇਹ ਉਵੇਂ ਬਣ ਨਹੀਂ ਸਕਿਆ ਜਿੱਦਾਂ ਦਾ ਚਾਹੀਦਾ ਸੀਗਾ, ਵੀ ਨਿਰਾਸ਼ ਹੀ ਹੋ ਜੇ ਬੰਦਾ। ਫਿਰ ਅਸੀਂ ਜਦੋਂ ਇੱਕ ਸੰਧੂ ਹੁੰਦਾ ਤਾਂ ਸ਼ੂਟ ਚੱਲਦਾ ਸੀਗਾ, ਗਰਮੀ ਬਹੁਤ ਸੀਗੀ, 44-45 ਐਂ ਕਰਕੇ ਹੁੰਦੀ ਸੀ, ਐਕਸ਼ਨ ਚੱਲਦਾ ਸੀ। ਫਿਰ ਮੈਨੂੰ ਨਾ, ਮੈਂ ਉੱਥੇ ਤੁਰੇ ਫਿਰਦਿਆਂ ਉੱਥੇ ਕਰਾਊਡ ਆਉਂਦਾ ਹੁੰਦਾ ਸੀਗਾ ਮੁੰਡੇ, ਉਹਨਾਂ ਦੇ ਸਪਲੈਂਡਰ ਮੋਟਰਸਾਈਕਲ ਹੁੰਦੇ ਸੀ ਉਹਨਾਂ ਕੋਲ, ਮੈਂ ਨਿਗਾਹ ਰੱਖਦਾ ਸੀ ਇੱਕ ਅੱਧੇ ਨਾਲ, ਮੈਂ ਫਿਰਦਾ ਸੀ, ਹੁਣ ਡਾਇਲੋਗ ਲਿਖੇ ਆ ਅਤੇ ਐਕਟਰ ਸੀਗਾ, ਬੁਲਾਉਣ ਨੂੰ ਮੈਨੂੰ ਫਿਰਦੇ ਹੀ ਹੁੰਦੇ ਸੀ। ਮੈਂ ਮੁੰਡੇ ਨੂੰ ਵੀ ਹੈਲੋ ਹਾਏ 2 ਮਿੰਟ ਕਰਕੇ ਉਹਨੂੰ ਕਹਿੰਦਾ ਕਦੋਂ ਕਿ ਤਿੱਕਰ ਤੇਰਾ ਸ਼ੂਟ, ਉਹਨੇ ਕਹਿੰਦਾ ਭਾਅ ਜੀ ਹੈਗਾ 2 ਘੰਟੇ, ਲੈ ਚਾਬੀ ਦੇ ਮੋਟਰਸਾਈਕਲ ਦੀ। ਮੈਂ ਫਿਰ ਨਾ ਉਹ ਜਿਹੜਾ ਟੈਨਿੰਗ ਕਰਨ ਲਈ, ਕਾਲਾ ਹੋਣ ਲਈ, ਫਿਰ ਮੈਂ ਨਿਕਲਦਾ ਸੀਗਾ, ਮੇਕਅਪ ਤਾਂ ਕੀਤਾ ਉਹ 'ਚ, ਪਰ ਵੀ ਥੋੜ੍ਹਾ ਬਹੁਤਾ ਮੇਕਅਪ ਹੀ ਕੀਤਾ ਵੀ ਜਿਹੜਾ ਸਕਰੀਨ 'ਤੇ ਠੀਕ ਲੱਗੇ, ਉਹ ਸਾਰੀ ਮੈਂ ਟੈਨਿੰਗ ਕੀਤੀ ਹੋਈ ਆ। ਮੈਂ ਅੱਧੀਆਂ ਬਾਹਾਂ ਵਾਲੀ ਪਾ ਕੇ ਅਤੇ ਮੋਟਰਸਾਈਕਲ 'ਤੇ 5-7 ਗੇੜੇ ਲਾ ਦਿੰਦਾ ਸੀ ਧੁੱਪੇ। ਮੈਨੂੰ ਇਹ ਗੱਲ ਦਾ ਬਹੁਤ ਚੰਗੀ ਤਰ੍ਹਾਂ ਪਤਾ, ਕਿਉਂਕਿ ਜਦੋਂ ਕਿਤੇ ਪਹਿਲਾਂ ਪਿੰਡ ਹੁੰਦੇ ਸੀਗੇ ਜਾਂ ਜਾਂਦੇ ਸੀ ਤਾਂ ਦੁਪਹਿਰੇ ਕਿਤੇ ਨਿਕਲ ਜਾਣਾ ਸਾਈਕਲ 'ਤੇ ਜਾਂ ਮੋਟਰਸਾਈਕਲ 'ਤੇ, ਤਾਂ ਜਦੋਂ ਆ ਕੇ ਭਰਨਾ ਜਾਂ ਲਾਉਣਾ ਉਹ ਤਾਂ ਉਹ ਐਂ ਛਪਿਆ ਪਿਆ ਹੁੰਦਾ ਸੀਗਾ ਇੱਦਾਂ ਕਰਕੇ। ਆਹ ਸਾਰੀ ਟੈਨਿੰਗ ਆ ਇੱਥੋਂ ਗੋਰੇ ਹੁੰਦੇ ਸੀ, ਉਹ ਮੈਨੂੰ ਇਸ ਗੱਲ ਦਾ ਪਤਾ ਸੀਗਾ ਵੀ ਇਹ 3-4 ਦਿਨਾਂ 'ਚ ਨਾ ਮੇਰੇ ਓਕੇ ਹੋ ਜੂਗਾ ਕੰਮ। ਫਿਰ ਮੈਂ ਉਹ 3-4 ਦਿਨ ਮੈਂ ਦੇਖ ਕੇ ਸ਼ੂਟ ਸ਼ੁਰੂ ਹੋਣਾ ਸੀਗਾ ਅਤੇ ਉਹ
ਉਹ ਫਿਰ ਮੈਂ ਸੰਧੂ ਦੇ ਸਾਈਡ ਤੋਂ ਮੋਟਰਸਾਈਕਲ ਲੈ ਕੇ ਧੁੱਪੇ ਗੇੜੇ ਲਾਉਂਦਾ ਹੁੰਦਾ ਸੀ। ਕਿਆ ਬਾਤ ਹੈ ਜਿਹੜੀ ਮਿਹਨਤਾਂ ਨੇ ਰੰਗ ਲੈ ਕੇ ਆਈਆਂ ਨੇ ਤੁਹਾਡੇ ਕਹਿ ਸਕਦੇ ਹਾਂ ਨਾ। ਤੁਸੀਂ ਕਹਿੰਦੇ ਹੋ ਵੀ 2013 ਦੇ ਵਿੱਚ ਉਹ ਜਿਹਾ ਪਿਆਰ ਮਿਲਿਆ ਜਾਂ ਫਿਰ ਹੁਣ ਜਾ ਕੇ ਇੰਨਾ ਪਿਆਰ ਮਿਲਿਆ ਆਡੀਅੰਸ ਦੇ ਵੱਲੋਂ, ਕਿੰਨਾ ਕੁ ਮੰਨਦੇ ਹੋ ਵੀ ਇਸ ਲੈਵਲ ਤੱਕ ਪਹੁੰਚਣ ਵਾਸਤੇ ਜਾਂ ਪੰਮੇ ਨੂੰ ਲੋਕ ਇੰਨੇ ਮੈਸੇਜ ਕਰ ਰਹੇ ਨੇ ਇੱਕ ਲੋਕ ਲਹਿਰ ਬਣਨ ਵਾਸਤੇ, ਪੰਮਾ ਨੂੰ ਜਿੰਦਾ ਕਰੋ, ਕਿੰਨਾ ਕੁ ਮਿਹਨਤ ਲੱਗੀ? ਮੇਰੀ ਨਹੀਂ ਮਿਹਨਤ ਲੱਗੀ, ਮੇਰੀ ਇਹਦੇ 'ਚ ਮੇਰੀ ਕੁਛ ਵੀ ਮਿਹਨਤ ਹੈ ਨਹੀਂ ਗੀ। ਮੈਂ ਨਾ ਵੈਸੇ ਵੀ ਮੈਂ ਚਾਹੁੰਦਾ ਹੀ ਹਮੇਸ਼ਾ ਜ਼ਿੰਦਗੀ 'ਚ ਮੈਂ ਡਾਇਰੈਕਟਰ ਬੁਆਏ ਬਣ ਕੇ, ਜਦੋਂ ਹੁਣ ਕਰਦੇ ਸੀਗੇ ਮੈਂ ਮਨੀਟਰ ਨਹੀਂ ਦੇਖਿਆ। ਅੱਛਾ। ਮੈਂ ਮਨੀਟਰ ਨਹੀਂ ਦੇਖਿਆ ਵੈਬ ਸੀਰੀਜ਼ 'ਤੇ। ਅੱਛਾ। ਵੀ ਡਾਇਰੈਕਟਰ ਕਰ ਰਿਹਾ, ਕੈਮਰਾਮੈਨ ਐਡਾ ਘੈਂਟ ਹੈ, ਡਾਇਰੈਕਟਰ ਤੁਹਾਨੂੰ ਘੈਂਟ ਦਿੱਤਾ, ਗਿੱਪੀ ਬਾਈ ਜੀ ਗਲਤ ਬੰਦਾ ਥੋੜ੍ਹੀ ਚੁਣਨਗੇ ਕੋਈ? ਬਿਲਕੁਲ, ਉਹਨਾਂ ਨੇ ਲਿਖੀ ਆ ਉਹ ਕੀਤੀ, ਅਤੇ ਮੈਂ ਮਨੀਟਰ ਦੇਖ ਕੇ ਕੀ ਕਰ ਲੂੰਗਾ ਬਈ? ਫਿਰ ਮੈਨੂੰ ਸੀਗਾ ਮੈਨੂੰ ਫੇਥ ਹੈ ਤੁਹਾਡੇ 'ਤੇ, ਜਿਵੇਂ ਫਿਰ ਉਹ ਮੈਨੂੰ ਕਰਵਾਉਂਦੇ ਸੀ। ਜ਼ਿਆਦਾ ਤਾਂ ਔਖਾ ਇਹਨਾਂ ਨੂੰ ਹੋਇਆ, ਇਹਨਾਂ ਨੂੰ ਜ਼ਿਆਦਾ ਮਿਹਨਤ ਕਰਨੀ ਪਈ ਮੈਨੂੰ ਕਰਵਾਉਣ ਲਈ। ਬਾਈ ਜੀ, ਇਸ ਕਿਰਦਾਰ ਦੇ ਲਈ ਡਾਇਰੈਕਟਰ ਦੇ ਵੱਲੋਂ ਇਹੋ ਜਿਹੀ ਮੰਗ ਸੀ ਜਾਂ ਕਹਾਣੀ ਇਹੋ ਜਿਹੀ ਮੰਗ ਕਰਦੀ ਸੀ, ਜਾਂ ਤੁਸੀਂ ਖੁਦ ਆਪਣੇ ਆਪ ਨੂੰ ਇੰਪਰੋਵਾਈਜ਼ ਕਰਿਆ ਇਸ ਕਰੈਕਟਰ ਦੇ ਲਈ? ਨਹੀਂ, ਇਹ ਗਿੱਪੀ ਬਾਈ ਜੀ ਦੀ ਮੰਗ ਸੀਗੀ। ਉਹਨਾਂ ਨੇ, ਅਸੀਂ ਸੰਧੂ ਕਰੀ ਜਾਂਦੇ ਸੀਗੇ, ਇੱਕ ਸੰਧੂ ਹੁੰਦਾ ਸੀ ਉੱਥੇ, ਫਿਰ ਜਦੋਂ ਮੈਂ ਕੋਲੇ ਰਹਿੰਦਾ ਸੀ ਅਤੇ ਬਾਈ ਕਹਿੰਦੇ ਵੀ ਐਂ ਕਹਾਣੀ, ਵਿਨੋਦ ਬਾਈ ਜੀ ਆ ਗਏ, ਹਰਦੀਪ ਵੀਰਾ ਸੀ, ਵੀ ਚਲੋ ਕੁਛ ਕਰੀਏ, ਵੀ ਫ੍ਰੀ ਜੇ ਬੈਠੇ ਭਾਅ ਜੀ, ਕੁਛ ਨਾ ਕੁਛ ਹੈ ਨਾ ਬਿਜ਼ੀ ਕਰੀਏ ਸਾਰਿਆਂ ਨੂੰ। ਅਤੇ ਉਦੋਂ ਬਾਈ ਨੇ ਕਹਾਣੀ ਸੁਣਾਈ, ਉਦੋਂ ਬਾਈ ਕਹਿੰਦੇ ਵੀ ਐਡੀਸ਼ਨ ਰੱਖ ਲਓ, ਦੇਖ ਲਓ। ਪਰ ਉਹ ਚੱਲਿਆ, ਕਾਫ਼ੀ ਮੁੰਡੇ ਐਡੀਸ਼ਨ ਵਾਲੇ ਵੀ ਇਹਦੇ 'ਚ ਲਾਏ ਹੋਏ ਆ। ਅੱਛਾ। ਅਤੇ ਨਵੇਂ ਮੁੰਡੇ ਕਾਫ਼ੀ ਵਧੀਆ ਐਕਟਰ ਜਿਹੜੇ ਚੰਗੇ ਥੀਏਟਰ ਵਾਲੇ। ਫਿਰ ਇੱਕ ਫੋਟੋ ਸੀਗੀ, ਮੈਂ ਬਾਈ ਨੂੰ ਵੈਸੇ ਦਿਖਾਈ, ਮੈਨੂੰ ਕਹਿੰਦੇ ਤੂੰ ਇਹੋ ਜਿਹਾ ਵੀ ਲੱਗਦਾ ਹੋਣਾ, ਠੀਕ ਹੈ ਬਸ। ਅਤੇ ਕਹਿੰਦੇ ਤੈਨੂੰ ਮੈਂ ਕਿਹਾ ਸੀ ਨਾ ਵੀ ਕੋਈ ਨਹੀਂ ਤੇਰਾ ਲਾਂਭਾ ਲਾਊਂਗਾ। ਮੈਂ ਬਾਈ ਨੂੰ ਕਹਿੰਦਾ ਸੀ, ਮੈਂ ਕਿਹਾ ਬਾਈ ਮੈਨੂੰ ਕਰਾਓ, ਰੋਲ ਕਰਾਓ ਜੀ ਕੋਈ ਫਿਲਮ ਦੇ ਵਿੱਚ ਕਰਾਓ, ਉਹ ਐਕਟਰ ਸ਼ਾਂਤ ਨਹੀਂ ਨਾ ਹੁੰਦਾ। ਹਾਂ ਹਾਂ। ਅਤੇ ਬਾਈ ਕਹਿੰਦੇ ਕੋਈ ਨਹੀਂ। ਫਿਰ ਬਸ ਉਹ ਪੋਸਟਰ ਹੀ ਬਣ ਕੇ ਆਇਆ, ਮੈਨੂੰ ਤਾਂ ਪਤਾ ਹੀ ਨਹੀਂ ਸੀ। ਕਹਿੰਦੇ ਮੇਰੀ ਅੱਖ ਸੀ ਤੇਰੇ 'ਤੇ ਬਾਬਾ ਚਿਹਰ ਦੀ, ਮੈਂ ਲੱਭ ਰਿਹਾ ਸੀਗਾ ਵੀ ਯਾਰ ਕਿਹੜੀ ਕਿਹੜੀ ਕਹਾਣੀ ਕੀ ਹੋਵੇ ਜਿਹੜਾ ਕਰੀਏ। ਫਿਰ ਮੈਨੂੰ ਬਾਈ ਦੱਸਦੇ ਸੀ ਵੀ ਯਾਰ ਮੈਂ ਅਸਲ 'ਚ ਐਂ ਸਤਿ ਸ਼੍ਰੀ ਅਕਾਲ ਬੁਲਾਉਣਾ ਨਾ, ਮੈਂ ਜਦੋਂ ਵੀ ਬਾਈ ਚਾਹੇ ਮੈਂ ਮੈਸੇਜ ਕਰਾਂ ਬਾਈ ਜੀ ਨੂੰ, ਚਾਹੇ ਮੈਂ ਫੋਨ ਕਰਾਂ, ਮੇਰਾ ਇਹ ਪਹਿਲਾਂ ਹੀ ਹੁੰਦਾ ਵੀ ਬਾਈ ਸਤਿ ਸ਼੍ਰੀ ਅਕਾਲ ਜੀ, ਮੈਂ ਐਂ ਬੋਲਦਾ। ਮੈਨੂੰ ਕਹਿੰਦੇ ਤੂੰ ਕਿਵੇਂ ਕਰਦਾ ਹੁੰਦਾ ਉਹ? ਮੈਂ ਕਿਹਾ ਜੀ, ਮੈਂ ਕਹਿੰਦਾ ਬਾਈ ਸਤਿ ਸ਼੍ਰੀ ਅਕਾਲ ਜੀ, ਬਾਈ ਸਤਿ ਸ਼੍ਰੀ ਅਕਾਲ ਜੀ। ਅਤੇ ਕਹਿੰਦੇ ਬਸ ਐਂ ਆ ਜਾ ਥੱਲੇ, ਵੀ ਐਕਟ ਨਹੀਂ ਕਰਨਾ, ਨੈਚੁਰਲ ਜਮਾ ਵੀ ਲੱਗੇ ਯਾਰ ਬਸ। ਉਹੀ ਸਟਲ ਜਿਹੜੀ ਚੀਜ਼ ਸੀ, ਉਹੀ ਮਨੀਸ਼ ਜੀ ਆਪਣੇ ਕੈਮਰਾਮੈਨ, ਉਹ ਬਹੁਤ ਕਹਿੰਦੇ ਸੀ ਨਾ ਵੀ ਨਹੀਂ ਖਾਲੀ ਜਮਾ ਔਰ ਨੀਚੇ ਜਾਂਦਾ ਉੱਧਰੋਂ ਅਮਰ, ਨਹੀਂ ਨਹੀਂ ਭਾਅ ਜੀ ਨਹੀਂ ਭਾਅ ਜੀ। ਮੈਂ ਕਿਹਾ ਠੀਕ ਆ, ਮੈਂ ਉਵੇਂ ਕਰਦਾ ਰਿਹਾ, ਜਿਹਦੇ ਕਰਕੇ ਪੰਮਾ ਬਣ ਗਿਆ। ਮੰਗ ਇਹ ਗਿੱਪੀ ਬਾਈ ਜੀ ਦੀ ਸੀ ਵੀ ਯਾਰ ਉਹ ਇੱਦਾਂ, ਈਵਨ ਕਿ ਕੱਪੜਿਆਂ ਦੀਆਂ ਫੋਟੋਆਂ ਭੇਜ, ਉਹ ਕਰ ਐਵਰੀਥਿੰਗ, ਹਰ ਚੀਜ਼ ਬਾਈ ਉੱਥੋਂ ਕਹਿੰਦੀ ਹਾਂ ਯਾਰ ਆਹ ਠੀਕ ਆ, ਆਹ ਨਹੀਂ ਠੀਕ, ਆਹ ਠੀਕ, ਆਹ ਨਹੀਂ ਠੀਕ। ਇੱਕ ਚੀਜ਼ ਰਹਿ ਗਈ, ਜਿੱਦਾਂ ਜਿਹਨੇ ਪੰਮੇ ਨੂੰ ਬਣਾਇਆ, ਪੰਮੇ ਨੇ ਚਾਹ ਨਹੀਂ ਬਣਾਈ, ਇਸ ਕਰਕੇ ਪੰਮਾ ਬਣ ਗਿਆ। ਚਾਹ ਨਹੀਂ ਬਣਾਈ, ਜੇ ਕਿਸੇ ਨੂੰ ਕਿਹਾ ਤਾਂ ਉਹਨੇ ਮਾਰਤਾ। ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਵੀ ਅਸੀਂ ਵੀ 2 ਘੰਟੇ ਹੋ ਗਏ, 2.5 ਘੰਟੇ ਅਸੀਂ ਚਾਹ ਨਹੀਂ ਮੰਗੀ ਡਰਦੇ ਮਾਰਾ ਤੋਂ, ਕਿਤੇ ਬਾਈ ਹੋਰ ਨਾ ਕੁਛ ਪਿਆ ਦੇ ਸਾਨੂੰ। ਨਹੀਂ ਮੈਂ ਆਪ ਹੁਣ ਕਿਹਾ, ਦੇਖ ਕੇ ਆਸੇ ਪਾਸੇ, ਮੈਂ ਕਿਹਾ ਉਹ ਹਣੀ ਨਾ ਫਿਰਦਾ ਹੋਵੇ, ਮੈਂ ਕਿਹਾ ਚਾਹ ਹੀ ਪਿਆ ਦਿਓ।
ਸੋ ਬਾਈ ਜੀ, ਆਪਾਂ ਜਾਂਦੇ ਹੋਏ ਤੁਹਾਡੇ ਤੋਂ ਗਾਣਾ ਸੁਣਨਾ ਚਾਹਾਂਗੇ, ਤੁਹਾਡਾ ਫੇਵਰੇਟ ਜਬ ਹਮ ਜਵਾ ਹੋਂਗੇ। ਅੱਛਾ, ਗਾਣਾ ਗਾਇਆ ਨਹੀਂ ਮੇਰੇ ਤੋਂ ਜਾਂਦਾ, ਵੈਸੇ ਵੀ ਆਏ ਹਾਂ ਵੀ ਜਬ ਹਮ ਜਵਾ ਹੋਂਗੇ ਜਾਣੇ ਕਾ ਹੋਂਗੇ। ਮੈਂ VCR ਦੇ ਵਿੱਚ ਮੈਂ ਪਹਿਲੀ ਫਿਲਮ ਦੇਖੀ ਸੀ। ਮੈਨੂੰ ਯਾਦ ਆ ਸਾਡੇ ਉੱਥੇ ਕੋਟਕਪੂਰੇ ਦਰਜੀ ਟੇਲਰ ਸੀਗੇ, ਮਾਸਟਰ ਕੇਅਰ ਮੇਹਰ, ਅਤੇ ਉਹਨਾਂ ਦਾ ਬੇਟਾ ਸੀਗਾ ਨੀਲਾ ਬਾਈ, ਉਹ ਬ੍ਰਦਰ ਦਾ ਦੋਸਤ ਸੀ। ਉਹਨਾਂ ਨੇ VCR ਲੈ ਕੇ ਆਉਂਦਾ, ਔਰ ਸਾਡੇ ਇਹ ਹੈ ਨਹੀਂ ਸੀ, ਸਾਡੇ ਤਾਂ TV ਬਹੁਤ ਚਿਰ ਬਾਅਦ ਆਇਆ। ਸਾਡੇ ਜਥੇਦਾਰ ਹੈ, ਡੈਡੀ ਪੂਰਾ ਉਵੇਂ ਮਾਹੌਲ ਆ, ਅਤੇ ਖਬਰਾਂ ਹੀ ਸੁਣੀਆਂ ਜਾਂਦੀਆਂ ਸੀ, ਹੋਰ ਤਾਂ ਹੈ ਨਹੀਂ। ਅਤੇ ਉਹ ਹੁਣ VCR ਵੀ ਮੈਂ ਰੋਵਾਂ ਵੀ ਯਾਰ ਮੈਨੂੰ ਦੇਖ ਤਾਂ ਲੈਣ ਦਿਓ, ਹੁੰਦਾ ਕਿਹੋ ਜਿਹਾ ਵੀ ਮੈਂ ਫਿਲਮ ਨਹੀਂ ਵੇਖਦਾ, ਮੈਂ VCR ਦੇਖ ਕੇ ਮੁੜਾਉਂਗਾ ਵੀ ਕੀ ਹੈ। ਔਰ ਉਹ ਪਹਿਲੀ ਫਿਲਮ ਸੀਗੀ ਬੇਤਾਬ, ਹਾਂ, ਜਿਹੜੀ VCR ਤੇ ਦੇਖੀ ਮੈਂ। ਦੂਜੀ ਫਿਲਮ ਸੀ ਅਵਤਾਰ ਰਜੇਸ਼ ਖੰਨੇ ਦੀ, ਅਤੇ ਉਦੋਂ ਦਾ ਇਹ ਗਾਣਾ ਬਾਲੀ ਸੱਗੂ ਨੇ ਇਹਨੂੰ ਰੀਮਿਕਸ ਵੀ ਕੀਤਾ ਸੀ ਇੱਕ ਵਾਰੀ, ਵੀ ਬਹੁਤ ਮਜ਼ਾ ਆਉਂਦਾ। ਮੈਂ ਉੱਥੇ ਚਲਿਆ ਜਾਂਦਾ ਅਸਲ 'ਚ, ਮੈਨੂੰ ਤਾਂ ਸਵਾਦ ਆਉਂਦਾ ਵੀ ਜਿਹੜੀਆਂ ਸ਼ੁਰੂਆਤਾਂ ਜਦੋਂ ਇਹ ਗਾਣਾ ਚੱਲਦਾ ਪੈਂਦਾ। ਹੁਣ ਵੀ ਮੇਰਾ ਮੋਬਾਈਲ ਖੇਲ ਲਓ, ਸਾਰੇ ਪੁਰਾਣੇ ਗਾਣੇ ਆਉਂਦੇ, ਉੱਦਾਂ ਦਾ ਮਾਹੌਲ ਆ। ਜਬ ਹਮ ਜਵਾਂ ਹੋਂਗੇ ਜਾਣੇ ਕਹਾਂ, ਇੰਨਾ ਕੀ ਹੁੰਦਾ, ਵਾਰਨਿੰਗ ਦੇਗੇ, ਹਾਂ ਵਾਰਨਿੰਗ ਦੇਗਾ ਜੇ ਜਵਾਬ ਹੋਗਾ। ਸੋ ਥੈਂਕ ਯੂ ਸੋ ਮਚ ਭਾਅ ਜੀ, ਸਾਡੇ ਨਾਲ ਆਏ, ਗੱਲਬਾਤ ਕੀਤੀ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੈਬ ਸੀਰੀਜ਼ ਦੇ ਲਈ। ਅਸੀਂ ਵੀ ਗਿੱਪੀ ਭਾਈ ਨੂੰ ਇਹੀ ਕਹਾਂਗੇ, ਇਹ ਗੁਜ਼ਾਰਿਸ਼ ਕਰਾਂਗੇ ਵੀ ਪੰਮੇ ਭਾਈ ਨੂੰ ਜ਼ਰੂਰ ਜ਼ਿੰਦਾ ਕਰਨ, ਕੋਈ ਹੋਰ ਵੀ ਅਸੀਂ ਤੁਹਾਡਾ ਦੇਖੀਏ, ਕੋਈ ਆਉਣ ਵਾਲੀਆਂ ਨਵੀਆਂ ਫਿਲਮਾਂ। ਪੋਸਤੀ ਉਹ ਬਹੁਤ ਮਜ਼ਾ ਕਰਾਇਆ ਵੀ ਰਾਣਾ ਰਣਵੀਰ ਭਾਅ ਜੀ ਨੇ ਜਿਹੜਾ ਮੇਰੇ ਤੋਂ ਕੰਮ ਕਰਵਾਇਆ, ਉਹ ਵੀ ਕੁਛ ਅਲੱਗ ਹੀ ਕਿਸਮ ਦਾ ਸਿਸਟਮ ਆ ਜਿਹੜਾ ਕੰਮ ਕਰਵਾਇਆ ਨਾ ਬਾਈ ਨੇ ਮੇਰੇ ਤੋਂ। ਬਸ ਉਹਨਾਂ ਦੀਆਂ ਵੀ ਮੈਂ ਬਹੁਤ ਮਿੰਨਤਾਂ ਕਰ ਦਿੰਦਾ ਬਾਈ ਮੈਨੂੰ ਰੋਲ ਕਰਾਇਆ। ਕਿਹੋ ਜਿਹਾ ਰੋਲ ਹੈ, ਕਿਹੋ ਜਿਹਾ, ਥੋੜ੍ਹਾ ਜਿਹਾ ਤੁਹਾਨੂੰ ਹਿੰਟ ਦਿਓ। ਯਾਰ ਉਹ ਇੱਕ ਡਫਰ ਬੰਦਾ, ਤੁਸੀਂ ਦੇਖ ਲਓ ਵੀ ਜਿੱਦਾਂ ਮੈਂ ਫਸਟ ਡੇ ਗਿਆ ਸੈੱਟ 'ਤੇ, ਅਤੇ ਮੇਰਾ ਇੱਕ ਮੋਂਟਾਜ ਹੀ ਰੱਖਿਆ ਸੀਗਾ ਬਾਈ ਨੇ, ਡਾਇਲੋਗ ਵੀ ਨਹੀਂ ਕੁਛ ਨਹੀਂ, ਵੀ ਤੈਨੂੰ ਪਤਾ ਲੱਗੇ ਕਰੈਕਟਰ ਕੀ ਕਿਵੇਂ। ਮੈਂ ਐਂ ਜਾ ਕੇ ਪਹੁੰਚਿਆ, ਮੈਂ ਭਾਈ ਸਤਿ ਸ਼੍ਰੀ ਅਕਾਲ ਜੀ, ਸਰਹੰਦ ਵਾਲੀਆਂ ਨਹਿਰਾਂ 'ਤੇ ਕਰਦੇ ਸੀ, ਸਤਿ ਸ਼੍ਰੀ ਅਕਾਲ, ਹੋਰ ਪਿੰਛੇ। ਮੈਂ ਕਿਹਾ ਠੀਕ ਹੈ ਬਾਈ, ਠੀਕ ਹੈ ਜੀ। ਅਤੇ ਉਹ ਇਹ ਗੱਲ ਸੁਣੋ, ਉਹ ਸੋਟੀ ਲਓ, ਸੋਟੀ ਦਿੱਤੀ, ਕਹਿੰਦੇ ਆਹ ਲੈ ਜਾ, ਜਾ ਯਾਰੀ ਪਾ ਦੇਣਾ। ਮੈਂ 2 ਘੰਟੇ ਉਹ ਨਹਿਰਾਂ ਦੇ ਇੱਧਰ ਦਰੱਖਤਾਂ 'ਚ 2 ਘੰਟੇ ਸੋਟੀ ਨਾਲ ਗੱਲਾਂ ਮਾਰਦਾ ਰਿਹਾ, ਉਹਦੇ ਨਾਲ ਦੋਸਤੀ ਪਾਉਂਦਾ ਰਿਹਾ। ਕਿਉਂਕਿ ਜਦੋਂ ਬੰਦਾ ਨਿਰਾਸ਼ ਆ ਤਾਂ ਉਹ ਸੋਟੀ ਰਗੜਦਾ ਰੇੜਦਾ ਜਾਂਦਾ, ਜਦੋਂ ਬੰਦਾ ਖੁਸ਼ ਆ ਸੋਟੀ ਘੁਮਾਉਂਦਾ, ਜਦੋਂ ਬੰਦਾ ਬੁਲੰਦੀ 'ਚ ਆ ਉਦੋਂ ਹਵਾ 'ਚ ਆ ਜਾਂਦੀ, ਜਦੋਂ ਗੁੱਸੇ 'ਚ ਗੁੱਸਾ ਉਹਦਾ ਐਸਾ ਵੀ ਉਹ ਕਹਿ ਨਹੀਂ ਸਕਦਾ ਕਿਸੇ ਨੂੰ, ਅੰਦਰ ਹੀ ਹੈ ਫਿਰ ਉਹ ਵੀ ਸਮਾਜ ਕਿਉਂ ਆਏ, ਹਾਲਾਂਕਿ ਆਪ ਅਮਲੀ ਹੈ ਪਰ ਉਹਨੂੰ ਸਮਾਜ ਦਾ ਬੜਾ ਉਹ ਰਹਿੰਦਾ ਵੀ ਉਹ ਇੱਧਰ ਮਾਰਦਾ ਹਵਾ 'ਚ ਕਰਕੇ। ਔਰ ਜਦੋਂ ਕਿਤੇ ਉਹ ਸਰਕਾਰਾਂ 'ਤੇ ਜਾਂ ਕਿਸੇ ਮੰਤਰੀਆਂ 'ਤੇ ਖਿੱਚਦਾ ਉਹ ਵੀ ਪੂਰਾ ਭਰ ਕੇ ਐਂ ਕਰਕੇ ਕਰਕੇ, ਫਿਰ ਉਹਦੀ ਕੋਈ ਆਵਾਜ਼ ਹੁੰਦੀ ਮੁਰਦਾਬਾਦ, ਔਰ ਇਹਦਾ ਟੈਗ ਲਾਈਨ ਹਰ ਨੂੰ ਕਹਿੰਦਾ, ਕਹਿੰਦਾ ਬੰਦੇ ਬਣੋ ਬੰਦੇ, ਇਹਦਾ ਹਮੇਸ਼ਾ ਹੀ ਰਹਿੰਦਾ। ਚਲੋ, ਕਿਆ ਬਾਤ ਹੈ ਭਾਅ ਜੀ, ਥੈਂਕ ਯੂ ਸੋ ਮਚ ਸਾਡੇ ਨਾਲ ਆਏ, ਗੱਲਬਾਤ ਕੀਤੀ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਪੰਮੇ ਦੇ ਕਿਰਦਾਰ ਦੇ ਲਈ, ਹੁਣ ਤੁਹਾਨੂੰ ਪੰਮਾ ਕਰਕੇ ਅਸੀਂ ਜ਼ਰੂਰ ਸੱਦਿਆ ਕਰਾਂਗੇ ਤੁਹਾਨੂੰ। ਥੈਂਕ ਯੂ ਸੋ ਮਚ ਭਾਅ ਜੀ, ਲਵ ਯੂ ਵੀਰੇ, ਲਵ ਯੂ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸੋ ਮੈਨੂੰ ਅਨੰਦਪ੍ਰੀਤ ਨੂੰ ਦੋ ਇਜਾਜ਼ਤ, ਵੇਖਦੇ ਰਹੋ ਪੰਜਾਬੀ ਮੀਨੀਆ, ਸਤਿ ਸ਼੍ਰੀ ਅਕਾਲ। ਜੇ ਲੇਟ ਹੋਈ
ਪਰ ਕੁਛ ਲੈ ਕੇ ਤਾਂ ਆ ਰਹੇ, ਠੀਕ ਲੈ ਕੇ ਆ ਰਹੇ, ਅਤੇ ਉਹ ਤਾਂ ਉਦੋਂ ਚੌਕਣਾ ਸਵਾਦ ਹੋਊਗਾ। ਰੋਲ ਵਾਲਾ ਥੋੜ੍ਹਾ ਜਿਹਾ ਮੈਨੂੰ ਸੌਖਾ ਲੱਗਦਾ ਹੁੰਦਾ ਵੀ ਆਪਦਾ ਬੋਝ ਹੀ ਨਹੀਂ ਕੋਈ, ਗਏ ਜਿਵੇਂ ਉਹ ਕਰਾ ਲੈਣਗੇ ਉਵੇਂ ਕਰ ਦਿਆਂਗੇ। ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਸਤਿ ਸ਼੍ਰੀ ਅਕਾਲ ਪ੍ਰਿੰਸ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਵਧੀਆ ਵਧੀਆ। ਤੇ ਪਹਿਲਾਂ ਤਾਂ ਇਹ ਦੱਸੋ ਕਿ ਪਹਿਲਾਂ ਵੈਬ ਸੀਰੀਜ਼ ਤਾਂ ਲੋਕਾਂ ਨੇ ਬਹੁਤ ਰੌਣਕ ਨਾਲ ਦੇਖੀ, ਬਹੁਤ ਮਜ਼ੇ ਨਾਲ ਦੇਖੀ, ਤੇ ਇੰਨੀ ਉਡੀਕ ਕਰਾਈ ਤੁਸੀਂ ਮੂਵੀ ਦੇ ਲਈ, ਹੁਣ ਫਾਈਨਲੀ ਵਾਰਨਿੰਗ ਆ ਰਹੀ, ਕਿੰਨੇ ਕੁ ਵਾਰਨਿੰਗਾਂ ਮਿਲੀਆਂ ਲੋਕਾਂ ਕੋਲ? ਬਹੁਤ ਬਹੁਤ ਕਹਿੰਦੇ ਸੀ ਬਾਈ ਲੇਟ ਕਰਤਾ, ਐਂ ਕਿਉਂ ਕਰੀ ਜਾਂਦੇ ਆ, ਐਂ ਕਰੋ। ਪਰ ਜਿੱਦਾਂ ਇਹ ਟ੍ਰੇਲਰ ਆਇਆ ਉਦੇ ਸਾਰੇ ਜਣੇ ਨੇ ਕਿਹਾ ਵੀ ਹਾਂ ਯਾਰ ਚਲੋ, ਵੀ ਜੇ ਲੇਟ ਹੋਈ ਪਰ ਕੁਛ ਲੈ ਕੇ ਤਾਂ ਆ ਰਹੇ, ਠੀਕ ਲੈ ਕੇ ਆ ਰਹੇ। ਤੇ ਜਿਵੇਂ ਆਪਾਂ ਗੱਲ ਕਰੇ ਟ੍ਰੇਲਰ ਦੀ, ਬਹੁਤ ਹੀ ਸੋਹਣਾ ਟ੍ਰੇਲਰ, ਤੇ ਜਿਹੜਾ ਇੱਕ ਸਰਪ੍ਰਾਈਜ਼ ਐਲੀਮੈਂਟ ਗਿੱਪੀ ਭੁਸਰ ਦਾ ਸਾਨੂੰ ਦੇਖਣ ਨੂੰ ਮਿਲ ਰਿਹਾ, ਉਹਨਾਂ ਦੀ ਲੁੱਕ ਬਾਰੇ, ਇਹ ਕਿਹਦੀ ਸਲਾਹ ਸੀ? ਇਹ ਡਾਇਰੈਕਟਰ ਦੀ ਸਲਾਹ ਸੀਗੀ, ਸਾਡੇ ਜਿਹੜੇ ਰਾਈਟਰ ਨੇ ਉਹਨਾਂ ਦੀ ਸਲਾਹ ਸੀਗੀ? ਨਹੀਂ, ਰਾਈਟਰ ਤਾਂ ਗਿੱਪੀ ਬਾਈ ਜੀ ਆ, ਇਹ ਇਹਦੇ ਅਮਰ ਵੀਰੇ ਦੀ ਸੀ, ਡਾਇਰੈਕਟਰ ਦੀ ਸੀ। ਉਹਨਾਂ ਦਾ ਪਲਾਨ ਸੀਗਾ ਵੀ ਇੱਦਾਂ ਕੱਟ, ਇੱਦਾਂ ਆਏ ਆਏ, ਇੱਦਾਂ ਕੀਤਾ ਜਾਵੇ, ਐਂ ਬਣਾਈਏ ਬਾਈ ਨੂੰ, ਵਾਲ ਛੋਟੇ ਛੋਟੇ ਹੋਣ, ਉਹ ਡਾਇਰੈਕਟਰ ਸਾਹਿਬ ਦੀ ਸੀ। ਤੇ ਜੇ ਵੈਬ ਸੀਰੀਜ਼ ਦੀ ਗੱਲ ਕਰੀਏ ਸਰ, ਯੂਟਿਊਬ 'ਤੇ ਆਈ ਸੀਗੀ, ਜਿਵੇਂ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਨੈੱਟਫਲਿਕਸ ਹੋ ਗਏ, ਪ੍ਰਾਈਮ ਹੋ ਗਏ, ਬਹੁਤ ਸਾਰੇ ਓ ਟੀ ਟੀ ਪਲੈਟਫੋਰਮਸ ਨੇ, ਅਤੇ ਦੁਨੀਆ ਭਰ ਦੀ ਵੈਬ ਸੀਰੀਜ਼ ਅਸੀਂ ਉੱਥੇ ਦੇਖਣ ਨੂੰ ਮਿਲਦੇ। ਹੁਣ ਚੌਪਾਲ ਆਇਆ ਪੰਜਾਬ ਦੇ ਵਿੱਚ ਆਪਣਾ ਓ ਟੀ ਟੀ ਲੈ ਕੇ, ਅਤੇ ਜਿਹੜਾ ਵੈਬ ਸੀਰੀਜ਼ ਦਾ ਇੱਕ ਟ੍ਰੈਂਡ ਸੀਗਾ, ਇੱਕ ਜਿਹੜਾ ਉਹ ਤੁਸੀਂ ਸ਼ੁਰੂ ਕੀਤਾ, ਕਿ ਇੰਨਾ ਜ਼ਿਆਦਾ ਪਿਆਰ ਦਿੱਤਾ ਲੋਕਾਂ ਨੇ ਪੰਜਾਬ ਦੀ ਵੈਬ ਸੀਰੀਜ਼ ਨੂੰ, ਇੱਕ ਮਤਲਬ ਇੱਕ ਕਾਇਆ ਪਲਟ ਹੋਈ ਹੈ ਵਾਰਨਿੰਗ ਜਦ ਆਈ ਸੀਗੀ? ਉਹ ਅਸਲ 'ਚ ਕੰਟੈਂਟ ਦੀ ਗੱਲ ਹੁੰਦੀ, ਕਹਾਣੀ ਦੀ, ਗਿੱਪੀ ਬਾਈ ਜੀ ਨੇ ਕਹਾਣੀ ਉੱਦਾਂ ਦੀ ਲਿਖੀ, ਉਹਦੇ 'ਤੇ ਫਿਰ ਅਮਰ ਨੇ ਮਿਹਨਤ ਇੰਨੀ ਕੀਤੀ, ਅਤੇ ਜਿਹੜੇ ਆਰਟਿਸਟ ਸੀ, ਧੀਰਾ ਵੀਰਾ ਹੋ ਗਿਆ, ਇਰਵਿਨ ਕੁੜੀ ਆ, ਹੋਰ ਸਾਰੇ ਜਣੇ, ਇਹਦਾ ਕ੍ਰੀਏਟਿਵ ਡਾਇਰੈਕਟਰ ਗੁਰਜੰਟ, ਉਹ ਸਾਰਿਆਂ ਨੇ, ਅਤੇ ਅਸੀਂ ਇਨਵੋਲਵ ਹੋ ਗਏ ਬਹੁਤ ਉਹਦੇ 'ਚ। ਔਰ ਸਾਡੇ ਸਾਰਿਆਂ ਲਈ ਇਹ ਵੀ ਸੀਗਾ ਵੀ ਇੱਕ ਜੇ ਮੌਕਾ ਮਿਲ ਰਿਹਾ ਅਤੇ ਹੁਣ ਜਿੰਦ ਜਾਨ ਛਿੜਕ ਦਿਓ ਵੀ ਕੁਛ ਹੋ ਜੇ। ਔਰ ਉਹ ਜਿਹੜਾ ਆਡੀਅੰਸ ਨੂੰ ਨੇ ਪ੍ਰਵਾਨ ਕਰ ਲਈ, ਉਹਨਾਂ ਨੂੰ ਵਧੀਆ ਲੱਗਿਆ ਵੀ ਹਾਂ ਠੀਕ ਹੈ, ਬਹੁਤ ਪਿਆਰ ਦਿੱਤਾ। ਫਿਰ ਵੀ ਵੈਬ ਸੀਰੀਜ਼ ਰੱਖੀਏ ਕਿ ਫਿਲਮ? ਫਿਰ ਜਦੋਂ ਇਹ ਹਿਸਾਬ ਕਿਤਾਬ ਆਇਆ, ਫਿਰ ਸਾਰੇ ਕਹਿੰਦੇ ਵੀ ਥੋਟ ਇੱਦਾਂ ਦਾ, ਮਾਹੌਲ ਇੱਦਾਂ ਦਾ, ਵੀ ਚਲੋ ਅਸੀਂ ਉਨਾ ਕੁ ਤਾਂ ਦੇਖ ਲਿਆ ਜੀ, ਫਿਲਮ ਬਣਾ ਲਓ। ਫਿਰ ਬਸ ਉਹ ਫਿਲਮ ਦਾ ਹੋ ਗਿਆ। ਤੇ ਜਿਸ ਕਿਰਦਾਰ ਕਰੈਕਟਰ ਦੀ ਗੱਲ ਕੀਤੀ ਹੈ ਤਾਂ ਬਹੁਤ ਹੀ ਇੱਕ ਯੂਨੀਕਨੈਸ ਹੈਗੀ ਹੈ ਕਿ ਇੱਕ ਹੀਰੋ ਦੇ ਵਿੱਚ ਇੱਕ ਵਿਲਨ ਹੈ ਅਤੇ ਇੱਕ ਵਿਲਨ ਦੇ ਵਿੱਚ ਇੱਕ ਹੀਰੋ ਆ, ਤਾਂ ਬਹੁਤ ਹੀ ਸੋਹਣੇ ਕਿਰਦਾਰ। ਅਤੇ ਜੇ ਅਸੀਂ ਡਾਇਲੋਗ ਦੀ ਗੱਲ ਕਰੀਏ, ਵੈਬ ਸੀਰੀਜ਼ ਦੇ ਡਾਇਲੋਗ ਬਹੁਤ ਹੀ ਜ਼ਿਆਦਾ ਲੋਕਾਂ ਨੂੰ ਪਸੰਦ ਆਏ ਸੀ, ਲੋਕਾਂ ਦੀ ਜ਼ੁਬਾਨ 'ਤੇ ਸੀਗੇ, ਅਤੇ ਹੁਣ ਮੂਵੀ ਆ, ਮੂਵੀ 'ਤੇ ਐਕਸਪੈਕਟੇਸ਼ਨਸ ਤਾਂ ਹੈਗੀਆਂ, ਬਟ ਜੇ ਆਪਾਂ ਕਿਰਦਾਰਾਂ ਦੀ ਗੱਲ ਕਰੀਏ ਤਾਂ ਉਵੇਂ ਦੀ ਹੀ ਇੱਕ ਜਿਹੜੀ ਕੰਸਿਸਟੈਂਸੀ ਉਹ ਮੇਨਟੇਨ ਰਹਿਣ ਵਾਲੀ ਆ? ਹਾਂ, ਉਹ ਉੱਦਾਂ ਹੀ ਰਹੂਗਾ, ਕਿਉਂਕਿ ਡਾਇਲੋਗ ਦੀ ਡਿਊਟੀ ਵੈਬ ਸੀਰੀਜ਼ ਦੀ ਵੀ ਮੇਰੀ ਲੱਗੀ ਹੋਈ ਸੀ ਅਤੇ ਫਿਲਮ ਦੀ ਵੀ ਮੇਰੀ ਲੱਗੀ ਹੋਈ, ਅਤੇ ਉਹ ਤਾਂ ਉਦੋਂ ਚੌਗਣਾ ਸਵਾਦ ਹੋਊਗਾ, ਡਾਇਲਾਗਾਂ ਤੋਂ ਤਾਂ ਬੇਫਿਕਰ ਹੋ ਜਾਏ। ਪਰ ਜਦੋਂ ਆਪਾਂ ਇੱਕ ਬੈਰੀਅਰ ਦੀ ਗੱਲ ਕਰੀਏ, ਜਦੋਂ ਆਪਾਂ ਸਿਨੇਮਾ 'ਤੇ ਆਉਂਦੇ ਥੋੜ੍ਹਾ ਸੈਂਸਰ ਬੋਰਡ ਦੇ ਬੈਰੀਅਰਸ ਹੁੰਦੇ, ਪਰ ਜੇ ਆਪਾਂ ਯੂਟਿਊਬ 'ਤੇ ਜਾਂ ਆਪਾਂ ਓ ਟੀ ਟੀ ਪਲੈਟਫੋਰਮਸ ਦੀ ਗੱਲ ਕਰੀਏ, ਤੁਹਾਨੂੰ ਥੋੜ੍ਹੀ ਜਿਹੀ ਛੁੱਟ ਹੁੰਦੀ ਆ ਕਿ ਤੁਸੀਂ ਡਾਇਲੋਗ ਨੂੰ ਕਿਸ ਤਰੀਕੇ ਨਾਲ ਲਿਖਣਾ ਆ, ਕਿਸ ਤਰੀਕੇ ਨਾਲ ਬੋਲਣਾ ਆ, ਤਾਂ ਉਹ ਥੋੜ੍ਹਾ ਜਿਹਾ ਡਿਫੀਕਲਟ ਸੀਗਾ? ਹਾਂ, ਉਹ ਤਾਂ ਫਿਰ ਧਿਆਨ ਰੱਖਣਾ ਹੀ ਪਊਗਾ, ਕਿਉਂਕਿ ਵੈਬ ਸੀਰੀਜ਼ ਦਾ ਜਾਂ ਓ ਟੀ ਟੀ ਦਾ ਸੈਲਫ ਸੈਂਸਰ ਹੁੰਦਾ,
ਉਹ ਫਿਰ ਸਾਰਾ ਕੁਛ ਚੱਲਦਾ, ਉਹਨਾਂ ਦਾ ਸੈਲਫ ਸੈਂਸਰ ਹੈ। ਇਹਦੇ 'ਚ ਫਿਰ ਤੁਹਾਨੂੰ ਕੀਤਾ ਜਾਂਦਾ, ਇਹਦੇ 'ਚ ਅਸੀਂ ਸਾਰਾ ਧਿਆਨ ਰੱਖਿਆ ਵੀ ਗਾਲਾਂ ਉਸ ਹਿਸਾਬ ਨਾਲ ਨਾ ਕੱਢੀਆਂ ਜਾਣ। ਔਰ ਉਹਦੇ 'ਚ ਇਹਦੇ 'ਚ ਕਾਫੀ ਕੁਛ ਹੁੰਦਾ ਵੀ ਤੁਸੀਂ ਜਿੰਨੀਆਂ ਵੀ ਸੈਂਸਰ ਦੀਆਂ ਹੁੰਦੀਆਂ ਉਹਨੂੰ ਧਿਆਨ ਰੱਖ ਕੇ ਹੀ ਕੀਤਾ ਗਿਆ ਵੀ ਜਿਹੜੀਆਂ ਫੈਮਿਲੀਜ਼ ਵੀ ਆਉਣਗੀਆਂ ਹੋਰ ਸਾਰਾ ਹੋਊਗਾ। ਅਤੇ ਜਿਹੜਾ ਓ ਟੀ ਟੀ ਆ ਉਹ ਚਲੋ ਵੀ ਮੁੰਡਾ ਮੁੰਡੇ ਯੂਥ ਕੁੜੀਆਂ ਹੋਰ ਸਾਰੇ ਦੇਖਦੇ ਕਰਦੇ ਆ, ਇਹਦੇ ਨਾਲ ਇੱਕ ਪਰਿਵਾਰਕ ਮਾਹੌਲ ਵੀ ਰਹੇ। ਪਰ ਜਿਹੜਾ ਸਾਡਾ ਸੀਗਾ ਆਪਣਾ ਫਸਟ ਐਪੀਸੋਡ ਸੀਗਾ ਉਹ ਤਕਰੀਬਨ ਦੂਜਾ ਵੀ ਜਿਹੜੀ ਵੈਬ ਸੀ ਉਹ ਪਰਿਵਾਰਾਂ 'ਚ ਵੀ ਬਹੁਤ ਦੇਖੀ ਗਈ ਹੈ। ਹਾਂ, ਕੋਈ ਉਹਦੇ 'ਚ ਇਹ ਨਹੀਂ ਸੀਗਾ ਵੀ ਬਹੁਤ ਔੜ ਗਾਲਾਂ ਕੱਢੀਆਂ ਗਈਆਂ ਜਾਂ ਉੱਦਾਂ ਦਾ, ਰੈਗੂਲਰ ਹੀ ਸੀ, ਕੋਈ ਐਡਾ ਉਹ ਨਹੀਂ ਸੀ। ਬੀਇੰਗ ਅ ਡਾਇਲੋਗ ਰਾਈਟਰ ਤੁਹਾਨੂੰ ਥੋੜਾ ਬੈਰੀਅਰ ਲੱਗਦਾ ਕਿ ਜਿਵੇਂ ਆਪਾਂ ਯੂਟਿਊਬ ਤੇ ਜਾਂ ਕਿਸੇ ਓ ਟੀ ਟੀ ਤੇ ਆਪਾਂ ਲਿਖਦੇ ਹਾਂ ਉੱਥੇ ਵੀ ਤਾਂ ਲੋਕ ਦੇਖ ਹੀ ਰਹੇ ਨੇ, ਤਾਂ ਸਿਨੇਮਾਸ ਦੇ ਉੱਤੇ ਇੱਕ ਬੈਰੀਅਰ ਜਿਹਾ ਲਾ ਦਿੱਤਾ ਜਾਂਦਾ, ਤਾਂ ਤੁਹਾਨੂੰ ਲੱਗਦਾ ਕਿ ਉਹ ਖੂਬਸੂਰਤੀ ਉਸ ਚੀਜ਼ ਦੀ, ਭਾਵੇਂ ਉਹ ਕੋਈ ਵਰਡਿੰਗਸ ਹੋਵੇ, ਭਾਵੇਂ ਕੋਈ ਕੋਈ ਕਿਰਦਾਰ ਦਾ ਇੱਕ ਖੂਬਸੂਰਤ ਵੇ ਹੁੰਦਾ ਆਪਣੇ ਆਪ ਨੂੰ ਬਿਆਨ ਕਰਨ ਦਾ। ਹੁਣ ਜੇ ਕੋਈ ਗੁੱਸੇ ਨਾਲ ਕੁਛ ਕਹਿ ਰਿਹਾ ਜਾਂ ਕਿਸੇ ਨੂੰ ਧਮਕਾ ਰਿਹਾ ਉਹਦਾ ਇੱਕ ਢੰਗ ਹੁੰਦਾ ਬੋਲਣ ਦਾ, ਬਟ ਸਿਨੇਮਾ 'ਚ ਆ ਕੇ ਜਦ ਇਹ ਬੈਰੀਅਰ ਲੱਗਦੇ ਆ ਤਾਂ ਥੋੜ੍ਹੀ ਜਿਹੀ ਉਹਦੀ ਬਿਊਟੀ ਘੱਟਦੀ ਆ ਉਸ ਚੀਜ਼ 'ਚ। ਨਹੀਂ, ਉਹਦੇ ਨਾਲ ਮੈਨੂੰ ਨਹੀਂ ਲੱਗਦਾ ਘੱਟਦੀ ਆ। ਜੇ ਤੁਸੀਂ ਡਾਇਲੋਗ ਲਿਖਦੇ ਆ ਤਾਂ ਜ਼ਰੂਰੀ ਥੋੜ੍ਹੀ ਆ ਵੀ ਤੁਸੀਂ ਗੱਲ ਉਹ ਗਾਲ 'ਚ ਹੀ ਕਹੋਗੇ, ਡਾਇਰੈਕਟ ਗਾਲ ਕੱਢ ਕੇ ਕਹੋਗੇ। ਤੁਹਾਡੇ ਕੋਲ ਹੋਰ ਸ਼ਬਦ ਬਥੇਰੇ ਹੈਗੇ ਆ, ਹੋਰ ਸ਼ਬਦ ਬਹੁਤ ਹੈਗੇ ਆ, ਤੁਸੀਂ ਸ਼ਬਦਾਂ ਨੂੰ ਰੈਗੂਲਰ ਕਰਕੇ ਉਹ ਕਰੋ। ਇੱਕ ਗੱਲ ਦਾ ਇੱਕੋ ਹੀ ਮਤਲਬ ਥੋੜ੍ਹੀ ਆ, 25 ਮਤਲਬ ਹੁੰਦੇ ਆ ਵੀ ਉਹ ਉਵੇਂ ਕਰਕੇ ਉਹਨੂੰ ਕਰ ਦਿਓ। ਕੋਈ ਮੈਨੂੰ ਨਹੀਂ ਲੱਗਦਾ ਇਹ ਹੈਗਾ, ਸਾਨੂੰ ਦੇਖੋ ਜੋ ਬਣੀਆਂ ਗੱਲਾਂ ਉਹਨਾਂ ਦੇ ਅਨੁਸਾਰ ਚੱਲਣਾ ਵੀ ਚਾਹੀਦਾ। ਜੇ ਅਸੀਂ ਨਹੀਂ ਚੱਲਾਂਗੇ ਤਾਂ ਫਿਰ ਸਾਰਾ ਕੁਛ ਸਿਸਟਮ ਹਿੱਲ ਜੂਗਾ। ਹਾਂ, ਡਿਫਿਕਲਟ ਕੀ ਲੱਗਦਾ, ਐਕਟਿੰਗ ਜਾਂ ਡਾਇਲੋਗ ਰਾਈਟਿੰਗ, ਕਿਹੜਾ ਜਿਹੜਾ ਔਖਾ ਕੰਮ ਸੀਗਾ ਮੂਵੀ 'ਚ? ਮੈਨੂੰ ਰਾਈਟਿੰਗ ਜ਼ਿਆਦਾ ਲੱਗਦੀ ਆ ਔਖੀ, ਕਿਉਂਕਿ ਇੱਕ ਹੁੰਦਾ ਵੀ ਤੁਸੀਂ ਉਵੇਂ ਹੀ ਚੱਲਦੇ ਪਏ ਵੀ ਲਿਖਦੇ ਹੀ ਆ ਤਾਂ ਫਿਰ ਰੂਟੀਨ ਬਣ ਜਾਂਦਾ। ਮੈਂ ਰੋਲ ਵੀ ਕਰਦਾ, ਲਿਖਦਾ ਵੀ ਹਾਂ, ਔਰ ਰੋਲ ਵਾਲਾ ਥੋੜ੍ਹਾ ਜਿਹਾ ਮੈਨੂੰ ਸੌਖਾ ਲੱਗਦਾ ਹੁੰਦਾ ਵੀ ਆਪਦਾ ਬੋਝ ਹੀ ਨਹੀਂ ਕੋਈ, ਗਏ ਜਿਵੇਂ ਉਹ ਕਰਾ ਲੈਣਗੇ ਉਵੇਂ ਕਰ ਦਿਆਂਗੇ। ਲਿਖਣ ਵਾਲਾ ਕਾਫੀ ਬਹੁਤ ਜ਼ਿਆਦਾ ਔਖਾ। ਇਹਨਾਂ ਇਸ ਕਿਰਦਾਰ ਦੀ ਗੱਲ ਕਰੀਏ, ਜਿਹੜਾ ਤੁਹਾਡਾ ਕਿਰਦਾਰ ਬਹੁਤ ਜ਼ਿਆਦਾ ਪਸੰਦ ਕੀਤਾ ਸੀ ਅਤੇ ਲੋਕ ਮਿਮਿਕ ਵੀ ਕਰਦੇ ਸੀ, ਜਿਵੇਂ ਯਾਰਾਂ ਦੋਸਤਾਂ 'ਚ ਬੈਠ ਕੇ ਇੱਕ ਦੂਜੇ ਨੂੰ ਧਮਕੀਆਂ ਦੇ ਦਿੱਤੀਆਂ ਨਾ ਤੁਹਾਡੇ ਵੇ ਦੇ ਵਿੱਚ, ਤਾਂ ਕਿੰਨੀ ਕੁ ਐਪਰੀਸੀਏਸ਼ਨ ਮਿਲੀ ਸੀਗੀ ਇਸ ਚੀਜ਼ ਨੂੰ ਲੈ ਕੇ? ਇਟਸ ਬੀਨ ਅ ਜਰਨੀ ਪ੍ਰਿੰਸ ਜੀ। ਅਤੇ ਹੁਣ ਜਦ ਵਾਰਨਿੰਗ ਵੈਬ ਸੀਰੀਜ਼ ਆਈ ਸੀਗੀ, ਜਿਵੇਂ ਮੈਂ ਕਿਹਾ ਕਿ ਵੈਬ ਸੀਰੀਜ਼ ਨੇ ਇੱਕਦਮ ਹਿਲਾ ਕੇ ਰੱਖਤਾ, ਕਿਉਂਕਿ ਪਹਿਲਾਂ ਕਦੇ ਇੱਦਾਂ ਦਾ ਕੁਛ ਦੇਖਣ ਨੂੰ ਹੀ ਨਹੀਂ ਮਿਲਿਆ ਸੀਗਾ, ਅਤੇ ਤੁਹਾਡੇ ਲਈ ਪਰਸਨਲ ਕੀ ਐਕਸਪੀਰੀਅੰਸ ਸੀਗਾ ਜਦ ਲੋਕਾਂ ਤੋਂ ਇੰਨਾ ਪਿਆਰ ਮਿਲ ਰਿਹਾ? ਮਜ਼ਾ ਆ ਰਿਹਾ ਸੀ, ਚੰਗਾ ਲੱਗ ਰਿਹਾ ਸੀ, ਔਰ ਬਾਈ ਗਿੱਪੀ ਬਾਈ ਜੀ ਨੇ ਇੰਨਾ ਫੇਥ ਕੀਤਾ ਹੈ ਨਾ, ਇੰਨਾ ਹੁਲਾਰਾ ਦਿੱਤਾ ਸਾਡੀ, ਅਸੀਂ ਸਾਰੇ ਹੀ ਨਵੀਂ ਸੀਗੇ ਅਤੇ ਅਮਰ ਦਾ ਪਹਿਲਾ ਪ੍ਰੋਜੈਕਟ ਸੀ, ਮੇਰਾ ਬਤੌਰ ਲੀਡ ਪਹਿਲਾ ਸੀ, ਹੈ ਨਾ, ਅਤੇ ਉਹ ਚੰਗਾ ਲੱਗਿਆ, ਵਧੀਆ ਲੱਗ ਰਿਹਾ ਸੀ, ਸਵਾਦ ਆ ਰਿਹਾ ਸੀ, ਮਾਹੌਲ ਜੋ ਸੋਚਦੇ ਸੀ ਉਹ ਉੱਧਰ ਨੂੰ ਚੱਲ ਰਹੇ ਸੀ। ਹਾਂ ਵੀ ਉਹ ਦੇਖਣ ਲੱਗ ਗਿਆ ਵੀ ਹਾਂ ਬਾਈ, ਧੀਰਜ ਨੇ ਤਾਂ ਬਹੁਤ ਕੁਛ ਕਿਹਾ ਡਾਇਰੈਕਟਰ ਬਾਰੇ ਕਿ ਉਹ ਬਹੁਤ ਹੀ ਫੋਕਸਡ ਹੋ ਕੇ ਆਉਂਦੇ ਸੀ, ਉਹਨਾਂ ਨੂੰ ਪਤਾ ਹੁੰਦਾ ਸੀ ਕਿ ਤੁਹਾਡਾ ਕਿਵੇਂ ਐਕਸਪੀਰੀਅੰਸ ਹੈਗਾ ਅਮਨ ਦਾ। ਅਸਲ 'ਚ ਮੈਂ ਡਾਇਲੋਗ 'ਤੇ ਮੇਰੀ ਡਿਊਟੀ ਲੱਗੀ ਸੀ ਅਤੇ ਫਿਰ ਜਦੋਂ ਬਾਈ ਜੀ ਨੇ ਕਿਹਾ ਤਾਂ 3-4 ਮਹੀਨੇ ਮੈਂ ਅਤੇ ਅਮਰ ਤਾਂ ਇਕੱਠੇ ਹੀ ਹੁੰਦੇ ਸੀ,
ਔਰ ਅਮਰ ਦੇ ਨਾਲ ਮੇਰਾ ਪਿਆਰੇ ਦੀ ਪਹਿਲੀ ਫਿਲਮ ਇਹਨੇ ਬਤੌਰ ਅਸਿਸਟੈਂਟ ਕੀਤੀ ਸੀ ਤੂਫਾਨ ਸਿੰਘ, ਮੈਂ ਉਹਦੇ 'ਚ ਰੋਲ ਕੀਤਾ ਸੀ। ਉਹ ਬੰਦਾ ਬਿਲਕੁਲ ਬਹੁਤ ਮਿਹਨਤੀ ਔਰ ਪ੍ਰੋਪਰ ਆਪਦਾ ਕੰਮ ਕਰਕੇ, ਇਸੇ ਲਈ ਤਾਂ ਉਹ ਹੁਣ ਇੱਕ ਪ੍ਰੋਜੈਕਟ ਦੀ ਹੋਰ ਚੱਲਦੀ ਪਈ ਸੀ, ਬਾਈ ਜੀ ਨੇ ਡਿਊਟੀ ਲਾਈ ਸੀ ਅਤੇ ਅਸੀਂ ਸ਼ੁਰੂ ਹੋਏ ਵੇ ਹਾਂ ਬੈਠਣੇ, ਵੀ ਉਹ 3-4 ਮਹੀਨੇ ਬਹਿੰਦਾ, ਫਿਰ ਮੇਰੇ ਨਾਲ ਬਹਿ ਗਿਆ। ਜਦੋਂ ਤੀਕਰ ਉਹਦੇ ਉੱਤਰ ਦੀ ਨਹੀਂ ਗੱਲ, ਉਦੋਂ ਤੀਕਰ ਫਿਰ ਉਹ ਜਾਂਦਾ ਨਹੀਂ, ਸੈੱਟ 'ਤੇ ਨਹੀਂ ਜਾਂਦਾ। ਸਰ ਅਸੀਂ ਗੱਲ ਕਰੀਏ ਜਿਵੇਂ ਗੱਲ ਕਲਚਰ ਦੀ, ਕਈ ਵਾਰੀ ਹੁੰਦਾ ਆ ਕਿ ਲੋਕ ਬੋਲਣ ਲੱਗ ਜਾਂਦੇ ਕਿ ਨਹੀਂ ਜੀ ਇਹ ਗਲਤ ਹੈ, ਇਹ ਸਾਡੇ ਯੂਥ ਨੂੰ ਗਲਤ ਤਰੀਕੇ ਨਾਲ ਇਨਫਲੂਐਂਸ ਕਰੂਗਾ, ਬਟ ਬੀਇੰਗ ਅਨ ਆਡੀਅੰਸ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹੀ ਕੋਈ ਵੀ ਚੀਜ਼ ਜਦ ਤੱਕ ਸਾਡੇ ਸਾਹਮਣੇ ਨਾ ਹੋਈ ਵੀ ਕਿਸੇ ਗਾਣਿਆਂ ਦੇ ਨਾਲ ਜਾਂ ਮੂਵੀਆਂ ਤੋਂ ਇਨਫਲੂਐਂਸ ਹੁੰਦੇ ਆ, ਤਾਂ ਤੁਹਾਡਾ ਕੀ ਓਪੀਨੀਅਨ ਰਹਿੰਦਾ ਜਦੋਂ ਲੋਕ ਕਹਿੰਦੇ ਕਿ ਨਹੀਂ ਜੀ ਤੁਸੀਂ ਐਵੇਂ ਦਾ ਕੰਮ ਨਾ ਕਰੋ, ਇਹ ਯੂਥ 'ਤੇ ਗਲਤ ਅਸਰ ਪਾਉਂਦਾ ਹੈ? ਦੇਖੋ, ਅਸਰ ਹਰ ਗੱਲ ਕਰਦੀ ਹੈ, ਉਹ ਅਸਰ ਲੈਣ ਵਾਲੇ 'ਤੇ, ਜਿਹਨੇ ਹੁਣ ਧਾਰਿਆ ਜਿਹਦਾ ਦਿਮਾਗ ਉੱਧਰ ਨੂੰ ਚੱਲਦਾ ਉਹ ਉਵੇਂ ਕਰਦਾ। ਜਿਵੇਂ ਮੇਰੀ ਸ਼ੋਪ ਦੇ ਉੱਤੇ ਮੇਰੀ ਦੁਕਾਨ ਸੀਗੀ ਅਤੇ ਦੋ ਕੁੜੀਆਂ ਆਈਆਂ, ਦੋਨੇ ਭੈਣਾਂ ਸੀ, ਇੱਕ ਪੋਸਟਰ ਲੱਗਿਆ ਹੋਇਆ ਸੀ ਅਤੇ ਟੋਪ ਪਾਇਆ ਹੋਇਆ ਸੀ। ਇੱਕ ਜਣੀ ਤਾਂ ਕਹਿੰਦੀ ਵੀ ਦੇਖ ਪੋਸਟਰ ਕਿਹੋ ਜਿਹਾ ਲਾਇਆ ਪ੍ਰਿੰਸੇ ਤੋਂ, ਦੂਜੀ ਕਹਿੰਦੀ ਐਮਬਰਾਇਡਰੀ ਬੜੀ ਕਮਾਲ ਦੀ ਆ। ਹੁਣ ਆਪਾਂ ਕਿਹੜੀ ਚੀਜ਼ ਨੂੰ ਲੈਂਦੇ ਕਿਵੇਂ ਆ ਉਹ ਗੱਲ ਹੈ, ਹੈ ਨਾ। ਇਹ ਜ਼ਰੂਰੀ ਥੋੜ੍ਹੀ ਆ ਵੀ ਜੇ ਪੋਸਟਰ 'ਤੇ ਪਿਸਤੌਲ ਦਿਖਾਇਆ, ਹੋ ਸਕਦਾ ਉਹ ਹੋਲੀ ਵਾਲਾ ਹੋਵੇ, ਪਚਕਾਰੀ ਵਾਲਾ ਹੋਵੇ, ਫਿਲਮ ਦੇਖ ਕੇ ਪਤਾ ਲੱਗੂਗਾ ਉਹ ਮਾਹੌਲ। ਤੁਹਾਡਾ ਕਿਹੜਾ ਸਭ ਤੋਂ ਫੇਵਰੇਟ ਪਾਰਟ ਰਿਹਾ ਮੂਵੀ ਦਾ, ਭਾਵੇਂ ਜਦ ਤੁਸੀਂ ਨਿਭਾ ਰਹੇ ਸੀਗੇ ਜਾਂ ਤੁਸੀਂ ਲਿਖ ਰਹੇ ਸੀਗੇ, ਤੁਹਾਡਾ ਸਭ ਤੋਂ ਕਿਹੜਾ ਫੇਵਰੇਟ ਪਾਰਟ ਸੀਗਾ? ਨਹੀਂ, ਮੈਨੂੰ ਸਾਰੇ ਹੀ ਪਸੰਦ ਸਾ। ਮੈਨੂੰ ਤਾਂ ਇੱਕ ਇੱਕ ਸ਼ੋਟ, ਇੱਕ ਇੱਕ ਸੀਨ ਮੈਨੂੰ ਚੰਗਾ ਲੱਗਦਾ, ਮੈਂ ਮਜ਼ਾ ਬਹੁਤ ਆਇਆ ਨਾ, ਇਨਵੋਲਵ ਬਹੁਤ ਹੋ ਗਿਆ ਕਰੈਕਟਰ 'ਚ ਮੈਂ। ਕੱਲ੍ਹ ਤਾਂ ਮੈਨੂੰ ਬਾਈ ਕਹਿੰਦੇ, ਬਾਈ ਦਾ ਫੋਨ ਆਇਆ, ਕਹਿੰਦੇ ਯਾਰ ਅੱਜ ਟੌਰ ਕੱਢ ਕੇ ਜਾਵੜੀ, ਕੋਈ ਨਹੀਂ। ਮੈਂ ਤਾਂ ਕੱਲ੍ਹ ਉੱਥੇ ਫਿਰਦੇ, ਮੇਰੇ ਚੱਪਲਾਂ ਉਹੀ ਪਾਈਆਂ ਹੋਈਆਂ ਸੀ, ਅਸੀਂ ਜਲੰਧਰ ਗਏ ਸੀ, ਮੈਂ ਚੱਪਲਾਂ ਪਾ ਕੇ ਉਵੇਂ ਹੀ ਗਿਆ, ਪੰਮਾ ਟਾਈਪ ਫੀਲਿੰਗ ਲੈ ਕੇ। ਮੈਨੂੰ ਤਾਂ ਸਾਰਾ ਹੀ ਵਧੀਆ ਲੱਗਿਆ। ਅਤੇ ਜੇ ਹੁਣ ਆ ਰਹੀ ਹੈ ਬੋਰਨਿੰਗ, ਹੈ ਨਾ, ਕਿੰਨੀ ਉਡੀਕ ਸੀਗੀ ਲੋਕਾਂ ਨੂੰ, ਅਤੇ ਇੰਨਾ ਪਿਆਰ ਵੀ ਜਿਵੇਂ ਵੈਬ ਸੀਰੀਜ਼ ਨੂੰ ਮਿਲਿਆ ਸੀ, ਹੁਣ ਚੌਪਾਲ ਆ ਗਿਆ, ਅਤੇ ਬਹੁਤ ਸੋਹਣੀਆਂ ਪਿਕਚਰਾਂ ਧੀਰਜ ਦੀਆਂ ਵੀ ਬਹੁਤ ਉਸ 'ਤੇ, ਬਹੁਤ ਹੀ ਸੋਹਣਾ ਕੰਮ, ਅਤੇ ਥੀਏਟਰ ਐਕਟਰਸ ਦਾ ਬਹੁਤ ਸੋਹਣਾ ਕੰਮ ਉਸ 'ਤੇ ਦਰਸਾਇਆ ਜਾ ਰਿਹਾ। ਅਤੇ ਜਿਸ ਤਰੀਕੇ ਦਾ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਚਾਹੇ ਬੋਲੀਵੁੱਡ ਹੋਵੇ ਚਾਹੇ ਬੋਲੀਵੁੱਡ ਹੋਵੇ, ਅੱਜ ਕੱਲ੍ਹ ਜੋ ਥੀਏਟਰ ਐਕਟਰਸ ਨੂੰ ਰਿਸਪੋਂਸ ਮਿਲ ਰਿਹਾ, ਜਿਸ ਤਰੀਕੇ ਦੀ ਉਹ ਪਿਕਚਰਾਂ ਕਰ ਰਹੇ ਨੇ, ਅਤੇ ਆਡੀਅੰਸ ਵੱਲੋਂ ਸਪੈਸ਼ਲੀ ਜਿੱਦਾਂ ਦਾ ਰਿਸਪੋਂਸ ਮਿਲ ਰਿਹਾ, ਉਹ ਬਾ ਕਮਾਲ ਹੈ, ਕਿਉਂਕਿ ਲੋਕ ਦੇਖਣਾ ਚਾਹੁੰਦੇ ਉਹਨਾਂ ਨੂੰ ਐਜ਼ ਐਨ ਐਕਟਰ ਇੱਕ ਮੂਵੀ ਇੱਦਾਂ ਦੀ ਪਰਫੋਰਮ ਕਰਦੇ ਹੋ ਜੋ ਬਿਲਕੁਲ ਹਟ ਕੇ ਹੋਵੇ, ਅਤੇ ਵਾਰਨਿੰਗ ਵੀ ਇੱਕ ਇੱਦਾਂ ਦਾ ਕੰਸੈਪਟ ਹੈ ਜੋ ਬਿਲਕੁਲ ਹਟ ਕੇ ਹੈ ਸਾਡੇ ਸਟੀਰੀਓਟਾਈਪ ਸਿਨੇਮਾ ਤੋਂ। ਮੇਰਾ ਧਿਆਨ ਕਿਤੇ ਹੋਰ ਜਾ ਵੜਿਆ ਸੀ ਕਿ ਜਿਹੜੇ ਥੀਏਟਰ ਐਕਟਰਸ ਆ ਰਹੇ ਨੇ ਹੁਣ ਮੂਵੀਜ਼ ਕਰ ਰਹੇ ਨੇ, ਅਤੇ ਵਾਰਨਿੰਗ ਵੀ ਬਿਲਕੁਲ ਹਟ ਕੇ ਹੈ ਜਿਵੇਂ ਆਪਾਂ ਬਾਕੀ ਮੂਵੀਜ਼ ਦੇਖਦੇ ਹਾਂ, ਅਤੇ ਲੋਕ ਆਡੀਅੰਸ ਬਹੁਤ ਪਿਆਰ ਕਰ ਰਹੀ ਹੈ ਇਸ ਚੀਜ਼ ਨੂੰ, ਉਹ ਸਟੀਰੀਓਟਾਈਪ ਨੂੰ ਇੱਕ ਤੋੜ, ਬੈਰੀਅਰ ਜਿਹੜਾ ਟੁੱਟ ਰਿਹਾ ਉਹ ਥੀਏਟਰ ਐਕਟਰਸ ਵੀ ਤੋੜ ਰਹੇ ਨੇ ਅਤੇ ਆਡੀਅੰਸ ਵੀ ਤੋੜ ਰਹੀ ਹੈ, ਅਤੇ ਤੁਹਾਡਾ ਕੀ ਵਿਚਾਰ ਹੈ? ਨਹੀਂ, ਇਹ ਵਧੀਆ ਗੱਲ ਹੈ। ਅਸਲ 'ਚ ਜਿਹੜਾ ਪਿੱਛੇ ਜੇ ਲੋਕਡਾਊਨ ਹੋਇਆ ਨਾ, ਉਹਦੇ ਵਿੱਚ ਲੋਕਾਂ ਨੇ ਸਿਨੇਮਾ ਬਹੁਤ ਦੇਖ ਲਿਆ, ਸਬ ਟਾਈਟਲ ਨਾਲ, ਉਹਦੇ ਨਾਲ ਨੈਟਫਲਿਕਸ, ਐਮਾਜ਼ੋਨ, ਉਹ ਆ, ਅਤੇ ਉਹ ਥੋੜ੍ਹੇ ਜਿਹੇ ਹੋਰ ਦਰਵਾਜ਼ੇ ਖੁੱਲ੍ਹ ਗਏ ਵੀ ਅਸਲ 'ਚ ਕੀ ਗੱਲ ਹੁੰਦੀ ਆ ਉਹ ਹੁੰਦੀ। ਇਸ ਲਈ ਹੁਣ ਸਾਨੂੰ ਬਹੁਤ ਸਾਰਿਆਂ ਨੂੰ ਜ਼ੋਰ ਲਾਉਣਾ ਪੈਣਾ, ਧਿਆਨ ਦੇਣਾ ਪੈਣਾ, ਆਡੀਅੰਸ ਹੁਣ ਜਿਹੜੀ ਚੀਜ਼ ਵਧੀਆ ਉਹਨੂੰ ਹੀ ਵਧੀਆ ਕਹਿੰਦੀ ਹੈ। ਅਤੇ ਫਿਰ ਅਸੀਂ ਹੁਣ ਐਕਸਪੈਕਟ ਕਰ ਰਹੇ ਹਾਂ ਕਿ ਵਾਰਨਿੰਗ ਦੇ ਹੋਰ ਵੀ ਪਾਰਟਸ ਆਉਣਗੇ, ਚਾਹੇ ਉਹ ਵੈਬ ਸੀਰੀਜ਼ ਹੈ ਕਿ ਮੂਵੀ ਦੇ ਥਰੂ ਹੋਈ। ਦੇਖੋ, ਜੇ
ਪਹਿਲਾਂ ਵਾਰਨਿੰਗ ਆਈ ਸੀ ਯੂਟਿਊਬ ਤੇ, ਉਹ ਨੈਟ ਪੈਕ ਹੁੰਦਾ ਸੀ ਤੇ ਬਗੈਰ ਪੈਸਿਆਂ ਤੋਂ ਹੀ ਦੇਖੀ ਗਈ। ਹੁਣ ਲੱਗਣੇ ਆ ਪੈਸੇ, ਹੁਣ ਜਾਂ ਤਾਂ ਫਿਰ ਪੈਸੇ ਲਾ ਕੇ ਦੇਖਣਗੇ ਫੇਰ ਹੀ ਪਤਾ ਲੱਗੂ ਵਧੀਆ ਬਣੀ ਕਿ ਨਹੀਂ, ਠੀਕ ਹੈ। ਤੇ ਜੇ ਰਿਸਪੋਂਸ ਵਧੀਆ ਦੇਣਗੇ, ਜਿਵੇਂ ਪਹਿਲਾਂ ਵੈਬ ਸੀਰੀਜ਼ ਨੂੰ ਦਿੱਤਾ, ਪੰਮੇ ਨੂੰ ਪਿਆਰ ਕੀਤਾ, ਸ਼ਿੰਦੇ ਨੂੰ ਪਿਆਰ ਕੀਤਾ, ਉਵੇਂ ਹੋਊਗਾ ਤਾਂ ਫਿਰ ਅਗਲਾ ਵੀ ਬਣ ਜੂਗਾ ਤੇ ਨਹੀਂ ਫਿਰ ਠੀਕ ਹੈ ਜੀ। ਹੋਰ ਕਿਹੜੇ ਕਿਹੜੇ ਪ੍ਰੋਜੈਕਟ ਤੁਹਾਡੇ ਹੁਣ ਲਾਈਨਡ ਅਪ ਨੇ? 28 ਜਨਵਰੀ ਨੂੰ ਹੈਗੀ ਆ ਪੋਸਤੀ, ਤੇ ਇੱਕ ਦੋ ਲਿਖੀ ਜਾਂਦਾ ਮੈਂ, ਬਾਕੀ ਤਾਂ ਵਾਰ ਨਹੀਂ, ਬਾਕੀ ਸਭ ਉਦੋਂ ਮੈਂ ਬੰਦ ਕਰਤਾ ਸੀ ਵੀ ਵਾਰਨਿੰਗ ਤੋਂ ਬਾਅਦ ਹੀ ਕੁਛ ਸੋਚਾਂਗੇ, ਵੀ ਹੁਣ ਦਰਸ਼ਕ ਹੀ ਦੱਸਣਗੇ ਵੀ ਮਿੱਤਰਾ ਤੂੰ ਗਾਂ ਕੰਮ ਕਰਨਾ ਕਿ ਵੀ ਨਹੀਂ ਵੀ ਫਿਰ ਜਾ ਕੇ ਰੈਡੀਮੇਡ ਵਾਲੀ ਦੁਕਾਨ ਤੇ ਹੀ ਬਹਿਣਾ। ਤੇ ਹੁਣ ਵਾਰਨਿੰਗ ਕਾਫੀ ਮਿਲੀ ਸੀਗੀ ਲੋਕਾਂ ਤੋਂ, ਹੁਣ ਤੁਸੀਂ ਕੀ ਜਵਾਬ ਦੇਣਾ ਚਾਹੋਗੇ ਉਹਨਾਂ ਸਾਰਿਆਂ ਦੀ ਵਾਰਨਿੰਗ ਦਾ, ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਵੀ ਤੁਹਾਡੀ ਵਾਰਨਿੰਗ ਨੇ ਆ ਵਾਰਨਿੰਗ ਬਣਵਾਤੀ, ਥੈਂਕ ਯੂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਵੀ ਦਰਸ਼ਕਾਂ ਦੀ ਵਾਰਨਿੰਗ ਨੇ ਫਿਲਮ ਵਾਰਨਿੰਗ ਬਣਵਾਤੀ। ਚਾਹੇ ਮੂਹਰਲੀਆਂ ਸੀਟਾਂ ਤੇ ਬਹਿ ਕੇ ਦੇਖ ਆਇਓ, ਪਰ ਦੇਖ ਕੇ ਲਾਜ਼ਮੀ ਆਇਓ। Yeah, I guess jadon vi main pregnant hunni ha meri team comes up with a script pregnant lady layi kehne chalo apa vele kyu baithna vele kyu baithna she's a fantastic actor and ide vich assi bahut comedy kiti so comedy timing bahut mainu main impressed sa rubina di comedy timing nu leke and I'm proud of her bollywood ki akshay kumar aur kitni movies release karoge ayo rabba vinayak ji I know ki kariye dinne te saadi do teen ladaiyan to hundiyan hundiyan assi matlab sau vi khalan te te assi kade teri ਸ਼ਕਲ ਨਹੀਂ ਦੇਖਣੀ, ਗੱਲ ਨਹੀਂ ਕਰਨੀ, ਮੈਂ ਤੇਰੇ ਵਿਆਹ ਤੇ ਨਹੀਂ ਆਉਣਾ। ਤੇ ਫਿਰ ਨੈਕਸਟ ਆਉਂਦਾ ਮੇਰਾ ਇੰਸਟਾਗ੍ਰਾਮ ਚੈੱਕ ਕਰੀ, ਮੈਂ ਪੋਸਟ ਕੀਤਾ ਠੀਕ। ਨਿਮਰਤ ਖਹਿਰਾ, ਓ ਸਵੀਟੈਸਟ ਬਿਲੋ, ਇੱਕ ਬਾਇਓਪਿਕ ਜਿਹੜਾ ਤੁਸੀਂ ਜੇ ਕਿਸੇ ਦਾ ਕਰਨਾ ਹੋਵੇ ਕਿਹਦੇ ਕਰੋਗੇ ਤੁਸੀਂ, ਕਿਹੜਾ ਕਿਰਦਾਰ ਚੱਕੋਗੇ ਜੇ ਮੇਰਾ ਤੁਸੀਂ ਮੂਵੀ ਦਾ ਨਾਮ ਕੀ ਹੋਊਗਾ? ਮੈਂ ਤੁਹਾਡੀ ਆਪਣੀ ਨੀਰੂ ਬਾਜਵਾ, ਤੁਹਾਡੀ ਆਪਣੀ ਨੀਰੂ ਬਾਜਵਾ। ਦ ਮੋਸਟ ਅਨਸੀਰੀਅਸ ਪਰਸਨੈਲਿਟੀ ਅਰਾਊਂਡ ਯੂ? ਸੰਤੋਸ਼ ਜੀ। ਦ ਮੋਟੋ ਆਫ ਯੋਰ ਲਾਈਫ? ਸਟੇ ਹੈਪੀ, ਬੀ ਪੋਜ਼ਿਟਿਵ। ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਮੇਨੀਆ, ਮੈਂ ਪ੍ਰਾਚੀ ਅੱਜ ਤੁਹਾਡੇ ਲਈ ਲੈ ਕੇ ਆਈ ਹਾਂ ਪੰਜਾਬੀ ਇੰਡਸਟਰੀ ਦੀ ਬਹੁਤ ਹੀ ਜ਼ਿਆਦਾ ਐਂਟੀਸਪੇਟਿਡ ਮੂਵੀ ਅਤੇ ਉਹਨਾਂ ਦੀ ਲੀਡ ਪ੍ਰੋਟੈਗਨਿਸਟ ਬਿਊਟੀਫੁਲ ਬਿੱਲੋ ਜਿਹਨੂੰ ਕਿਤਾਬ ਮਿਲ ਗਿਆ ਦੁਬਾਰਾ, ਨੀਰੂ ਬਾਜਵਾ ਜੀ, ਵੈਲਕਮ ਟੂ ਪੰਜਾਬੀ ਮੇਨੀਆ। ਬਿਊਟੀਫੁਲ ਬਿੱਲੋ, ਬਹੁਤ ਸੋਹਣੇ ਲੱਗ ਰਹੇ ਹੋ, ਬੜੇ ਬਿਊਟੀਫੁਲ ਲੱਗ ਰਹੇ ਹੋ। ਥੈਂਕ ਯੂ ਜੀ, ਥੈਂਕ ਯੂ। ਮੈਨੂੰ ਲੱਗਦਾ ਇਹ ਵੈਸੇ ਮੂਵੀ 'ਚ ਤਾਂ ਪ੍ਰੈਗਨੈਂਸੀ ਗਲੋ ਹੈ, ਬਟ ਅੱਜ ਤੁਹਾਨੂੰ ਮੂਵੀ ਦਾ ਗਲੋ ਚੜਿਆ ਹੋਇਆ, ਬਹੁਤ ਸੋਹਣੇ ਲੱਗ ਰਹੇ ਹੋ। ਥੈਂਕ ਯੂ। ਅਤੇ ਪੰਜਾਬ ਆਉਂਦੇ ਹੋ ਹੈ ਨਾ, ਜਦੋਂ ਵੀ ਆਉਂਦੇ ਹੋ ਤੁਹਾਡਾ ਫੇਸ ਬਿਲਕੁਲ ਖਿਲ ਜਾਂਦਾ ਹੈ, ਅਤੇ ਮੈਨੂੰ ਲੱਗਦਾ ਅਸੀਂ ਵੈਸੇ ਤਾਂ ਘਰੇ ਆਏ ਗੈਸਟ ਨੂੰ, ਤੁਸੀਂ ਗੈਸਟ ਤਾਂ ਹੋ ਨਹੀਂ, ਪਰ ਜਦੋਂ ਇੰਡੀਆ ਆਉਂਦੇ ਹੋ ਸਾਡੇ ਵੱਲੋਂ ਆਹੀ ਗਿਫਟ ਹੁੰਦਾ, ਤੁਹਾਡੀ ਮੂਵੀ ਨੂੰ ਬਹੁਤ ਪਿਆਰ ਦੇ ਦਿੰਦੇ ਹਾਂ, ਉਹੀ ਸਾਡਾ ਵੈਲਕਮਿੰਗ ਗਿਫਟ ਹੁੰਦਾ ਜੀ। ਸੋ ਨੀਰੂ ਜੀ, ਬਿਊਟੀਫੁਲ ਬਿੱਲੋ ਆ ਰਹੀ ਹੈ, ਟ੍ਰੇਲਰ ਨੂੰ ਲੋਕ ਬਹੁਤ ਪਸੰਦ ਕਰ ਰਹੇ ਹੈ, ਯੂਨੀਕ ਜਿਹਾ ਟ੍ਰੇਲਰ ਹੈ,
ਹੀਰ ਬਣ ਚੁੱਕੇ ਹੋ ਤੁਸੀਂ, ਹੀਰ ਦਾ ਕਿਰਦਾਰ ਨਿਭਾ ਚੁੱਕੇ ਹੋ, ਚੰਨੋ ਦਾ ਕਿਰਦਾਰ ਨਿਭਾ ਲਿਆ, ਜੂਲੀਅਟ ਦਾ ਕਿਰਦਾਰ ਨਿਭਾ ਲਿਆ, ਪਿੰਕੀ ਮੋਗੇ ਵਾਲੀ ਦਾ ਕਿਰਦਾਰ ਨਿਭਾ ਲਿਆ, ਤੇ ਮੈਨੂੰ ਲੱਗਦਾ ਹੋਰ ਐਡਜੈਕਟਿਵਸ ਬਚੇ ਨਹੀਂ ਸੀਗੇ ਤਾਂ ਹੁਣ ਬਿਊਟੀਫੁਲ ਬਿੱਲੋ, ਸਾਰੇ ਐਡਜੈਕਟਿਵਸ ਤੋਂ ਬਾਅਦ ਇੱਕੋ ਪ੍ਰੋਪਰ ਐਡਜੈਕਟਿਵ ਬਿਊਟੀਫੁਲ ਬਿੱਲੋ ਰਹਿ ਗਿਆ ਸੀਗਾ ਕੋਈ ਰੋਲ, ਹੁਣ ਮੈਨੂੰ ਲੱਗਦਾ ਇਹਦੇ ਬਾਅਦ ਤਾਂ ਆਉਣ ਵਾਲਿਆ, ਇਸ ਤੋਂ ਬਾਅਦ ਨਹੀਂ ਫਿਰ ਮਰੀਅਮ ਆਊਗੀ, ਲੌਂਗ ਲਾਚੀ ਵੀ ਕਾਫੀ ਸਾਰੇ ਆ ਰਹੇ ਨੇ, ਮੇਨ ਐਸਾ ਜਿਹਦੇ ਚ ਤੁਹਾਨੂੰ ਹੀ ਪੂਰੀ ਫਿਲਮ ਇਜ਼ ਰਿਵੋਲਵਿੰਗ ਅਰਾਊਂਡ ਯੋਰ ਕੈਰੈਕਟਰ ਐਂਡ ਐਡਜੈਕਟਿਵ ਟੂ ਯੂ ਨੋ ਮਤਲਬ ਗਲੋਰੀਫਾਈ ਯੋਰ ਰੋਲ ਇਨ ਇਟ ਇਜ਼ ਬਿਊਟੀਫੁਲ ਬਿੱਲੋ। ਤੇ ਬਿਊਟੀਫੁਲ ਬਿੱਲੋ ਦੀ ਗੱਲ ਕਰਦੇ ਆ, ਲੋਕੀ ਟ੍ਰੇਲਰ ਨੂੰ ਬਹੁਤ ਪਿਆਰ ਦੇ ਰਹੇ ਆ, ਸੋ ਤੁਹਾਡੀ ਸੈਕਿੰਡ ਮੂਵੀ ਹੈ ਜਿਹਦੇ ਵਿੱਚ ਤੁਸੀਂ ਇੱਕ ਬੇਬੀ ਬੰਪ ਨਾਲ ਆ ਰਹੇ ਹੋ, ਹੈ ਨਾ, ਤੇ ਇੱਕ ਕਿਰਦਾਰ ਤੁਸੀਂ ਕਰ ਚੁੱਕੇ ਹੋ ਚੰਨੂ ਵਿੱਚ, ਤੇ ਆਲਰੇਡੀ ਤੁਸੀਂ ਦੋ ਪ੍ਰੈਗਨੈਂਸੀਜ਼ ਬਹੁਤ ਬਿਊਟੀਫੁਲੀ ਅਸੀਂ ਸੋਸ਼ਲ ਮੀਡੀਆ ਦੇਖਦੇ ਹਾਂ ਗ੍ਰੇਸ ਕਰ ਚੁੱਕੇ ਹੋ, ਤੁਹਾਡੇ ਲਈ ਤਾਂ ਹੁਣ ਬਹੁਤ ਈਜ਼ੀ ਹੋ ਗਿਆ ਹੋਣਾ, ਤੁਸੀਂ ਮੈਨੂੰ ਲੱਗਦਾ ਡਾਇਰੈਕਟਰ ਨੂੰ ਦੱਸਦੇ ਹੋਵੋਗੇ, ਨਹੀਂ ਨਹੀਂ ਆਏ ਨਹੀਂ ਹੁੰਦਾ, ਆਏ ਹੁੰਦਾ, ਮੈਂ ਪ੍ਰੈਗਨੈਂਸੀ ਇਸ ਫਿਲਮ 'ਚ। ਅੱਛਾ ਹਾਂਜੀ, ਸੋ ਇਹਦੇ ਵਿੱਚ ਯੈਸ ਯੈਸ ਪਹਿਲੇ ਹੋਣੀ ਸੀਗੀ, ਹਾਂ, ਸੋ ਇਹਦੇ ਵਿੱਚ ਮੇਰੇ ਦੋ ਮਾਈ ਟਵਿਨਸ, ਮੇਰੀ ਟਵਿਨਸ ਵਾਲੀ ਪ੍ਰੈਗਨੈਂਸੀ ਆ, ਸੋ ਯਾ ਆਈ ਗੈਸ ਜਦੋਂ ਵੀ ਮੈਂ ਪ੍ਰੈਗਨੈਂਟ ਹੁੰਦੀ ਹਾਂ ਮੇਰੀ ਟੀਮ ਕਮਸ ਅਪ ਵਿਦ ਅ ਸਕ੍ਰਿਪਟ ਪ੍ਰੈਗਨੈਂਟ ਲੇਡੀ ਲਈ, ਕਹਿੰਦੇ ਚਲੋ ਆਪਾਂ ਵਿਹਲੇ ਕਿਉਂ ਬੈਠਣਾ, ਵਿਹਲੇ ਕਿਉਂ ਬੈਠਣਾ, ਐਗਜੈਕਟਲੀ ਫਿਲਮ ਕਰਦੇ ਹਾਂ, ਬਿਲਕੁਲ, ਇਹ ਕਿੰਨਾ ਹਾਰਡਵਰਕ। ਸੋ ਨੀਰੂ ਮੈਮ, ਇੱਕ ਥੋੜ੍ਹਾ ਜਿਹਾ ਇੱਥੇ ਪੌਜ਼ ਲਵਾਂਗੇ, ਕਿਉਂਕਿ ਇਹ ਫਿਲਮ ਵੀ ਇੱਕ ਇੱਕ ਔਰਤ ਦੇ ਉੱਤੇ ਹੈ, ਉਹਦੇ ਇੰਨੇ ਇੱਕ ਲਾਈਫ ਦੇ ਟਫ ਪਾਰਟ ਨੂੰ ਅਸੀਂ ਇੰਨੇ ਪਿਆਰ ਨਾਲ ਦਿਖਾਉਂਦੇ ਹਾਂ, ਅਤੇ ਦੋ ਮਿੰਟ ਵੀ ਨਹੀਂ, ਸਿਰਫ 20-30 ਸੈਕਿੰਡਸ ਦਾ ਅਸੀਂ ਇੱਕ ਮੌਨ ਰੱਖਣਾ ਚਾਹੁੰਦੇ ਹਾਂ। ਰੀਸੈਂਟਲੀ ਬਹੁਤ ਇੱਕ ਦਿਲ ਨੂੰ ਦਿਲਾ ਦੇਣ ਵਾਲੀ ਮਨਦੀਪ ਜੀ ਦੀ ਹੋਈ ਸੀਗੀ, ਅਤੇ ਅਸੀਂ ਤੁਹਾਡੇ ਤੋਂ ਕੋਈ ਰਿਵਿਊਜ਼ ਲੈਣਾ ਚਾਹੁੰਦੇ, ਕਿਉਂਕਿ ਉਹਦੇ ਬਾਰੇ ਜਿੰਨਾ ਬੋਲੀਏ ਮੈਨੂੰ ਲੱਗਦਾ ਅਸੀਂ ਬੋਲ ਨਹੀਂ ਪਾਵਾਂਗੇ, ਸਿਰਫ ਇੱਕ 30 ਸੈਕਿੰਡਸ ਦਾ ਅਸੀਂ ਮੌਨ ਲੈਣਾ ਚਾਹੁੰਦੇ ਹਾਂ ਉਹਨਾਂ ਦੀ, ਜਿੱਥੇ ਵੀ ਉਹ ਹੈਗੇ ਆ ਉਹ ਸ਼ਾਂਤੀ 'ਚ ਰਹਿਣ। ਚਲੋ, ਕਮਿੰਗ ਬੈਕ, ਵੇਅਰ ਐਵਰ ਸ਼ੀ ਇਜ਼, ਮੇ ਸ਼ੀ ਰੈਸਟ ਇਨ ਪੀਸ। ਅਤੇ ਆਈ ਥਿੰਕ ਆਈ ਹੋਪ ਜੋ ਹੋਇਆ, ਓਬਵੀਅਸਲੀ ਬਹੁਤ ਲੋਕਾਂ ਨੂੰ ਇੰਪੈਕਟ ਤਾਂ ਹੋਇਆ ਹੈ, ਬਟ ਆਈ ਹੋਪ ਇਸ ਚੀਜ਼ ਨੂੰ ਦੇਖ ਕੇ, ਸਮਝ ਕੇ, ਆਈ ਹੋਪ ਕਿ ਸੋਸਾਇਟੀ ਦੀ ਕੁਛ ਤਾਂ ਉਹਨਾਂ ਦੀ ਸੋਚ ਬਦਲੇ, ਇਟ ਸ਼ੁਡਨਟ ਬੀ ਕਿ ਬਸ ਆਹ ਹੋ ਗਿਆ ਐਂਡ ਐਵਰੀਵਨ ਸੈਜ਼ ਜਸਟਿਸ ਫੋਰ ਮਨਦੀਪ ਕੌਰ, ਕਿਉਂਕਿ ਜੋ ਹੋਇਆ ਨਹੀਂ ਹੋਣਾ ਚਾਹੀਦਾ ਸੀ, ਬਿਲਕੁਲ, ਐਂਡ ਇਹ ਸਿਰਫ ਇਹ ਸਾਰਿਆਂ ਦਾ ਕਸੂਰ ਆ ਜੋ ਕੁਛ ਵੀ ਹੋਇਆ, ਸੋ ਐਜ਼ ਅ ਸੋਸਾਇਟੀ ਵੀ ਸ਼ੁਡ ਵਰਕ ਔਨ ਇਟ, ਮੈਨੂੰ ਐਬਸੋਲੂਟਲੀ, ਬਿਲਕੁਲ। ਸੋ ਨੀਰੂ ਜੀ, ਤੁਹਾਨੂੰ ਮੈਂ ਇੰਟਰਵਿਊ ਦੇ ਪਹਿਲਾਂ ਵੀ ਇਹਨਾਂ ਨੂੰ ਦੱਸ ਓਕੇ ਇਹਨਾਂ ਨੂੰ ਕਹਿ ਕੇ ਹਟੀ ਸੀਗੀ ਕਿ ਮੈਨੂੰ ਜਿਹੜੀ ਆ ਬਿਊਟੀਫੁਲ ਬਿੱਲੋ ਵਾਲੀ ਲੁੱਕ ਹੈ ਨਾ, ਪਤਾ ਨਹੀਂ ਕਿਉਂ ਮੈਨੂੰ ਮੇਲ ਕਰਾ ਦੇ ਵਾਲੀ ਸੀਰਤ, ਜਾਂ ਫਿਰ ਮੈਨੂੰ ਜਿੰਨੇ ਮੇਰਾ ਦਿਲ ਲੁੱਟਿਆ ਵਾਲੀ ਨੂਰ, ਪਤਾ ਨਹੀਂ ਕਿਉਂ ਮੈਨੂੰ ਤੁਹਾਨੂੰ ਵੀ ਆਈ ਲੱਗ ਰਿਹਾ ਆਈਬ੍ਰੋਜ਼, ਮਤਲਬ ਆਹ ਵਾਲਾ ਫੇਸ ਤਾਂ ਮੈਨੂੰ 2 ਮਿੰਟ ਲਈ ਆਈ ਲੱਗ ਰਿਹਾ ਸੀ, ਮੈਂ ਆਪਦੀ ਕੰਟੈਂਟ ਟੀਮ ਨਾਲ ਡਿਸਕਸ ਕਰ ਰਹੀ ਸੀ, ਮੇਰਾ ਦਿਨ ਬਣ ਗਿਆ, ਤੇ ਮੈਨੂੰ ਪੂਰੀ ਲੁੱਕ ਉਹੀ ਲੱਗ ਰਹੀ ਹੈ, ਤੇ ਤੁਹਾਨੂੰ ਥੋੜੀ ਥੋੜੀ ਆਈ ਲੱਗਦੀ ਹੈ, ਤੁਸੀਂ ਹੁਣ ਧਿਆਨ ਨਾਲ ਦੇਖੋ ਮੈਨੂੰ ਬਿਲਕੁਲ ਮੇਲ ਕਰਾ ਦੇ ਵਾਲੀ ਸੀਰਤ, ਔਰ ਮੈਂ ਕਿਵੇਂ ਕਹਾਂ ਯਾ ਬੀਬੀ ਉਹ ਬੜੀ ਉਹ ਵਾਲਾ ਲੁੱਕ ਜਿਹਾ ਆ ਰਿਹਾ, ਥੈਂਕ ਯੂ ਦੋਪ, ਕਿਉਂਕਿ ਉਹ ਕਾਫੀ ਸਾਲ ਪਹਿਲਾਂ ਦੀ ਗੱਲ ਆ, ਸੋ ਥੈਂਕ ਯੂ, ਬਿਲਕੁਲ। ਸੋ ਮੂਵੀ ਦਾ ਟ੍ਰੇਲਰ ਬੜਾ ਪਸੰਦ ਆ ਰਿਹਾ ਨੀਰੂ ਜੀ, ਰੁਬੀਨਾ ਇਹਦੇ ਵਿੱਚ ਤੁਹਾਡੇ ਨਾਲ ਨੇ, ਹੈ ਨਾ, ਤੁਸੀਂ 7 ਸਾਲ 2016 'ਚ 7 ਸਾਲ ਪਹਿਲਾਂ ਉਹਨਾਂ ਨੂੰ ਲਾਂਚ ਕੀਤਾ ਸੀਗਾ ਇਨ ਪੰਜਾਬੀ ਇੰਡਸਟਰੀ 'ਚ, ਤਾਂ ਉਹਨਾਂ ਦਾ ਕਰੀਅਰ ਬਹੁਤ ਸੋਹਣਾ ਕਰ ਰਿਹਾ, ਹਾਊ ਡੂ ਯੂ ਸੀ ਹਰ ਐਜ਼ ਹਰ ਗਰੋਥ ਐਜ਼ ਐਨ ਐਕਟਰ? ਵੈਲ ਆਈ ਐਮ
ਸ਼ੀਜ਼ ਅ ਫੈਂਟੈਸਟਿਕ ਐਕਟਰ ਐਂਡ ਇਹਦੇ ਵਿੱਚ ਅਸੀਂ ਬਹੁਤ ਕਾਮੇਡੀ ਕੀਤੀ ਸੋ ਕਾਮੇਡੀ ਟਾਈਮਿੰਗ ਬਹੁਤ ਮੈਨੂੰ ਮੈਂ ਇੰਪ੍ਰੈਸ ਹਾਂ ਰੁਬੀਨਾ ਦੀ ਕਾਮੇਡੀ ਟਾਈਮਿੰਗ ਨੂੰ ਲੈ ਕੇ ਐਂਡ ਆਈ ਐਮ ਪ੍ਰਾਊਡ ਆਫ ਹਰ ਆਈ ਐਮ ਪ੍ਰਾਊਡ ਆਫ ਹਰ ਬਟ ਉਹ ਥੋੜ੍ਹਾ ਜਿਹਾ ਸ਼ੀ ਬਹੁਤ ਚੂਜ਼ੀ ਹੋ ਗਏ ਨੇ ਐਂਡ ਦ ਸਟੋਰੀਜ਼ ਦੈਟ ਸ਼ੀ ਡਜ਼ ਬਟ ਆਈ ਐਮ ਵੈਰੀ ਪ੍ਰਾਊਡ ਆਫ ਹਰ ਸੋ ਨੀਰੂ ਜਦੋਂ ਤੁਸੀਂ ਕ੍ਰਿਟੀਸਾਈਜ਼ ਕਰਦੇ ਹੋ ਆਪਦੀ ਸਿਸਟਰ ਨੂੰ ਐਜ਼ ਐਨ ਐਕਟਰ ਕਰਦੇ ਹੋ ਕਿ ਜਾਂ ਫਿਰ ਉਹ ਜਿਹੜੀ ਝਿੜਕ ਹੁੰਦੀ ਹੈ ਕਿ ਨਹੀਂ ਇਹਨੂੰ ਐਂ ਕਰ ਕੀਤਾ ਜਾ ਸਕਦਾ ਸੀ ਉਹ ਕਿ ਐਜ਼ ਅ ਪ੍ਰੋਫੈਸ਼ਨਲ ਆਉਂਦੀ ਹੈ ਕਿ ਐਜ਼ ਅ ਫੈਮਿਲੀ ਪਰਸਨ ਹੀ ਨਿਕਲ ਨਹੀਂ ਹਾਂ ਕਿਉਂਕਿ ਮੈਂ ਬਾਕੀ ਐਕਟਰਸ ਨੂੰ ਤਾਂ ਕੁਛ ਵੀ ਨਹੀਂ ਕਹਿੰਦੀ ਕਿ ਐਂ ਕਰੋ ਉਹ ਕਰੋ ਸੋ ਜਦੋਂ ਮੇਰੇ ਸਾਹਮਣੇ ਹੁੰਦੀ ਹੈ ਤਾਂ ਮੇਰੇ ਨਾਲ ਹੁੰਦਾ ਤਾਂ ਮੈਂ ਪਰ ਮੈਂ ਲੋਕਾਂ ਦੇ ਸਾਹਮਣੇ ਵੀ ਨਹੀਂ ਕਹਿੰਦੀ ਕਿਉਂਕਿ ਫਿਰ ਚੰਗਾ ਵੀ ਨਹੀਂ ਲੱਗਦਾ ਨਾ ਰੁਬੀਨਾ ਜੀ ਕਹਿ ਕੇ ਬੁਲਾਉਣਾ ਪੈਂਦਾ ਫਿਰ ਮੈਂ ਜਦੋਂ ਬ੍ਰੇਕ ਹੁੰਦਾ ਤਾਂ ਸਾਈਡ 'ਤੇ ਲੈ ਜਾਂਦੀ ਹਾਂ ਕਹਿੰਦੀ ਹਾਂ ਕਿ ਨਹੀਂ ਆਈ ਨਹੀਂ ਆਈ ਮੇ ਬੀ ਐਂ ਕਰਨਾ ਚਾਹੀਦਾ ਸੀ ਬਟ ਉਹ ਮੈਨੂੰ ਵੀ ਕਹਿੰਦੇ ਆ ਸੋ ਉਹ ਮੈਨੂੰ ਵੀ ਦੱਸਦੇ ਹੁੰਦੇ ਆ ਕਿ ਯੂ ਨੋ ਕੀ ਇੰਪਰੂਵਮੈਂਟ ਮੈਂ ਕਰ ਸਕਦੀ ਹਾਂ ਔਰ ਵਟ ਸ਼ੀ ਲਾਈਕਡ ਵਟ ਸ਼ੀ ਡਜ਼ਨਟ ਮੈਂ ਉਹਨਾਂ ਨੂੰ ਵੀ ਪੁੱਛਦੀ ਹਾਂ ਕਿਉਂਕਿ ਉਹਨਾਂ ਦੀ ਜੋ ਓਪੀਨੀਅਨ ਹੁੰਦੀ ਆ ਮੇਰੇ ਬਾਰੇ ਇਜ਼ ਆਲਵੇਜ਼ ਦ ਟਰੂਥ ਉਹ ਮੈਨੂੰ ਹਮੇਸ਼ਾ ਦੱਸਦੇ ਮੈਂ ਜਦੋਂ ਬੁਰਾ ਕੰਮ ਕੀਤਾ ਵਧੀਆ ਕੰਮ ਕੀਤਾ ਸੋ ਵੀ ਰਿਸਪੈਕਟ ਇਚ ਅਦਰਸ ਓਪੀਨੀਅਨ ਵੈਰੀ ਮਚ ਸੋ ਰੁਬੀਨਾ ਜੀ ਨੂੰ ਲੈ ਕੇ ਨਾ ਤੁਹਾਡੇ ਪੋਸਟਰ ਦੇ ਥੱਲੇ ਬਹੁਤ ਕਮੈਂਟਸ ਸੀਗੇ ਅਤੇ ਤੁਹਾਨੂੰ ਲੈ ਕੇ ਵੀ ਅਸੀਂ ਤੁਹਾਨੂੰ ਕੁਝ ਕਮੈਂਟਸ ਦੱਸਣਾ ਚਾਹੁੰਦੇ ਹਾਂ ਸੋ ਯੂ ਕੈਨ ਆਨਸਰ ਦੈਮ ਜੇ ਤੁਸੀਂ ਉਹਨਾਂ ਦਾ ਨਾਂ ਲੈ ਦਿਓਗੇ ਜੇ ਨਾਮ ਹੋਇਆ ਆਈ ਡੀ ਦਾ ਅਤੇ ਆਈ ਗੈਸ ਯੋਰ ਫੈਨਸ ਵਿਲ ਬੀ ਵੈਰੀ ਹੈਪੀ ਸੋ ਪਹਿਲਾਂ ਮੈਨੂੰ ਆਇਆ ਸੀਗਾ ਤੁਹਾਡੇ ਸਿਰਫ ਬਿਊਟੀਫੁਲ ਬਿਲੋ ਦੇ ਥੱਲੇ ਵਾਲੇ ਇੰਸਟਾਗ੍ਰਾਮ ਕਮੈਂਟਸ ਕਰ ਰਹੀ ਹਾਂ ਮੈਂ ਵਿਨਾਇਕ ਡੋਟ ਜੋਹਰਕਰ ਨੇ ਤੁਹਾਡੇ ਲਈ ਲਿਖੇ ਬੋਲੀਵੁੱਡ ਕੀ ਅਕਸ਼ੇ ਕੁਮਾਰ ਔਰ ਕਿਤਨੀ ਮੂਵੀਜ਼ ਰਿਲੀਜ਼ ਕਰੋਗੇ ਓ ਰੱਬਾ ਵਿਨਾਇਕ ਜੀ ਆਈ ਨੋ ਕੀ ਕਰੀਏ ਇਹ ਸਾਰੀਆਂ ਫਿਲਮਾਂ ਸਟਕ ਸੀਗੀਆਂ ਯੂ ਨੋ ਬਹੁਤ ਪਹਿਲਾਂ ਆਪਾਂ ਸ਼ੂਟ ਕਰ ਚੁੱਕੇ ਸੀ ਕਿਉਂਕਿ ਫਿਰ ਕੋਵਿਡ ਆ ਗਿਆ ਸੋ ਇਹ ਸਾਰੀਆਂ ਫਿਲਮਾਂ ਬਣ ਚੁੱਕੀਆਂ ਹੋਈਆਂ ਨੇ ਐਂਡ ਹੁਣ ਸਭ ਡਿਸਾਈਡ ਕਰ ਲਿਆ ਕਿ ਹੁਣ ਐਵਰੀ ਮੰਥ ਆ ਹੀ ਜਾਣਾ ਬਿਲਕੁਲ 7 ਮੰਥਸ ਤੱਕ ਤੁਹਾਡੇ ਰਿਲੀਜ਼ ਲਾਈਨਡ ਅਪ ਨੇ 7 ਬਿਲਕੁਲ ਇੱਕ ਐਗਜੈਕਟਲੀ ਇੱਕ ਜਿਹਨੂੰ ਆਪਾਂ ਕਹਿੰਦੇ ਨਾ ਇੱਕ ਬੇਬੀ ਪ੍ਰੋਜੈਕਟ ਪੂਰਾ ਮੈਮ ਦਾ ਪੂਰਾ ਚੱਲਦਾ ਹੀ ਰਹਿੰਦਾ ਮੂਵੀਜ਼ ਨੂੰ ਵੀ ਆਪਦੇ ਜਵਾਕਾਂ ਵਾਂਗੂ ਲੈ ਕੇ ਚੱਲਦੇ ਆ ਰੀਅਲ ਅਰਸ਼ ਅਟਵਾਲ ਜੀ ਨੇ ਲਿਖਿਆ ਇਸ ਦਿਸ ਅ ਸਟੈਂਡ ਅਲੋਨ ਸੀਕੁਅਲ ਆਫ ਚੰਨੋ ਕਮਲੀ ਆਰਤੀ ਨਹੀਂ ਜੀ ਇਹ ਸੀਕੁਅਲ ਨਹੀਂ ਬਿਲਕੁਲ ਵੀ ਨਹੀਂ ਕਿਉਂਕਿ ਜਾਨਰਾ ਅਲੱਗ ਹੈ ਕਾਸਟ ਅਲੱਗ ਹੈ ਸਟੋਰੀ ਅਲੱਗ ਹੈ ਸੋ ਇਟਸ ਨਾਟ ਅ ਸੀਕੁਅਲ ਬਿਲਕੁਲ ਤੇ ਅਲੀਜ਼ਾ ਹੁਸੈਨ ਲਿਖ ਰਿਹਾ ਵਿਸ਼ ਯੂ ਗੈਟ ਪ੍ਰੈਗਨੈਂਟ ਅਗੇਨ ਇਨ ਰੀਅਲ ਵਾਂਟ ਟੂ ਸੀ ਮੋਰ ਆਫ ਯੰਗ ਡੀ ਨੋ no more bas hun band karta no more babies 3 babies that's it ek bahut vadda comment sega oh mainu bahut vadhiya lagya te kyosha 10 de vallo ha hello neeru ma'am how does anaya and the two young munchkins cope up with you traveling I remember as a small kid the first thing I wanted to see in the morning was my mom and food without her was impossible are these perks of being a celebrity mom or how are your kids so smart so young ਨਹੀਂ ਕਿਉਂਕਿ ਪਹਿਲਾ ਦਿਨ ਤੋਂ ਹੀ ਮੈਂ ਆਈ ਗੈਸ ਟ੍ਰੇਨਿੰਗ ਦੇ ਚੁੱਕੀ ਹਾਂ ਕਿਉਂਕਿ ਮਾਮ ਕੰਮ ਕਰਦੀ ਆ ਸੋ ਇਹ ਉਹਨਾਂ ਲਈ ਨੋਰਮਲ ਆ ਯੂ ਨੋ ਆਈ ਨਹੀਂ ਕਿ ਮੈਂ ਇਨ ਦਿਨ ਰਾਤ ਉਹਨਾਂ ਦੇ ਨਾਲ ਰਹਿੰਦੀ ਹਾਂ ਅਤੇ ਫਿਰ ਅਚਾਨਕ ਹੀ ਮੈਂ ਚਲੀ ਜਾਂਦੀ ਹਾਂ ਕੰਮ ਲਈ ਸੋ ਦੇ ਯੂਜ਼ ਟੂ ਇਟ ਅਤੇ ਮੈਂ ਓਬਵੀਅਸਲੀ ਜਦੋਂ ਉੱਠਦੀ ਹਾਂ ਫੇਸ ਟਾਈਮ ਮੈਨੂੰ ਹੀ ਕਰਦੀ ਹਾਂ ਜਦੋਂ ਰਾਤ ਨੂੰ ਸੌਂਦੀ ਹਾਂ ਤਾਂ ਆਈ ਐਮ ਦੇਅਰ ਆਲਸੋ ਅਤੇ ਉਹ ਦੇਰ ਸੋ ਆਈ ਐਮ ਰੀਅਲੀ ਬਲੈਸ ਦੋ ਯੂ ਨੋ ਆਮ ਰੀਅਲੀ ਬਲੈਸ ਕਿ ਮੇਰੇ ਬੱਚੇ ਇੰਨੇ ਸਿਆਣੇ ਆ ਉਹ ਲੋਕਾਂ ਨੂੰ ਕਹਿੰਦੇ ਮਤਲਬ ਸਮਟਾਈਮਸ ਯੂ ਨੋ ਲੋਕ ਕਹਿੰਦੇ ਡੂ ਯੂ ਮਿਸ ਯੂਰ ਮਾਮ ਨੇ ਉਹ ਕਹਿੰਦੇ ਮਾਮੀ ਵਰਕ
wow mummy work the young ones also young ones also so kadi ni ron gaya ki you know mom never kyunki fir woh okha ho juga mere liye but this my kids are so supportive so yeah the mommy crib is never there no but kinne matlab kinne working professionals ne you know je army vich koi ladies kaam karde hain to oh vi ta gharon dur rehndiyan so it's just a part of the job te bacche apne aap adapt ho jande hain mene lagda hai guess she was also from a same background te unhan nu koi advice dena chahunge how is a how does a working see menu I mean menu bhi mom guilt bahut honda par main na ek ek account follow kar diya mom guilt da te jadon bhi menu lagda ki nahi hi you know I'm feeling guilty as a mother menu wapas jana chahida main oh padhdi ha main ohne de kafi quotes honde ha and they inspire you so it's okay tusi kuch galat nahi kar rahe ho you give quality time kare bhi do and aapde kaam nu bhi do bahut zaruri hai so neeru ma'am assi expect kar rahe sige ki is baar jadon sanu pehle ਮੂਵੀ ਦੀ ਹਿੰਟਸ ਹੋਈਆਂ ਸੀਗੀਆਂ ਹੈ ਨਾ ਤੇ ਸਾਨੂੰ ਲੱਗ ਗਿਆ ਸੀ ਕਿ ਤੁਸੀਂ ਤੇ ਰੂਬੀਨਾ ਐਸ ਸਿਸਟਰਸ ਆਉਂਗੇ ਬਟ ਤੁਸੀਂ ਤਾਂ ਬਿਲਕੁਲ ਐਸ ਆਪੋਜੀਸ਼ਨ ਆਏ ਹੋ ਯੈਸ ਬਿਲਕੁਲ ਆਪੋਜੀਸ਼ਨ ਬਿਲਕੁਲ ਆਪੋਜੀਸ਼ਨ ਆਇਓ ਸੋ ਕਰੇ ਵੀ ਇਹੋ ਜਿਹੀਆਂ ਝੜਕਾਂ ਚੱਲਦੀਆਂ ਕਦੇ ਇਹੋ ਜਿਹੀ ਲੜਾਈਆਂ ਚੱਲਦੀਆਂ ਆਈ ਡੋਨਟ ਨੋ ਤੁਹਾਡੀ ਸਿਸਟਰਸ ਹੈਗੀਆਂ ਬਿਲਕੁਲ ਹੈਗੀ ਬਹੁਤ ਜ਼ਿਆਦਾ ਚੱਲਦੀ ਬਹੁਤ ਲੜਦੇ ਨੇ ਹਾਂ ਕੱਪੜਿਆਂ ਲਈ ਸਪੈਸ਼ਲੀ ਕੱਪੜੇ ਚੋਰੀ ਹੋ ਜਾਂਦੇ ਕੱਪੜਿਆਂ ਲਈ ਮਤਲਬ ਇੱਕ ਦਿਨੇ ਤਾਂ ਸਾਡੀ ਦੋ ਤਿੰਨ ਲੜਾਈਆਂ ਤਾਂ ਹੁੰਦੀਆਂ ਹੁੰਦੀਆਂ ਅਸੀਂ ਮਤਲਬ ਸੌਂ ਵੀ ਖਾ ਲੈਣ ਤੇ ਅਸੀਂ ਕਦੇ ਤੇਰੀ ਸ਼ਕਲ ਨਹੀਂ ਦੇਖਣੀ ਗੱਲ ਨਹੀਂ ਕਰਨੀ ਮੈਂ ਤੇਰੇ ਵਿਆਹ ਤੇ ਨਹੀਂ ਆਉਣਾ ਤੇ ਫਿਰ ਨੈਕਸਟ ਆਉਂਦਾ ਮੇਰਾ ਇੰਸਟਾਗ੍ਰਾਮ ਚੈੱਕ ਕਰੀ ਮੈਂ ਪੋਸਟ ਕੀਤਾ ਠੀਕ ਸੋ ਦਿਸ ਇਜ਼ ਅਸ ਕਿਆ ਬਾਤ ਹੈ ਸੋ ਨੀਰੂ ਜੀ ਆਪਾਂ ਕਦੇ ਤੁਹਾਨੂੰ ਤੇ ਰੂਬੀਨਾ ਨੂੰ ਐਸ ਸਿਸਟਰਸ ਦੇਖਾਂਗੇ ਇਨ ਫਿਊਚਰ ਕਿਸੇ ਮੂਵੀ 'ਚ ਐਨੀ ਪਲਾਨਸ ਹਜੇ ਹਜੇ ਤਾਂ ਪਲਾਨ ਨਹੀਂ ਕੋਈ ਸੋ ਬਟ ਯੂ ਨੋ ਨੈਵਰ ਸੇ ਨੈਵਰ ਕੁਡ ਬੀ ਕਿਆ ਬਾਤ ਹੈ 2004 'ਚ ਤੁਹਾਡੀ ਪਹਿਲੀ ਮੂਵੀ ਪੰਜਾਬੀ ਇੰਡਸਟਰੀ 'ਚ ਆਈ ਸੀਗੀ ਹੈ ਨਾ 2023-2024 'ਚ ਤੁਸੀਂ 20 ਸਾਲ ਕੰਪਲੀਟ ਕਰੋਗੇ ਪੰਜਾਬੀ ਇੰਡਸਟਰੀ 'ਚ ਵਿਚ ਇਜ਼ ਅ ਵੈਰੀ ਗੋਲਡਨ ਗਲੋਰੀਅਸ ਮੈਨੂੰ ਲੱਗਦਾ ਅਚੀਵਮੈਂਟਸ ਦਾ ਪੈਕੇਜ ਹੈ ਨਾ ਅਤੇ ਸਾਰੀ ਆਲਮੋਸਟ ਤੁਸੀਂ ਫਿਲਮਸ ਕਰ ਚੁੱਕੇ ਹੋ ਆਲਮੋਸਟ ਸਾਰੇ ਕੌਨਸੈਪਟਸ ਤੁਹਾਨੂੰ ਅਸੀਂ ਦੇਖ ਚੁੱਕੇ ਹਾਂ ਰੀਸੈਂਟਲੀ ਇੱਕ 40-year-old ਵੂਮਨ ਦੇ ਕੌਨਸੈਪਟ 'ਚ ਵੀ ਤੁਹਾਨੂੰ ਮੈਨੂੰ ਲੱਗਦਾ ਉਸ ਤੋਂ ਡਿਫਰੈਂਟ ਤਾਂ ਪੰਜਾਬੀ ਇੰਡਸਟਰੀ ਕੋਲ ਕੁਝ ਸਿਗਾ ਹੀ ਨਹੀਂ ਕਿ ਇੱਕ ਫੀਮੇਲ ਨਾਲ ਉਹ ਕਰਨ ਚਾਹੁੰਦੇ ਤੁਸੀਂ ਇੱਕ ਦੋ ਇੰਟਰਵਿਊਜ਼ 'ਚ ਕਿਹਾ ਸੀਗਾ ਕਿ ਮੈਂ ਆਪਦਾ ਹੀਰ ਦਾ ਕਿਰਦਾਰ ਵੀ ਨਿਭਾ ਚੁੱਕੀ ਜਿਹੜੀ ਇੱਕ ਹਰ ਐਕਟਰੈਸ ਦਾ ਇੱਕ ਡ੍ਰੀਮ ਹੁੰਦਾ ਕੋਈ ਇਹੋ ਜਿਹਾ ਕਿਰਦਾਰ ਜਿਹੜਾ ਹਲੇ ਵੀ ਪੈਂਡਿੰਗ ਰਹਿ ਗਿਆ ਦਿਲ 'ਚ ਫਿਲਹਾਲ ਤਾਂ ਮੈਂ ਕੁਛ ਆਈ ਮੀਨ ਸੋਚਿਆ ਨਹੀਂ ਬੈਮ ਜਸਟ ਬਿਨ ਰੀਲੀ ਬਿਜ਼ੀ ਇੰਨੇ ਵਧੀਆ ਵਧੀਆ ਕੈਰੈਕਟਰਸ ਕਰ ਰਹੀ ਹਾਂ ਲੌਂਗ ਲਾਚੀ ਵਿੱਚ ਵੀ ਹੁਣ ਮਾਂ ਦਾ ਲਾਡਲਾ ਉਹਦੇ ਵਿੱਚ ਵੀ ਬਹੁਤ ਹੀ ਡਿਫਰੈਂਟ ਰੋਲ ਆ ਸੋ ਆਮ ਰੀਲੀ ਲੱਕੀ ਕਿ ਮੈਂ ਕੋਈ ਯੂ ਨੋ ਬੋਰਿੰਗ ਰੋਲ ਜਾਂ ਕੈਰੈਕਟਰ ਮੇਰੇ ਕੋਲ ਆਉਂਦੇ ਹੀ ਨਹੀਂ ਐਂਡ ਆਈ ਥਿੰਕ ਅੱਜ ਕੱਲ੍ਹ ਜੋ ਫਿਲਮਾਂ ਵੀ ਲਿਖੀ ਜਾ ਰਹੀਆਂ ਨੇ ਦ ਵੈਰੀ ਲੋਕੀ ਰਿਸਕ ਲੈ ਰਹੇ ਆ ਸਪੈਸ਼ਲੀ ਵਿਦ ਫੀਮੇਲ ਕੈਰੈਕਟਰਸ ਅਤੇ ਉਹ ਮੈਨੂੰ ਮਿਲ ਰਿਹਾ I'm very grateful. So, Neeru ma'am, ek bada common ja question si audience da, how does Neeru Bajwa take criticism? Tusi criticism kive handle karde ho? Matlab, I take it. Main dekh rahi jadon kuch chalda nahi hai, main aapde aap nu better kithe kar sakde hain, ya aapde kam nu kive improve kar sakde hain. The oh criticism main bahut serious lenni hai and in a healthy way I take it. But jehdi criticism oh hundi hai ki I don't know, ਹੁਣ ਤਾਂ ਬੁੱਢੀ ਹੋ ਗਈ ਹੁਣ ਹਟ ਜਾ ਉਹ ਉਹ ਇੱਕ ਦੋ ਕਮੈਂਟ ਜੋ ਆਉਂਦੇ ਆ ਉਹਨਾਂ ਨੂੰ ਮੈਂ ਇਗਨੋਰ ਕਰਦੇ ਨਹੀਂ ਉਹ ਮੇਰੇ ਲਈ ਮੈਟਰ ਨਹੀਂ ਕਰਦੇ ਬਿਲਕੁਲ ਨੀਰੂ ਜੀ ਕਿਉਂਕਿ ਯੂ ਆਰ ਵੈਰੀ ਫੀਮੇਲ ਜਿਹੜੀ ਹਰ ਚੀਜ਼ ਨੂੰ ਬਹੁਤ ਓਪਨਲੀ ਤੁਸੀਂ ਰੱਖਦੇ ਹੋ ਹੈ ਨਾ ਇੱਕ ਦੋ ਤੁਹਾਡੇ ਬਿਊਟੀਫੁਲ ਬਿੱਲੋ ਦੇ ਬਾਅਦ ਬਹੁਤ ਲੋਕਾਂ ਦੇ ਥੱਲੇ ਕਮੈਂਟਸ ਆ ਰਹੇ ਸੀਗੇ ਕਿ ਨੀਰੂ ਜੀ ਰੂਬੀਨਾ ਨੂੰ ਹਰ ਪਿਕਚਰ 'ਚ ਪਾਰਟ ਦਿੰਦੇ ਆ ਉਹ ਵਾਲਾ ਕ੍ਰਿਟਿਸਿਜ਼ਮ ਕਿਉਂਕਿ ਸਾਡੀ ਇੰਡਸਟਰੀ 'ਚ ਕਰਨ ਜੋਹਰ ਅਤੇ ਅਕਸ਼ੇ ਕੁਮਾਰ ਤੁਹਾਨੂੰ ਟਾਈਟਲ ਦੇ ਦਿੱਤਾ ਗਿਆ ਇੱਕ ਤਰੀਕੇ ਦਾ ਕਰਨ ਜੋਹਰ ਤੁਹਾਨੂੰ ਹੀ ਦਵਾਂਗੇ ਸਾਰਿਆਂ ਨੂੰ ਕਹਿੰਦੇ ਉਹਨਾਂ ਨੇ ਤਾਂ ਐਮੀ ਲੀ ਨੂੰ ਕਿਹਾ ਉਹ ਜਿਹੜੇ ਆ ਚੀਜ਼ ਕਹਿੰਦੇ ਆ ਕਿ
No, that's wrong. See, ek ta haan main vi padhiya si kuch nepotism bare. Eh ta sirf the daughter nu, I mean sorry, sister nu, sister de karke kaam kar rahi hai. Which is not true. Oh, Preeti sir, Preeti ma'am de vi film vich aa rahe hai. So matlab oh, Preeti ma'am ta pagal hai ni, na hi main Preeti ma'am nu phone karke keh vi unnu you know film do. Sanu lagya ke beautiful billoch Rubina perfect hogi, so assi unnu cast kita. Sister nu opportunity de sakde haan, ta why not? Bilkul. ਉਸ ਤੋਂ ਬਾਅਦ ਜੇ ਯੂ ਨੋ ਜੇ ਉਹਦੇ ਨਸੀਬ 'ਚ ਹੋਊਗਾ ਸ਼ੀ ਹੈਜ਼ ਟੈਲੈਂਟ ਐਂਡ ਸ਼ੀ ਕੈਨ ਡੂ ਇਟ ਐਂਡ ਮੈਂ ਵੀ ਤਾਂ ਮੈਂ ਆਈ ਓਨੈਸਟਲੀ ਬਿਲੀਵ ਸ਼ੀ ਹੈਜ਼ ਟੈਲੈਂਟ ਤਾਂ ਹੀ ਤਾਂ ਮੈਂ ਉਹਨੂੰ ਲਾਂਚ ਕੀਤਾ ਹਾਓ ਬਿਊਟੀਫੁਲ ਬਹੁਤ ਸੋਹਣਾ ਆਨਸਰ ਸੀਗਾ ਰੁਬੀਨਾ ਜੀ ਦੀ ਗੱਲ ਚੱਲ ਰਹੀ ਹੈ ਹੁਣ ਤਾਂ ਤੁਹਾਡੇ ਘਰੇ ਫਿਲਮਾਂ ਦੇ ਨਾਲ ਨਾਲ ਵਿਆਹ ਵਾਲੇ ਢੋਲ ਵੀ ਛੇਤੀ ਵੱਜਣ ਵਾਲੇ ਹੈ ਸੋ ਬਹੁਤ ਬਹੁਤ ਮੁਬਾਰਕਾਂ ਹੋਣ ਤੁਹਾਨੂੰ ਰੁਬੀਨਾ ਦੇ ਵਿਆਹ ਲਈ ਕਿੱਦਾਂ ਦਾ ਵਿਆਹ ਹੋਣ ਵਾਲਾ ਹੈ ਫੁੱਲ ਫਲੈਜ ਪੰਜਾਬੀ ਵੈਡਿੰਗ ਵਿਦ ਆਲ ਦ ਸੈਲੀਬ੍ਰਿਟੀਜ਼ ਜਾਂ ਕੁਝ ਨੋ ਨਾਟ ਪ੍ਰਾਈਵੇਟ ਜੋ ਹੋਣ ਵਾਲਾ ਵੈਰੀ ਹਾਂ ਪ੍ਰਾਈਵੇਟ ਅਫੇਅਰ ਜਸਟ ਕਲੋਜ਼ ਫੈਮਿਲੀ ਐਂਡ ਫਰੈਂਡਸ ਬਟ ਡੈਸਟੀਨੇਸ਼ਨ ਵੈਡਿੰਗ ਹੋ ਰਹੀ ਹੈ ਸੋ ਉਹ ਦੱਸਣਗੇ ਕਪਲ ਦੱਸਣਗੇ ਆਈ ਡੋਂਟ ਵਾਂਟ ਕਿ ਮੈਂ ਦੱਸਾਂ ਫਿਰ ਕੱਲ ਨੂੰ ਮੈਨੂੰ ਟ੍ਰਬਲ ਪਏਗੀ ਕਿ ਮੈਂ ਕਿਉਂ ਦੱਸਦਾ ਸੋ ਡੈਸਟੀਨੇਸ਼ਨ ਵੈਡਿੰਗ ਹੋ ਰਹੀ ਹੈ ਸਾਰੀ ਫੈਮਿਲੀ ਜਾ ਰਹੀ ਹੈ ਐਂਡ ਇਟਸ ਗੋਇੰ ਟੂ ਬੀ ਫਨ ਵਾਟ ਇਜ਼ ਦੀ ਵਨ ਐਡਵਾਈਸ ਐਜ਼ ਅ ਮੈਰਿਡ ਵੂਮਨ ਜੋ ਤੁਸੀਂ ਉਹਨੂੰ ਦਿੱਤੀ ਸੀਗੀ ਨੀਰੂ ਜੀ ਬਿਊਟੀਫੁਲ ਬਿੱਲੋ ਦੇ ਵਾਪਸ ਆਉਂਦੇ ਹਾਂ ਮੂਵੀ 'ਚ ਮੈਂ ਦੇਖ ਰਹੀ ਸੀਗੀ ਜਿਵੇਂ ਇੱਕ ਅੱਧਾ ਟ੍ਰੇਲਰ 'ਚ ਸੀਨ ਆਉਂਦਾ ਜਿਹਦੇ ਵਿੱਚ ਤੁਸੀਂ ਉਹਨਾਂ ਦੀ ਬੀਬੀ ਜਾਂਦੀ ਹੈ ਤੁਸੀਂ ਕਹਿੰਦੇ ਹੋ ਤਾਂ ਮੈਂ ਰਹਿ ਲੈਂਦੀ ਹਾਂ ਹੈ ਨਾ ਸੋ ਮੈਨੂੰ ਲੱਗਦਾ ਉਹਦੇ ਵਿੱਚ ਇੱਕ ਬਹੁਤ ਹੀ ਸਟਰੋਂਗ ਮੈਸੇਜ ਹੈ ਕਿ ਇੱਕ ਪ੍ਰੈਗਨੈਂਟ ਵੂਮੈਨ ਜਿਹਦੇ ਵਿੱਚ ਇੱਕ ਹੋਰ ਜਿੰਦ ਜਾਨ ਪਲ ਰਹੀ ਹੁੰਦੀ ਹੈ ਉਹ ਇੱਕ ਮਿੰਟ ਲਈ ਤਾਂ ਆਪਦੀ ਸੈਲਫ ਰਿਸਪੈਕਟ ਵੀ ਦਾਅ ਤੇ ਰੱਖ ਦਿੰਦੀ ਹੈ ਕਿ ਮੇਰਾ ਜਵਾਕ ਠੀਕ ਰਹੇ ਹਾਓ ਬਿਊਟੀਫੁਲ ਇਜ਼ ਦੈਟ ਇਟ ਇਜ਼ ਸੋ ਇਹਦੇ ਵਿੱਚ ਮਤਲਬ ਆਬਵੀਅਸਲੀ ਐਂਟਰਟੇਨਮੈਂਟ ਆ ਇਟਸ ਅ ਕਾਮੇਡੀ ਫਿਲਮ ਬਟ ਇਹਦੇ ਵਿੱਚ ਜਦੋਂ ਤੁਸੀਂ ਫਿਲਮ ਦੇਖੋਗੇ ਤਾਂ ਇੱਕ ਔਰਤ ਦੀ ਡੈਸਪਰੇਸ਼ਨ ਆਪਣੇ ਬੱਚੇ ਲਈ ਆਪਣੇ ਬੱਚੇ ਨੂੰ ਪ੍ਰੋਟੈਕਟ ਕਰਨ ਲਈ ਉਹਨੂੰ ਸਭ ਤੋਂ ਵਧੀਆ ਲਾਈਫ ਦੇਣ ਲਈ ਉਹ ਵੀ ਨਜ਼ਰ ਆਊਗਾ ਬਿਲਕੁਲ ਨੀਰੂ ਜੀ ਕਈ ਵਾਰੀ ਨਾ ਇੱਦਾਂ ਦੀ ਮੂਵੀਜ਼ ਵਿੱਚ ਬਹੁਤ ਸੈਂਸਿਟਿਵ ਮੈਸੇਜਸ ਹੁੰਦੇ ਆ ਜਿਹੜੇ ਕਈ ਵਾਰੀ ਆਡੀਅੰਸ ਨਹੀਂ ਪਿੱਕ ਕਰਕੇ ਲੈ ਕੇ ਜਾ ਪਾਉਂਦੀ ਸੋ ਆਡੀਅੰਸ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਸ ਮੂਵੀ ਨੂੰ ਕਿਸ ਵਿਜ਼ਨ ਨਾਲ ਦੇਖਣ ਮੋਰ ਆਫ ਕਾਮੇਡੀ ਨਾਲ ਓਨੈਸਟਲੀ ਕਿ ਇੰਨਾ ਕੰਟੈਂਟ ਆ ਗਿਆ ਨਾ ਕੋਵਿਡ ਤੋਂ ਬਾਅਦ ਪੰਜਾਬੀ ਇੰਡਸਟਰੀ ਕਿਸੇ ਨੂੰ ਕੁਝ ਆਈ ਨੈਵਰ ਵਾਂਟ ਟੂ ਸਾਰੇ ਹਰ ਇੱਕ ਸਿਚੁਏਸ਼ਨ ਨੂੰ ਕੁਝ ਨਾ ਕੁਝ ਲੈ ਕੇ ਹੀ ਜਾਂਦੇ ਆ ਹੁਣ ਜਿਵੇਂ ਯੂ ਨੋ ਹੁਣੇ ਮਨਦੀਪ ਜੀ ਦੀ ਗੱਲ ਕਹਿ ਰਹੇ ਸੀ ਸੋ ਜਾਂ ਤਾਂ ਉਹਨਾਂ ਨੂੰ ਦੇਖ ਕੇ ਅਫਸੋਸ ਹੀ ਕਰਨਗੇ ਐਂਡ ਦੈਨ ਦੇ ਸੇ ਓ ਟੂ ਬੈਡ ਤੇ ਦੈਟਸ ਇਟ ਲਾਈਫ ਗੋਜ਼ ਔਨ ਜਾਂ ਤਾਂ ਜੋ ਜੋ ਜਿਨ੍ਹਾਂ ਨੇ ਕੁਝ ਇਸ ਹਾਦਸੇ ਤੋਂ ਕੁਝ ਸਿੱਖਿਆ ਹੈ ਉਹ ਆਪਦੀ ਲਾਈਫ ਦੇ ਵਿੱਚ ਉਹਨੂੰ ਯੂਜ਼ ਕਰਨਗੇ ਜਾਂ ਬਾਕੀਆਂ ਦੀ ਲਾਈਫ 'ਚ ਯੂਜ਼ ਕਰਨਗੇ ਸੋ ਸਾਰਿਆਂ ਦੀ ਯੂ ਨੋ everyone is so different I wish ke from every film everyone learns something but oh thode utte ki tusi sikhna chahunde ho ki nahi ki thodi vision khuli hundi hai ki nahi bilkul neeru ji bahut different different kirdar is movie ch litte gaye te main ek gal kahungi ki jehde sari movie vich kuch side actors hunde jehde banne hunde lokan ne ki aahi 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 lene hai but thodi movie ch assi har var dekhde ki tusi side roles di casting vi bahut intelligently karde ho ki nahi aa wale ji bibi da kirdar vi lena ta oh hi nahi ki purane jehde chalde aa rahe unna to le liye te ਇਹ ਤੁਸੀਂ ਆਪਦੇ ਇੰਨੇ ਬਿਜ਼ੀ ਸਕੇਡਿਊਲ ਤੋਂ ਇਲਾਵਾ ਕਿਵੇਂ ਰਿਸਰਚ ਕਰ ਲੈਂਦੇ ਹੋ ਕਿ ਓਬਵੀਅਸਲੀ ਟੀਮ ਹੀ ਸਾਡੀ ਐਂਡ ਆਈ ਥਿੰਕ ਇਜ਼ ਇੰਨਾ ਟੈਲੈਂਟ ਹੈ ਸਾਡੀ ਇੰਡਸਟਰੀ 'ਚ ਐਂਡ ਵੀ ਸ਼ੁੱਡ ਗਿਵ ਓਪਰਚੁਨਿਟੀ ਸਾਰੇ ਜੋ ਵੀ ਇਸ ਫਿਲਮ ਦੇ ਵਿੱਚ ਇੰਨੇ ਵਧੀਆ ਕਲਾਕਾਰ ਨੇ ਐਂਡ ਅਮੇਜ਼ਿੰਗ ਯੂ ਨੋ ਜਤਿੰਦਰ ਕੌਰ ਜੀ ਓਬਵੀਅਸਲੀ ਰੂਪੀ ਮੈਮ ਜੀ ਤਾਂ ਯੂ ਨੋ ਸ਼ੀ ਇਜ਼ ਰੋਕਿੰਗ ਬਨਿੰਦਰ ਬਨੀ ਨੂੰ ਅਸੀਂ ਲਿਆ ਸੀ ਚੰਨੋ ਚੰਨ ਹੀ ਇਜ਼ ਅਮੇਜ਼ਿੰਗ ਆਲ ਆਫ ਦੈਮ ਸੋ ਹਨੀ ਮੱਟੂ ਰਘਵੀਰ ਬੋਲੀ ਜੀ
ਐਂਡ ਬਸ ਆਹੀ ਆ ਕਿ ਯੂ ਨੋ ਓਬਵੀਅਸਲੀ ਯੂ ਸ਼ੁਡ ਐਕਸਪੈਰੀਮੈਂਟ ਮੈਂ ਵੀ ਡਿਫਰੈਂਟ ਡਿਫਰੈਂਟ ਐਕਟਰਸ ਨਾਲ ਹੀਰੋਜ਼ ਨਾਲ ਹਮੇਸ਼ਾ ਕੰਮ ਕੀਤਾ ਹੈ ਐਂਡ ਦੈਟਸ ਇਟ ਇਹ ਵੀ ਐਕਟਰਸ ਨੇ ਦੇਰ ਜਸਟ ਮਤਲਬ ਜੋ ਸਪੋਰਟਿੰਗ ਕਾਸਟ ਹੈ ਉਹ ਵੀ ਉਨੀ ਜ਼ਰੂਰੀ ਹੁੰਦੀ ਹੈ ਬਿਲਕੁਲ ਛੋਟੀ ਜਿਹੀ ਗੇਮ ਸਾਡੇ ਕੋਲ ਹੈਗੀ ਆ ਗੇਮ ਦਾ ਨਾਮ ਨਹੀਂ ਗੇਮ ਦਾ ਨਾਮ ਹੈ ਬਿਊਟੀਫੁਲ ਬਿੱਲੋ ਓਕੇ ਤੁਹਾਨੂੰ ਤਾਂ ਕਿਰਦਾਰ ਮਿਲ ਗਿਆ ਬਿਊਟੀਫੁਲ ਬਿੱਲੋ ਦਾ ਹੁਣ ਮੈਂ ਪੰਜਾਬੀ ਇੰਡਸਟਰੀ ਦੇ ਕੁਝ ਹੋਰ ਬਿੱਲੋਆਂ ਦਾ ਨਾਮ ਲਵਾਂਗੀ ਤੁਸੀਂ ਬਿਊਟੀਫੁਲ ਦੀ ਜਗ੍ਹਾ ਕੋਈ ਹੋਰ ਐਡਜੈਕਟਿਵ ਜਾਂ ਵਟਐਵਰ ਯੂ ਫੀਲ ਫॉर देम ਉਹ ਇੱਕ ਐਡਜੈਕਟਿਵ ਲਾਣਾ ਹੈ ਪੋਜ਼ਿਟਿਵ ਪਿਆਰਾ ਜਿਹਾ ਵਟਐਵਰ ਯੂ ਫੀਲ ਪੋਜ਼ਿਟਿਵ ਆਲਵੇਸ ਸੋ ਲੈਟਸ ਸਟਾਰਟ ਬਿਊਟੀਫੁਲ ਬਿੱਲੋ ਗੇਮ ਸੋਨਮ ਬਾਜਵਾ ਹਾਟ ਹਾਟ ਬਿੱਲੋ ਕਹਿਣਾ ਤੁਸੀਂ ਜੋ ਵੀ ਬਸ ਬਿੱਲੋ ਕਹਿਣਾ ਹਾਟ ਬਿੱਲੋ ਰੁਬੀਨਾ ਬਾਜਵਾ ਲਵ ਬਿੱਲੋ ਸਰਗੁਨ ਮਹਿਤਾ smart billo simi chahal sweet billo nimrit khera oh sweetest billo tania last one is tania oh tania is sweet innocent lovable billo kya baat hai neeru ji ek mera bahut thode to dilon ek sawal sega jadon tonu main dekhdi ha na social work karde ho tusi recently last year bhi fund ikattha kar rahe si ek juwak le who was not well kudrat de mare hai na tusi hale mandeep bare vi gal kiti ji neeru ji nu kise bare ਮਤਲਬ ਜਾਂ ਕਿਸੇ ਵੀ ਇੱਕ ਪ੍ਰੋਜੈਕਟ 'ਤੇ ਜਾਂ ਇੱਦਾਂ ਦੇ ਕਿਸੇ ਸੋਸ਼ਲ ਟੋਪਿਕ 'ਤੇ ਇੱਕ ਮੂਵੀ ਬਣਾਉਣ ਦਾ ਮੌਕਾ ਮਿਲਿਆ ਤੁਹਾਡੇ ਆਪਦੇ ਪ੍ਰੋਡਕਸ਼ਨ ਅੰਡਰ ਕਿਵੇਂ ਕਿਵੇਂ ਦੀ ਹੋਊਗੀ ਅਤੇ ਕੀ ਹੋਊਗੀ ਡੋਮੈਸਟਿਕ ਅਬਿਊਸ ਉੱਤੇ ਜੋ ਵੀ ਮਨਦੀਪ ਨਾਲ ਹੋਇਆ ਇਟਸ ਰੀਲੀ ਇੰਪੈਕਟਡ ਮੀ ਮੈਂ ਬਹੁਤ ਕੁਛ ਸੋਚਿਆ ਜੋ ਕਰਨਾ ਹੈ ਮੈਂ ਕਰੂੰਗੀ ਬਟ ਆਈ ਡੋਂਟ ਵਾਂਟ ਟੂ ਟਾਕ ਅਬਾਊਟ ਇਟ ਰਾਈਟ ਨਾਓ ਬਟ ਔਨ ਡੋਮੈਸਟਿਕ ਅਬਿਊਸ ਬਿਲਕੁਲ ਸੋ ਨੀਰੂ ਜੀ ਬਹੁਤ ਸਾਰੇ ਨਾ ਜਿਵੇਂ ਅਸੀਂ ਕੰਟੈਸਟ ਲਗਾਉਂਦੇ ਹਾਂ ਪੇਜ 'ਤੇ ਜਾਂ ਕੁਛ ਵੀ ਲਾਉਂਦੇ ਹਾਂ ਤਾਂ ਬਹੁਤ ਸਾਰੀ ਕੁੜੀਆਂ ਔਰ ਬਹੁਤ ਯੰਗ ਸਾਡੇ ਪੰਜਾਬ ਦੇ ਗੱਭਰੂ ਜਵਾਕ ਸਾਡੇ ਨਾਲ ਜੁੜਦੇ ਆ ਤਾਂ ਬਹੁਤਿਆਂ ਦਾ ਦਿਲ ਹੁੰਦਾ ਕਿ ਉਹ ਅੱਗੇ ਤੱਕ ਆਉਣ ਹੈ ਨਾ ਤੁਹਾਡੇ ਨਾ ਸੋਨਾ ਪ੍ਰੋਡਕਸ਼ਨ ਬੈਨਰ ਹੈ ਤੁਸੀਂ ਇੰਨੇ ਡਿਫਰੈਂਟ ਕੌਨਸੈਪਟਸ ਦਿੰਦੇ ਹੋ ਨੀਰੂ ਜੀ ਇੱਕ ਮੈਂ ਚਾਹਾਂਗੀ ਸਾਡੀ ਆਡੀਅੰਸ ਤੁਸੀਂ ਇੱਕ ਰਾਹ ਦੱਸੋ ਮੀਡੀਅਮ ਦੱਸੋ ਤੁਹਾਡੇ ਤੱਕ ਪਹੁੰਚਣ ਦਾ ਆਪਦੇ ਟੈਲੈਂਟ ਨੂੰ ਪਹੁੰਚਾਉਣ ਦਾ ਤਾਂ ਕਿ ਯੰਗ ਬਰਡਸ ਨੂੰ ਵੀ ਚਾਂਸ ਮਿਲੇ ਵੈਲ ਵੀ ਹੈਵ ਈਮੇਲ ਆਈਡੀ ਜੋ ਕਿ ਮੇਰੇ ਇੰਸਟਾਗ੍ਰਾਮ 'ਤੇ ਆ ਐਂਡ ਤੁਸੀਂ ਉਹਨੂੰ ਆਪਦੇ ਫੋਟੋਜ਼ 'ਤੇ ਸਭ ਕੁਛ ਸੈਂਡ ਕਰ ਸਕਦੇ ਹੋ ਸੋ ਮੈਨੂੰ ਡਾਇਰੈਕਟ ਕਾਫੀ ਆਉਂਦੇ ਆ ਮੈਸੇਜਿਸ ਐਂਡ ਆਈ ਗੈਟ ਪਿਕਚਰਸ ਉੱਥੇ ਵੀ ਆਉਂਦੇ ਆ ਸੋ ਅਸੀਂ ਤਾਂ ਜਿੱਥੇ ਵੀ ਜਾਂਦੇ ਹਾਂ ਵੀ ਸੀ ਟੈਲੈਂਟ ਅਸੀਂ ਉਹ ਨਾਮ ਨੋਟ ਕਰ ਲੈਂਦੇ ਹਾਂ ਉਹ ਸਾਡੇ ਸਾਰੇ ਫਾਈਲ 'ਚ ਹੁੰਦੇ ਆ ਕਿਉਂਕਿ ਦਿਸ ਇਜ਼ ਗੁੱਡ ਫੋਰ ਫਿਊਚਰ ਕਿਆ ਬਾਤ ਹੈ ਇੱਕ ਬਾਇਓਪਿਕ ਜਿਹੜਾ ਤੁਸੀਂ ਜੇ ਕਿਸੇ ਦਾ ਕਰਨਾ ਹੋਵੇ ਕਿਹਦੇ ਕਰੋਗੇ ਤੁਸੀਂ ਕਿਹੜਾ ਕਿਰਦਾਰ ਚੱਕੋਗੇ ਜੇ ਮੇਰਾ ਤੁਸੀਂ ਮੂਵੀ ਦਾ ਨਾਮ ਕੀ ਹੋਊਗਾ ਮੈਂ ਤੁਹਾਡੀ ਆਪਣੀ ਨੀਰੂ ਬਾਜਵਾ ਅੱਛਾ ਨਹੀਂ ਨਹੀਂ ਪਰ ਜੇ ਤੁਸੀਂ ਕਿਸੇ ਜਿਵੇਂ ਸਪੋਰਟਸ ਪਰਸਨ ਦਾ ਕਰਦੇ ਆ ਜਾਂ ਕਿਸੇ ਦਾ ਕਰਦੇ ਆ ਕਿਸੇ ਸੋਸ਼ਲ ਐਕਟਿਵਿਸਟ ਦਾ ਪੋਲੀਟੀਸ਼ੀਅਨ ਦਾ ਕਿਹਦਾ ਕਰਨਾ ਚਾਹੋਗੇ ਓ ਡੀਅਰ ਮੈਂ ਸੋਚਿਆ ਨਹੀਂ ਇਸ ਬਾਰੇ ਓਨੈਸਟਲੀ ਸੱਚੀ ਨਹੀਂ ਸੋਚਿਆ ਮੈਂ ਇਸ ਬਾਰੇ I haven't thought about it. Sochungi. Next time, menu a question puchhi. Main fir to puchangi. Main yaad rakhangi. Yes. Bilkul. I will think about this today. Done. Kida karna chahoon. Neeru ma'am, ending segment lavange. Ik na Punjabi industry which COVID to baad. Pehle COVID cha jama content nahi sega. Sirf OTT sigi. But COVID to baad, main lagde inna content a gaya. Inna content a gaya ki kuch well-spent movies cha bhi theaters khali sege. Yes. Te kuch normal-spent movies cha log sachi dekhan gaye. Yes. Se audience da bilkul nazariya badal gaya. Movies ਕੋਈ ਸ਼ੋਰਟ ਕਮਿੰਗ ਹੋਗੀ ਜੋ ਕਿ ਯੂ ਨੋ ਜਿਸਦਾ ਕਾਰਨ ਸੀ ਕਿ ਉਹ ਨਹੀਂ ਚੱਲੀ ਸੋ ਦੈਟਸ ਵੇਅਰ ਆਈ ਫੀਲ ਮੈਨੂੰ ਲੱਗਦਾ ਕਿਤੇ ਨਾ ਕਿਤੇ ਓਟੀਟੀ ਦੇਖ ਕੇ ਨੈਟਫਲਿਕਸ ਦੇਖ ਕੇ ਫੋਰਨ ਕਨਸੈਪਟਸ ਦੇਖ ਕੇ ਸਾਡੀ ਪੰਜਾਬੀ ਆਡੀਅੰਸ ਬਹੁਤ ਹੀ ਇੰਟੈਲੀਜੈਂਟ ਹੋ ਗਈ ਆ
ਯਾ ਮਤਲਬ ਯੂ ਮਤਲਬ ਮੈਂ ਕੌਣ ਹੁੰਦੀ ਹਾਂ ਟੂ ਸੇ ਕਿ ਜਿਹੜੀ ਫਿਲਮ ਨਹੀਂ ਵਧੀਆ ਉਹ ਚੱਲੀ, ਉਹ ਤਾਂ ਆਡੀਅੰਸ ਇਜ਼ ਕਿੰਗ, ਸੋ ਉਹਨੇ ਨਹੀਂ ਡਿਸਾਈਡ ਕਰਨਾ। ਬਿਲਕੁਲ ਬਿਲਕੁਲ। ਸੋ ਹੁਣ ਤੁਹਾਡਾ ਰੈਪਿਡ ਫਾਇਰ ਐਂਡਿੰਗ ਵਿੱਚ ਅਸੀਂ ਲਵਾਂਗੇ, ਹੁਣ ਖੇਲਾਂਗੇ ਅਸੀਂ ਰੈਪਿਡ ਫਾਇਰ। ਸੋ ਸ਼ੁਰੂ ਕਰਦੇ ਹਾਂ ਰੈਪਿਡ ਫਾਇਰ ਵਿਦ ਨੀਰੂ ਬਾਜਵਾ ਔਨ ਪੰਜਾਬੀ ਮੀਡੀਆ। ਸੋ ਮੋਸਟ ਹਾਰਡ ਵਰਕਿੰਗ ਹੀਰੋਇਨ ਫੋਰ ਯੂ, ਹੀਰੋਇਨ ਯੂ ਸੀ ਐਸ ਦੀ ਮੋਸਟ ਹਾਰਡ ਵਰਕਿੰਗ ਵਨ, ਮੀ ਕਿਆ ਬਾਤ, ਸੋਰੀ, ਵਨ ਪੰਜਾਬੀ ਹੀਰੋਇਨ ਹੂਸ ਪ੍ਰੈਗਨੈਂਸੀ ਲੁਕਸ ਯੂਡ ਲਾਈਕ ਟੂ ਸੀ। ਤੁਸੀਂ ਇੱਕ ਪੰਜਾਬੀ ਹੀਰੋਇਨ ਦੀ ਪ੍ਰੈਗਨੈਂਸੀ ਲੁਕਸ ਤੁਸੀਂ ਦੇਖਣਾ ਚਾਹੋਗੇ? ਤੁਹਾਡੀ ਤਾਂ ਅਸੀਂ ਦੇਖ ਚੁੱਕੇ ਹਾਂ, ਬਹੁਤ ਅਡੋਰ ਕਰ ਚੁੱਕੇ ਹਾਂ, ਬਟ ਇੱਕ ਜਿਹਦੀ ਤੁਸੀਂ ਦੇਖਣਾ ਚਾਹੋਗੇ? I don't care to see. I'll skip this. One underrated Punjabi movie. Underrated Punjabi movie. One underrated Punjabi movie. Oh dear. Oh my god. I don't know. ਹਾਏ ਰੱਬਾ, ਸੰਤੋਸ਼ੀ ਦੱਸੋ ਕੁਛ ਅੰਡਰਰੇਟਡ ਪੰਜਾਬੀ ਫਿਲਮ ਤੁਹਾਨੂੰ ਬਹੁਤ ਸੋਹਣੀ ਲੱਗੀ ਹੋਵੇ ਬਟ ਇੰਨਾ ਉਹ ਨਾ ਕੀਤਾ ਹੋਵੇ। ਹਾਂ, ਮੈਨੂੰ ਕਿਹੜੀ ਸੋਹਣੀ ਲੱਗੀ, ਮੈਂ ਦੇਖੀ ਐਗਜੈਕਟਲੀ ਤੁਹਾਡੀ, ਹਾਂ ਅਸੀਂ ਆ ਕੱਟ ਕਰ ਤੁਹਾਡੀ ਤੁਹਾਡੀ ਲਾਈਫ ਦੀ ਬਿਊਟੀਫੁਲ ਬਿਲੋ ਇੰਸਪਾਇਰਿੰਗ। ਓ ਮਾਈ ਗੁੱਡਨੈਸ, ਮਾਈ ਡੌਟਰਸ, ਓ ਰੋਜ਼ ਹੀ ਮੈਨੂੰ ਇੰਸਪਾਇਰ ਕਰਦੀਆਂ, ਰੋਜ਼ ਹੀ। ਯੋਰ ਫੇਵਰੇਟ ਨੈਟਫਲਿਕਸ ਸੀਰੀਜ਼? ਆਈ ਐਮ ਵਾਚਿੰਗ ਰਾਈਟ ਨਾਓ ਔਨ ਨੈਟਫਲਿਕਸ ਸ਼ੀ ਸੀਜ਼ਨ 2। ਦ ਮੋਸਟ ਅਨਸੀਰੀਅਸ ਪਰਸਨੈਲਿਟੀ ਅਰਾਊਂਡ ਯੂ? ਸੰਤੋਸ਼ ਜੀ। ਓ ਨੋ, ਸੀਰੀਅਸ, ਅਨਸੀਰੀਅਸ, ਅਨਸੀਰੀਅਸ। ਔਰ ਰੁਬੀਨਾ ਬਾਜਵਾ। ਐਂਡ ਦ ਮੋਸਟ ਸੀਰੀਅਸ ਵਨ ਤਾਂ ਅਸੀਂ ਲੈ ਲਿਆ ਫਿਰ, ਸੰਤੋਸ਼ ਜੀ। ਦ ਮੋਸਟ ਜੋਲੀ ਵਨ? ਰੁਬੀਨਾ। ਯੂਰ 24/7 ਰੈਸਕਿਊ, ਜਿਹਨੂੰ ਰਾਤ ਨੂੰ ਵੀ ਫੋਨ ਲਗਾ ਕੇ ਟੈਨਸ਼ਨਾਂ ਵਾਲੀ ਗੱਲ ਕਰ ਲਈ। ਰੁਬੀਨਾ ਤੇ ਸਬਰੀਨਾ। ਠੀਕ ਹੈ। ਯੂਰ ਗੋ ਟੂ ਸਨੈਕ? ਚਿਪਸ। ਯੂਰ ਬਿਊਟੀ ਰਿਜਾਈਨ? ਮੋਇਸਚਰਾਈਜ਼, ਮੋਇਸਚਰਾਈਜ਼, ਮੋਇਸਚਰਾਈਜ਼। ਦ ਮੋਟੋ ਆਫ ਯੂਰ ਲਾਈਫ? ਸਟੇ ਹੈਪੀ, ਬੀ ਪੋਜ਼ਿਟਿਵ। ਰੁਬੀਨਾ ਬਾਜਵਾ? ਮਾਈ ਹਾਰਟ। ਸਬਰੀਨਾ? ਦ ਅਦਰ ਸਾਈਡ ਆਫ ਮਾਈ ਹਾਰਟ। ਨੀਰੂ ਬਾਜਵਾ? ਓ ਮਾਈ ਗੁੱਡਨੈਸ, ਨੀਰੂ ਬਾਜਵਾ, my life, that's who I am. kya baat hai, bahut hi zyada vadhiya lagda hai har baar tuhade naal gallan karke, bahut kuch sikhan nu milda hai te mainu lagda hai is interview ch bhi main bhi bahut kuch pick kita, audience bhi bahut kuch pick karugi. Beautiful billo layi, assi bahut excited, tuhanu bahut zyada mubarakaan is saal, mainu lagda hai tuhanu bahut baar milange assi. Till then, sorry, sorry nahi, assi bahut khush ha, we are very happy, darshan karde rahange is saal. Till then, audience nu beautiful billo layi ek last choti ji appeal. Just reminder guys, August 11th nu release ho rahi hai Z5 te Beautiful Billo. Enjoy. Kinna vadhiya lagda hai jadon assi Punjabi female oriented movies nu promote karan aunde hai. Spark hi different hunda hai, especially with the female of the Punjabi industry herself. Thank you so much, ma'am. See you in theaters and on Z5 soon. Watch me at home. We'll be watching you at home in the comfort of our couches. Thank you so much and all the very best. Main Prachi Saini hun, Naini Alvida. Cheti milange bahut jaldi. Sat Sri Akal. Thank you. ਜਦੋਂ ਬਾਈ ਦੀ ਆਪਦੀ ਫਿਲਮ ਹੁੰਦੀ ਹੈ ਉਦੋਂ ਹਜੇ ਇੰਨਾ ਨਹੀਂ ਸੂਲੀ ਤੇ ਟੰਗਦੇ ਵੀ ਜਦੋਂ ਥੋੜਾ ਕੁਛ ਕਰਦੇ ਹੁੰਦੇ ਆ ਨਾ ਵੀ ਵਾਰਨਿੰਗ ਜਿਲ੍ਹਾ ਸੰਗਰੂਰ ਕੋਲ ਵੀ ਕੀਤਾ ਬੰਬੇ ਗਿਆ, ਟ੍ਰੇਲਰ ਆਇਆ, ਕਹਿੰਦਾ ਜਦੋਂ ਮੈਂ ਟ੍ਰੇਲਰ ਦੇਖਿਆ ਵੀਰੇ ਕਹਿੰਦਾ ਬਹੁਤ ਘੈਂਟ, ਕਹਿੰਦਾ ਮੈਂ ਸਾਰਿਆਂ ਨੂੰ ਦਿਖਾਇਆ ਸਾਰੇ।
ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਮੀਨੀਆ ਤੇ ਮੈਂ ਵਰੁਣ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਅਕਸਰ ਸੁਣਿਆ ਕਿ ਕ੍ਰਿਮੀਨਲਸ ਕਿਸੇ ਨਾ ਕਿਸੇ ਚੀਜ਼ ਦੇ ਭੁੱਖੇ ਹੁੰਦੇ ਤੇ ਮੇਰੇ ਨਾਲ ਜਿਹੜੇ ਕ੍ਰਿਮੀਨਲਸ ਬੈਠੇ ਨੇ ਇਹ ਚੰਗੇ ਕੰਟੈਂਟ ਦੇ ਭੁੱਖੇ ਨੇ ਤੇ ਇਹਨਾਂ ਦੀ ਭੁੱਖ ਇੰਨੀ ਕੁ ਵੱਧ ਗਈ ਹੈ ਕਿ ਹੁਣ ਬੈਕ ਟੂ ਬੈਕ ਇਹਨਾਂ ਦੇ ਪ੍ਰੋਜੈਕਟਸ ਆਪਾਂ ਦੇਖ ਰਹੇ ਹਾਂ ਤੇ ਆਓ ਫਿਰ ਇਹਨਾਂ ਦਾ ਸਵਾਗਤ ਕਰਦੇ ਹਾਂ ਪੰਜਾਬੀ ਮੀਨੀਆ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੂਰਾ ਭਾਅ ਜੀ। ਕਹਿੰਦੇ ਕਿ ਬਣਾ ਕੇ ਰੱਖਣੀ ਚਾਹੀਦੀ, ਅੱਗੇ ਲੋੜ ਪੈ ਜਾਂਦੀ ਹੁੰਦੀ ਹੈ। ਮਾਸਟਰ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਤੇ ਅਰਜੁਨ ਭਾਅ ਜੀ ਤੁਹਾਡਾ। ਸਭ ਤੋਂ ਪਹਿਲਾਂ ਤਾਂ ਕੁਡੋਸ ਟੂ ਯੂ ਆਲ ਗਾਈਜ਼, ਤੁਸੀਂ ਮਤਲਬ ਜਿਹੜਾ ਟ੍ਰੇਲਰ ਲਾਂਚ ਕੀਤਾ, ਜਦੋਂ ਉਸ ਤੋਂ ਬਾਅਦ ਲੋਕਾਂ ਦੇ ਕਮੈਂਟ ਆਏ, ਮਤਲਬ ਮੈਨੂੰ ਨਹੀਂ ਲੱਗਦਾ ਕਿ ਕਿਸੇ ਰਿਵਿਊ ਦੀ ਲੋੜ ਸੀਗੀ ਜਾਂ ਕਿਸੇ ਚੀਜ਼ ਦੀ ਹੋਰ ਲੋੜ ਸੀਗੀ, ਮਤਲਬ ਤੁਹਾਡੇ ਰਿਐਕਸ਼ਨ ਕੀ ਸੀਗੇ ਐਂਡ ਕਿੱਥੇ ਬੈਠੇ ਹੋਏ ਸੀਗੇ ਜਦੋਂ ਇਹ ਦੇਖਿਆ ਸੀਗਾ? ਮੈਂ ਘਰੇ ਸੀਗੇ ਵੀਰੇ, ਫਲੈਟ 'ਚ ਸੀਗਾ ਅਤੇ ਜਦੋਂ ਸ਼ੇਅਰ ਹੋਇਆ ਆਇਆ ਟ੍ਰੇਲਰ, ਪਹਿਲਾਂ ਤਾਂ ਤੁਸੀਂ ਸ਼ੇਅਰਿੰਗ 'ਤੇ ਲੱਗੇ ਰਹਿੰਦੇ ਹੋ ਆਪਸ 'ਚ, ਇੱਧਰ ਭੇਜ ਉੱਧਰ ਭੇਜ, ਇੱਧਰ ਪਾ ਇੱਧਰ ਪਾ ਉਹ ਹੋਇਆ, ਅਤੇ ਜਿਉਂ ਜਿਉਂ ਟਾਈਮ ਲੰਘਦਾ ਗਿਆ, ਜਦੋਂ ਸ਼ੇਅਰ ਹੁੰਦਾ ਸੀਗਾ, ਇੱਕ ਹੁੰਦਾ ਸ਼ੇਅਰ ਵੀ ਸਾਡੇ ਜਿਹੜੇ ਮਿੱਤਰ ਪਿਆਰੇ ਹੁੰਦੇ ਜਿਹੜੇ ਆਮ ਉਹ ਕਰਦੇ, ਇੱਕ ਜੇ ਹੁੰਦੇ ਆ ਜਿਹੜੇ ਤੁਹਾਨੂੰ ਜਾਣਦੇ ਨਹੀਂ ਹੁੰਦੇ ਨਾ, ਜਦੋਂ ਦੋ ਸ਼ਬਦ ਆਪਦੇ ਕੋਲੋਂ ਬਣਾ ਕੇ ਲਿਖਦੇ ਆ ਕੁਛ ਵੀ, ਚਾਹੇ ਕਹਿੰਦੇ ਵੀ ਸ਼ਰਾਬ ਆਈ ਹੋਏ ਹਨਾ ਜਾਂ ਐਂ ਜਾਂ ਕੁਛ ਵੀ, ਇਹਦਾ ਮਤਲਬ ਕਿ ਉਹਨਾਂ 'ਤੇ ਉਹ ਚੀਜ਼ ਨੇ ਅਸਰ ਕੀਤਾ, ਔਰ ਉਹ ਅਸਰ ਕੀਤਾ ਤਾਂ ਉਹਨੂੰ ਸ਼ੇਅਰ ਕਰਨ ਲਈ ਮਜਬੂਰ ਹੋ ਗਏ, ਜਾਂ ਜਿਹਨਾਂ ਨੇ ਕਮੈਂਟ ਕੀਤੇ ਨੇ, ਜਿਹੜੇ ਯੂਟਿਊਬ 'ਤੇ ਆ ਕੇ ਲਿਖ ਰਹੇ ਨੇ, ਸਾਡੀਆਂ ਪੋਸਟਾਂ 'ਚ ਕਰ ਰਹੇ ਨੇ ਵੀ ਵੀਰੇ ਸਿਰਾ ਲੱਗ ਗਿਆ ਹਨਾ ਇੱਦਾਂ ਉੱਦਾਂ, ਤਾਂ ਇਹ ਬਸ ਇੱਕ ਖੁਸ਼ਕਿਸਮਤੀ ਹੈ ਵੀ ਸਾਡੀ ਝੋਲੀ ਇੰਨਾ ਸੋਹਣਾ ਪ੍ਰੋਜੈਕਟ ਪਿਆ, ਸਾਨੂੰ ਉਹਨਾਂ ਵਿੱਚ ਇੰਨੇ ਸੋਹਣੇ ਕਿਰਦਾਰ ਕਰਨ ਨੂੰ ਮਿਲੇ, ਬਹੁਤ ਖੁਸ਼ੀ। ਧੀਰਜ ਭਾਅ ਜੀ ਪਹਿਲੀ ਵਾਰੀ ਕ੍ਰਿਮੀਨਲ ਨਾ ਬਣ ਕੇ ਖੁਸ਼ ਆ, ਉਹਨਾਂ ਨੂੰ ਆਪਣੇ ਕ੍ਰਸ਼ ਦੇ ਨਾਲ ਕੰਮ ਕਰਨ ਦਾ ਮੌਕਾ ਮਿਲ ਗਿਆ। ਮੈਨੂੰ ਸਮਝ ਨਹੀਂ ਆ ਰਿਹਾ ਸੀਗਾ ਟ੍ਰੇਲਰ ਦੇਖ ਕੇ ਕਿ ਨੀਰੂ ਮੈਮ ਨੇ ਉਮਰ ਘਟਾ ਲਈ ਜਾਂ ਤੁਸੀਂ ਆਪਣੀ ਉਮਰ ਉਸ ਹਿਸਾਬ ਨਾਲ ਕਰ ਲਈ, ਵੀ ਚੱਲ ਕੀ ਰਿਹਾ ਸੀ ਦੋਨਾਂ ਦੀ ਕੈਮਿਸਟਰੀ? ਬਿਲਕੁਲ ਇੱਦਾਂ ਦੀ ਲੱਗ ਰਹੀ ਸੀ ਵੀ ਮੇਡ ਫੋਰ ਈਚ ਅਦਰ ਟਾਈਪ। ਦੇਖੋ ਨੀਰੂ ਮੈਮ ਨੂੰ ਤਾਂ ਜੇ ਆਪਾਂ ਕਹਿ ਦਈਏ ਕਿ ਉਹਨਾਂ ਦੀ ਉਮਰ ਜ਼ਿਆਦਾ, ਇਹ ਤਾਂ ਇੱਕ ਤੋਹੀਨ ਹੀ ਆ। ਬਿਲਕੁਲ ਤੇ ਮੈਨੂੰ ਥੋੜਾ ਜਿਹਾ ਇਹ ਸੀ ਕਿ ਹਾਂ ਵੀ ਜੇ ਇੰਨੇ ਬਹੁਤ ਸੀਨੀਅਰ ਆਰਟਿਸਟ ਨੇ, ਜੇ ਤੁਸੀਂ ਉਹਨਾਂ ਦੇ ਨਾਲ ਜਦੋਂ ਪਰਫੋਰਮ ਕਰ ਰਹੇ ਹੋ ਤਾਂ ਤੁਹਾਨੂੰ ਬਹੁਤ ਜਿਵੇਂ ਕਹਿੰਦੇ ਕੰਮ ਕਰਕੇ, ਹੋਮਵਰਕ ਕਰਕੇ ਤੁਸੀਂ ਉਸ ਚੀਜ਼ ਨੂੰ, ਕਿਉਂਕਿ ਆਡੀਅੰਸ ਨੂੰ ਉਸ ਚੀਜ਼ ਇਹ ਨਾ ਲੱਗੇ ਕਿ ਇਹ ਇੱਕ ਮਿਸਮੈਚ ਆ, ਮਿਸਮੈਚ ਨਾ ਲੱਗੇ, ਉਹ ਲੱਗੇ ਕਿ ਹਾਂ ਇੱਕ ਪਰਫੈਕਟ ਆ। ਤਾਂ ਨੀਰੂ ਮੈਮ ਨੇ ਵੀ ਜਦੋਂ ਲਾਸਟ ਡੇ ਸ਼ੂਟ ਖਤਮ ਹੋਇਆ ਸੀ ਤਾਂ ਉਹਨਾਂ ਨੇ ਇੱਕ ਬਹੁਤ ਖੂਬਸੂਰਤ ਗੱਲ ਕਹੀ ਕਿ ਮੇਰੇ ਕਰੀਅਰ ਵਿੱਚ ਹੁਣ ਤੱਕ ਤੂੰ ਮੇਰਾ ਸਭ ਤੋਂ ਅੱਛਾ ਕੋ ਆਰਟਿਸਟ ਆ, ਤੇ ਬਹੁਤ ਵਧੀਆ ਗੱਲ ਲੱਗੀ। ਕਹਿੰਦੀ ਵੀ ਮੈਂ ਚਾਹੂੰਗੀ ਕਿ ਮੈਂ ਅੱਗੇ ਵੀ ਤੇਰੇ ਨਾਲ ਫਿਲਮਾਂ ਕਰਾਂ, ਤਾਂ ਉਹ ਚੀਜ਼ ਮੇਰੇ ਲਈ ਸੀ ਕਿ ਹਾਂ ਵੀ ਜੇ ਉਹਨਾਂ ਨੂੰ ਇਹ ਚੀਜ਼ ਵਧੀਆ ਲੱਗੀ ਤਾਂ ਵੀ ਉਹ ਚੀਜ਼ ਵਾਕਈ 'ਚ ਵਧੀਆ ਹੋਊਗੀ, ਕਿਉਂਕਿ ਪ੍ਰਿੰਸ ਵੀਰਾ ਜਾਂ ਬੋਲੀ ਅਸੀਂ ਪਹਿਲਾਂ ਹੀ ਕੰਮ ਕਰ, ਇਸ ਤਾਂ ਇਹ ਹੁੰਦੇ ਹਾਂ ਵੀ ਡਾਇਰੈਕਟ ਜੇ ਹੁੰਦੇ ਆ ਸੈੱਟ ਤੇ ਵੀ ਕਹਿੰਦਾ ਵੀ ਵੀਰੇ ਐਂ ਕਰਦੇ ਹੋ ਚੀਜ਼, ਪਰ ਉਹਨਾਂ ਨਾਲ ਬਹੁਤ ਅੱਛਾ ਐਕਸਪੀਰੀਅੰਸ। ਅੱਛਾ ਜਵਾਬ ਸੱਚਾ ਦੱਸਿਓ ਕਿ ਜਦੋਂ ਪਹਿਲੀ ਵਾਰੀ ਪਹਿਲਾ ਸੀਨ ਕੀਤਾ ਜਾਂ ਫਿਰ ਕੋਈ ਸੀਨ ਸੀਗਾ, ਥੋੜੀ ਜਿਹੀ ਕੰਪਨੀ ਜੀ ਜਾਂ ਨਰਵਸਨੈਸ? ਉਸ ਤੋਂ ਪਹਿਲਾਂ ਫੋਟੋ ਸ਼ੂਟ ਹੋਇਆ ਸੀ ਜਿਹੜਾ ਘਰ ਦੇ ਵਿੱਚ ਲੱਗਣੀਆਂ ਸੀ, ਤਾਂ ਉਦੋਂ ਥੋੜਾ ਜਿਹਾ ਐਂ ਸੀ ਵੀ ਮੈਂ ਮਜੇ ਆਏ ਨਹੀਂ ਸੀ, ਕਿਉਂਕਿ ਮੈਂ ਉਹਨਾਂ ਨੂੰ ਉਸ ਤੋਂ ਪਹਿਲਾਂ ਕਦੇ ਮਿਲਿਆ ਨਹੀਂ ਸੀ, ਕਦੇ ਵੀ ਉਹਨਾਂ ਨੂੰ ਹਮੇਸ਼ਾ ਟੀਵੀ 'ਤੇ ਵੇਖਿਆ, ਤਾਂ ਉਹ ਮੈਨੂੰ ਲੱਗੀ ਗਿਆ। ਜਦੋਂ ਮੈਂ ਹੱਥ ਮਿਲਾਇਆ ਤੇ ਮੈਂ ਕਿਹਾ ਮੈਮ ਧੀਰੇ, ਕਹਿੰਦੀ ਪਤਾ ਮੈਨੂੰ ਉਹ ਸ਼ਬਦ ਜਿਹੜਾ ਮੈਂ ਕਹਿੰਦਾ ਵੀ ਪਤਾ ਮੈਨੂੰ, ਉਹਨੇ ਮੈਨੂੰ ਇੰਨਾ ਨੋਰਮਲ ਕਰਤਾ। ਫਿਰ ਉਹ ਜਦੋਂ ਫੋਟੋ ਸ਼ੂਟ ਹੋਣ ਲੱਗਿਆ ਮੈਨੂੰ ਥੋੜਾ ਜਿਹਾ ਲੱਗਿਆ ਵੀ ਆਪਾਂ, ਫਿਰ ਉਹ ਕਹਿੰਦੇ ਕਿ ਰਿਲੈਕਸ ਵੀ ਆਪਾਂ ਇੱਕ ਕਰੈਕਟਰ ਪਰਫੋਰਮ ਕਰ ਰਹੇ ਹਾਂ ਵੀ ਕੋਈ ਚੱਕਰ ਨਹੀਂ, ਫਿਰ ਫੋਟੋ ਸ਼ੂਟ ਗੱਲਾਂ ਕਰਦੇ ਸਕ੍ਰਿਪਟ ਦੀਆਂ ਗੱਲਾਂ ਕਰਦੇ ਉਹ ਫਿਰ ਸਹਿਜ ਹੋ ਗਏ, ਫਿਰ ਉਹ ਢਲ ਗਿਆ ਕਰੈਕਟਰ। ਇਹੀ ਖਾਸ ਗੱਲ ਹੁੰਦੀ ਹੈ ਪੰਜਾਬੀ ਇੰਡਸਟਰੀ ਦੀ, ਛੇਤੀ ਤੋਂ ਛੇਤੀ ਕੰਫਰਟ ਲੈਵਲ ਦੇ ਦਿੰਦੇ ਇੱਕ ਦੂਜੇ ਨੂੰ, ਹੈ ਨਾ, ਮਾਹੌਲ ਹੀ ਇੱਦਾਂ ਦਾ ਹੁੰਦਾ।
ਤੇ ਤੁਹਾਡੇ ਤਾਂ ਕਿਆ ਕਹਿਣੇ ਜਨਾਬ, ਮੀਮਸ ਦੇ ਵਿੱਚ ਵੀ ਤੁਸੀਂ ਵਾਇਰਲ, ਮੀਮਸ ਤੁਹਾਡੇ ਤੱਕ ਪਹੁੰਚਦੇ ਆ ਜਦੋਂ ਦੇਖਦੇ ਹੋ ਤੁਸੀਂ ਇੰਸਟਾਗ੍ਰਾਮ ਤੇ ਜਿਹੜੇ ਫਨੀ ਜਿਹੜੇ ਡਾਇਲੋਗ ਸੀਰੀਅਸ ਹੁੰਦੇ ਆ, ਲੇਕਿਨ ਉਹਨਾਂ ਦੇ ਉੱਤੇ ਫਨੀ ਕੈਪਸ਼ਨ ਵੀ ਜਦੋਂ ਤੁਹਾਡੇ ਪਾਪਾ ਗੋਆ ਨਹੀਂ ਜਾਣ ਦਿੰਦੇ ਤੇ ਉਹਦੇ ਥੱਲੇ ਤੁਹਾਡਾ ਡਾਇਲੋਗ ਲਾ ਦਿੰਦੇ, ਏਦਾਂ ਦੇ ਪਹੁੰਚਦੇ ਤੁਹਾਡੇ ਕਈ, ਏਦਾਂ ਦੇ ਵੀ ਹੁੰਦੇ ਨਾ ਵੀ ਜਿਹ ਚ ਪਾਉਂਦੇ ਰਹਿੰਦੇ ਐਡ, ਮਤਲਬ ਇੱਥੋਂ ਹੀ ਪਤਾ ਚੱਲਦਾ ਕਿ ਕੰਟੈਂਟ ਵਾਇਰਲ ਹੋ ਰਿਹਾ। ਮੇਰੇ ਕੋਲ ਆਹ ਜ਼ਰੂਰ ਪਹੁੰਚੇ ਸੀ ਜਦੋਂ ਆ ਵੋਟਾਂ ਤੋਂ ਪਹਿਲਾਂ ਨੀ ਚੱਲਦਾ ਸੀ ਵੀ ਪੰਮਾ ਕਹਿੰਦਾ ਤੂੰ ਐ ਨੀ ਕੀਤਾ ਲੀਡਰਾਂ ਤੇ ਲੱਗਦੇ ਸੀ, ਉਹ ਜ਼ਰੂਰ ਮੇਰੇ ਕੋਲ ਪਹੁੰਚ ਜਾਂਦੇ ਸੀ, ਦੇਖ ਕੇ ਮਜ਼ਾ ਆਉਂਦਾ ਸੀਗਾ। ਨਹੀਂ ਨਹੀਂ ਮਜ਼ਾ ਕੀ, ਡਰ ਲੱਗਦਾ ਸੀਗਾ ਵੀ ਅਸੀਂ ਤਾਂ ਕਰਾਇਆ ਸਾਡੀ ਵੋਟਾਂ ਹੀ ਲੈ ਕੇ ਹੁਣ ਆਜ਼ਾਦ ਕਰਾ ਦੇ ਕਿਹੜੇ ਐਵੇਂ ਭਗਤ ਬੰਦੇ ਆ ਜੀ ਸਾਡੇ ਤੇ ਐਵੇਂ ਬਿਨਾਂ ਗੱਲਾਂ ਕੋਈ ਕਿਹਦਾ ਹੀ ਆਦਾ ਵੀ ਹੁੰਦਾ ਨਾ ਬੰਦਾ ਥੋੜੀ ਦੇਰ ਬਾਅਦ ਇੱਕ ਵੀਡੀਓ ਪਾਉਣ ਨੂੰ ਸੋਚਦਾ ਕਿ ਦੇਖੋ ਜੀ ਇਹ ਸਾਰਾ ਕਿਰਦਾਰ ਆਪਾਂ ਪਲੇ ਕਰਦੇ ਆ, ਅਸਲ 'ਚ ਸਾਡੀ ਜ਼ਿੰਦਗੀ 'ਚ ਇੱਦਾਂ ਦਾ ਕੁਛ ਨਹੀਂ, ਅਸੀਂ ਹਸਮੁੱਖ ਬੰਦੇ। ਨਹੀਂ ਉਹ ਤਾਂ ਸਾਰਿਆਂ ਨੂੰ ਪਤਾ, ਨਹੀਂ ਤਾਂ ਕਦੇ ਹੋਈ ਨਹੀਂ, ਸਾਰਿਆਂ ਨੂੰ ਪਤਾ ਵੀ ਜੀ ਕਿਉਂਕਿ ਲੋਕਾਂ 'ਚੋਂ ਹੀ ਆਏ ਹਾਂ ਅਸੀਂ, ਕਿਹੜਾ ਅਸਮਾਨ ਤੋਂ ਉੱਤਰੇ ਹਾਂ, ਗਲੀ ਮਹੱਲਿਆਂ 'ਚੋਂ ਉਹਨਾਂ 'ਚੋਂ ਹੀ ਉੱਠ ਕੇ ਆਏ। ਔਰ ਸ਼ਾਇਦ ਇਹੀ ਕਾਰਨ ਹੈ ਲੋਕਾਂ ਨੇ ਤੁਹਾਨੂੰ ਉਸੇ ਤਰੀਕੇ ਨਾਲ ਐਕਸੈਪਟ ਕੀਤਾ, ਕਿਉਂਕਿ ਲੋਕਾਂ ਦੀਆਂ ਗੱਲਾਂ ਹੀ ਲੋਕਾਂ ਤੱਕ ਸੁਣਾਈ ਜਾ ਰਹੀਆਂ ਨੇ। ਜੇ ਆਪਾਂ ਡਾਇਲੋਗਸ ਦੀ ਗੱਲ ਕਰੀਏ, ਐਂਡ ਬੜੇ ਵਧੀਆ ਲੱਗਦਾ ਕਿ ਜਦੋਂ ਫਿਲਮਾਂ ਦੇ ਵਿੱਚ ਉਹ ਡਾਇਲੋਗਸ, ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਇਹਦੇ ਉੱਤੇ, ਖਾਸ ਗੌਰ ਕੀਤਾ ਸੀਗਾ ਕਿ ਡਾਇਲੋਗਸ ਜਿਹੜੇ ਲੋਕਾਂ ਦੇ ਡਾਇਲੋਗਸ ਉਹਨਾਂ ਨੂੰ ਸੁਣਨ ਨੂੰ ਮਿਲ ਰਹੇ ਹਨ, ਉਹ ਵੀ ਚੀਜ਼ ਉਹ ਐਕਸੈਪਟ ਕਰ ਰਹੇ। ਮੈਂ ਗੱਲ ਕਰਨਾ ਚਾਹਾਂਗਾ ਇਸ ਪੋਸਟਰ ਦੀ, ਕਿਉਂਕਿ ਮੈਂ ਐਕਚੁਅਲ 'ਚ ਜ਼ੂਮ ਕਰਕੇ ਪੋਸਟਰ ਨੂੰ 3-4 ਵਾਰੀ ਦੇਖਿਆ, ਤੁਹਾਡੇ ਸਾਰਿਆਂ ਦੇ ਮੇਕਅਪ ਦੇ ਉੱਤੇ ਇੱਦਾਂ ਲੱਗ ਰਿਹਾ ਵੀ ਘੱਟੋ ਘੱਟ ਕੁਛ ਘੰਟੇ ਲਾਏ ਆ, ਉਸ ਤੋਂ ਬਾਅਦ ਕੰਮ ਕੀਤਾ ਗਿਆ, ਇਹਦੇ ਬਾਰੇ ਮੈਂ ਕਹਾਣੀ ਸੁਣਨਾ ਚਾਹਾਂਗਾ। ਬਿਲਕੁਲ, ਮੇਕਅਪ ਤੇ ਅਲਪੇਸ਼ ਸੀਗਾ, ਅਲਪੇਸ਼ ਹਾਂ ਹਾਂ, ਉਹ ਬੰਦੇ ਨੂੰ ਮੰਨਣਾ ਹੀ ਪਊਗਾ, ਬਹੁਤ ਇਮਾਨਦਾਰ ਕਾਰੀਗਰ ਹੈ, ਬਹੁਤ ਜੀ, ਔਰ ਇਮਾਨਦਾਰ ਬਹੁਤ ਆ ਕੰਮ ਦੇ ਵਿੱਚ ਜੀ, ਸਾਨੂੰ ਦੁਨੀਆ ਭਰ ਦੇ ਮੇਕਅਪ ਵਾਲੇ ਟੱਕਰਦੇ ਆ, ਸਾਨੂੰ ਅਸੀਂ ਦੇਖਦੇ ਕਰਦੇ ਹਾਂ, ਕਈ ਸਾਡੇ ਨਹੀਂ ਹੁੰਦੇ ਦੂਜਿਆਂ ਦੇ ਹੁੰਦੇ ਆ, ਰਾਈਟ, ਹੈਨਾ, ਪਰ ਅਸੀਂ ਵੇਖਦੇ ਤਾਂ ਰਹਿੰਦੇ ਹਾਂ, ਪਰ ਵੀ ਅਲਪੇਸ਼ ਵਰਗਾ ਮੈਂ ਕਮਾਲ, ਉਹਦੇ ਜਿੰਨਾ ਵੀ ਇਮਾਨਦਾਰੀ ਨਾਲ ਕੰਮ ਕਰਨ ਵਾਲਾ ਬੰਦਾ, ਇਮਾਨਦਾਰ ਆਪਾਂ ਨੂੰ ਦੇਖਿਆ, ਕੋਈ ਇੱਧਰ ਦੀ ਨਹੀਂ ਕੋਈ ਉੱਧਰ ਦੀ ਨਹੀਂ, ਕੰਮ ਬਸ ਆਪਣੇ ਕੰਮ ਤੇ ਫੋਕਸਡ ਆ, ਬਹੁਤ ਕੈਂਡ ਆ। ਐਂਡ ਮਤਲਬ ਆਪਣੇ ਆਪ ਨੂੰ ਜਦੋਂ ਤੁਸੀਂ ਦੇਖਦੇ ਸੀਗੇ, ਮਤਲਬ ਪਹਿਲਾਂ ਉਹ ਸਾਹਮਣੇ ਖੜੋਤਾ ਹੈ, ਤੁਹਾਡਾ ਮੇਕਅਪ ਕਰ ਰਿਹਾ, ਉਹ ਸਾਈਡ ਤੇ ਹਟਦਾ, ਸਾਹਮਣੇ ਤੁਹਾਡੇ ਸ਼ੀਸ਼ਾ ਆਉਂਦਾ, ਤੁਸੀਂ ਆਪਣੀ ਲੁੱਕ ਨੂੰ ਦੇਖਦੇ ਹੋ, ਪਹਿਲੀ ਵਾਰੀ ਜਦੋਂ ਲੁੱਕ ਦੇਖਣ ਨੂੰ ਮਿਲੀ ਸੀਗੀ? ਪਹਿਲੀ ਵਾਰੀ ਤਾਂ ਲੁੱਕ ਟੈਸਟ ਹੋਇਆ ਸੀਗਾ, ਅੱਛਾ, ਆਪਣਾ ਹੰਬਲ ਆਫਿਸ, ਤਾਂ ਆਏ ਤਾਂ ਉਹ ਕਰਨ ਲੱਗ ਗਿਆ, ਕਹਿੰਦਾ ਬਾਈ ਏਦਾਂ ਦਾ ਕੁਛ ਹੋਊਗਾ, ਵਰਿੰਦਰ ਨੇ ਇੱਕ ਕੋਈ ਫੋਟੋ ਸੀਗੀ ਹੋਰ ਤਰ੍ਹਾਂ ਦੀ ਤੁਹਾਡੀ, ਉਹ ਏਦਾਂ ਦੀ, ਤੇ ਅਲਪੇਸ਼ ਨੂੰ ਕਹਿੰਦੇ ਵੀ ਏਦਾਂ ਦਾ ਕੁਛ ਚਾਹੀਦਾ ਵੀ ਸੇਮ ਨਹੀਂ ਚਾਹੀਦਾ, ਵੀ ਸਾਨੂੰ ਵੀ ਸਟਰਕਚਰ ਇਹ ਚਾਹੀਦਾ ਇਹਦਾ ਫੇਸ ਦਾ ਸਾਰਾ, ਤੇ ਅਲਪੇਸ਼ ਨੇ ਪਤਾ ਨੀ ਕੀ ਕਰਕੇ ਅੰਦਰ ਨੇ ਬਿੱਛੂ ਜਿਹਾ ਬਿਠਾ ਦਾ, ਉਹ ਮੈਂ ਵੀ ਦੇਖਿਆ, ਨਹੀਂ ਨਹੀਂ ਪਾਜੀ ਪਾਜੀ ਨਹੀਂ ਪਾਜੀ, ਹਾਂ ਹਾਂ ਪਾਜੀ ਨਹੀਂ, ਉਹ ਰਹੇਗਾ ਨਾ, ਉਹ ਇੰਨਾ ਓਰੀਜਨਲ ਲੱਗਦਾ ਸੀ, ਪਤਾ ਮੈਂ ਇੰਨਾ ਟਾਈਮ ਕਿੱਥੇ ਲਾਈ ਨਾ, ਅੱਛਾ ਕੋ ਮੈਨੂੰ ਪਹਿਲੀ ਵਾਰੀ ਮੇਰਾ ਐਕਸਪੀਰੀਅੰਸ ਹੋਇਆ ਬਾਈ, ਉਹ ਪਹਿਲਾਂ ਇੱਕ ਗੂੰਜੀ ਲਾਉਂਦਾ ਥੋੜੀ ਮੱਚਦੀ ਹੈ, ਫਿਰ ਉਹ ਠੰਡੀ ਜਿਹੀ ਹੋ ਕੇ ਉਹਨੂੰ ਆਇਆ ਜੇ ਪੱਟਾਂ ਜੇ ਲਾ, ਮਹਾ ਤੂੰ ਮੇਰਾ ਹੋਣਾ ਵੀ ਹਨਾ, ਇਹਨੂੰ ਚੱਕ ਦੇ, ਤੇ ਚਲੋ ਉਹਨੇ ਬਣਾਇਆ, ਤੇ ਜਦੋਂ ਉਹਨੇ ਫਾਈਨਲ ਸ਼ੇਡ ਦੇ ਦਿੱਤੀ ਸਾਰਾ ਜੀ ਉਹ ਸਾਡਾ ਫੋਟੋ ਉੜਿਆ, ਮੈਨੂੰ ਮਤਲਬ ਦੇਖ ਕੇ ਵੀ ਆਪ ਨੂੰ ਵੀ ਲੱਗਿਆ ਨਾ, ਜੋ ਸ਼ੀਸ਼ੇ ਦੇਖਿਆ ਮਹਰ ਵੀ ਬਹੁਤ ਖਤਰਨਾਕ ਹੈ, ਤਾਂ ਉਦੋਂ ਬਾਅਦ ਚ ਉਹ ਸੀਗਾ ਕਿਤੇ ਜਦੋਂ ਸ਼ੂਟ ਹੋਇਆ ਬਾਈ ਸਟਾਰਟ, ਉਹ ਸਮਾਨ ਸਮੂਨ ਲੈਣ ਚੱਲ ਗਿਆ ਬਾਜ਼ਾਰ ਕਿਤੇ, ਮਾੜਾ ਮੋਟਾ ਨਾਲ ਲਾ ਗਿਆ ਆਪਣੇ ਚਿਰ ਕੁੱਟ ਨੂੰ ਕਿਸੇ ਨੂੰ, ਹੁਣ ਜਾਓ ਗੁੱਡ ਲੱਕ ਮਾਰ ਮਾਰੂ, ਮੈਂ ਕਿਹਾ ਮੈਨੂੰ ਫੋਟੋ ਯਾਰ ਕੁਛ ਹੋਰ ਬਣਾਇਆ, ਤੂੰ ਤੂੰ ਕੱਲੀ ਨੇ ਇੰਜ ਖਿੱਚ ਕੇ ਰੁਪਏ ਨੂੰ ਫੋਟੋ ਮੈਂ ਅਗਰਿੰਦਰ ਨੂੰ ਭੇਜੀ, ਮੈਂ ਮੈਂ ਇੱਦਾਂ ਨੀ ਕਹਿੰਦਾ ਵੀ ਇਤਰਤਾ ਵੀ ਪੈ ਕਰ ਮੇਰੇ ਕੋਲ ਤਾਂ ਡਰ ਲੱਗ, ਮੈਂ ਕਿਹਾ ਇਹਦਾ ਤਾਂ ਕੁਛ ਨੀ, ਤਾਂ ਪੂਛ ਜੀ ਬਣਾ ਦੀ, ਮੂੰਹ ਤਾਂ ਬਣਾਇਆ ਨੀ ਪਿੱਛੇ ਦਾ, ਤੇ ਉਹ ਸੀ ਫਿਰ ਰੁਪੇਸ਼ ਆਇਆ ਵੀਰੇ, ਉਹਨੇ ਕਿਹਾ ਕਿਆ ਕਿਆ ਜੀ ਇਹ ਘੰਟੇ ਡੇਢ ਘੰਟੇ ਮੰਗਦੇ ਹਾਂ, ਇਹ ਬਹੁਤ ਬਾਰੀਕੀ ਕਰਦੇ ਹੋ, ਕਾਫੀ ਚੀਜ਼ਾਂ ਲਾ ਕੇ ਫਿਰ ਲਾਉਣ ਵੇਲੇ ਇਹ ਨੀ ਗਾ ਵੀ ਐ
ਜੇ ਕੋਈ ਖਲੇਪੜ ਬਣਿਆ ਖਿੱਚ ਕੇ ਸਕਿਨ ਆ ਜਾਂਦੀ ਤੁਹਾਡੀ, ਉਹ ਬਹੁਤ ਹੀ ਪੇਸ਼ੈਂਸ ਵਾਲਾ ਕੰਮ ਹੈ। ਕਿਆ ਬਾਤ ਹੈ, ਐਂਡ ਸਭ ਤੋਂ ਸੋਹਣੀ ਗੱਲ ਇਹ ਹੈ ਕਿ ਕ੍ਰੈਡਿਟ ਮਿਲ ਰਿਹਾ ਉਸ ਇਨਸਾਨ ਨੂੰ ਜਿਹਨੇ ਕੀਤਾ। ਅਲਪੇਸ਼ ਵੀਰੇ ਥੈਂਕ ਯੂ ਸੋ ਮਚ, ਕਿਉਂਕਿ ਐਕਚੁਅਲ 'ਚ ਜਿਹੜੇ ਤੁਹਾਡੇ ਕਿਰਦਾਰ ਹੈ ਪੂਰੇ ਨਿਖਰ ਕੇ ਆ ਰਹੇ ਹੈ ਟ੍ਰੇਲਰ ਦੇ ਵਿੱਚ, ਹੈਨਾ। ਅਤੇ ਜੇ ਮੈਂ ਤੁਹਾਡੀ ਗੱਲ ਕਰਾਂ ਤਾਂ ਤੁਹਾਨੂੰ ਦੇਖ ਕੇ ਐਵੇਂ ਲੱਗਦਾ ਕਿ ਚਾਰ ਪੰਜ ਮੁੰਡਿਆਂ ਨੇ ਨਾ ਵੈਸੇ ਇੱਕ ਕੋਰਸ ਦੇ ਵਿੱਚ ਐਡਮਿਸ਼ਨ ਲੈ ਲਈ ਸੀਗੀ, ਲੇਕਿਨ ਉਸ ਤੋਂ ਬਾਅਦ ਜਦੋਂ ਯਾਰ ਦੋਸਤ ਇਕੱਠੇ ਹੋਏ ਮਿਲ ਕੇ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਪਲੇਸਮੈਂਟਾਂ ਸਾਰਿਆਂ ਦੀਆਂ ਵਧੀਆ ਹੋ ਗਈ, ਇੱਕ ਕੰਪਨੀ ਦੇ ਵਿੱਚ ਆ ਗਏ ਤਾਂ ਉਹਨੂੰ ਵਧੀਆ ਵਧੀਆ ਕੰਮ ਕਰਕੇ ਦੇ ਰਹੇ। ਮੈਨੂੰ ਉਹ ਕਾਪੀ ਚਾਹੀਦੀ ਹੈ ਜਿਹਦੇ 'ਤੇ ਤੁਸੀਂ 50-60 ਫਿਲਮਾਂ ਆਲਰੇਡੀ ਲਿਖੀਆਂ ਹੋਈਆਂ, ਜਿਹਦੇ 'ਤੇ ਤੁਹਾਡੇ ਕਰੈਕਟਰ ਆਲਰੇਡੀ ਡਿਫਾਈਨਡ ਹੈ। ਇੱਦਾਂ ਦਾ ਹੋ ਗਿਆ ਮਟੀਰੀਅਲ ਤਿਆਰ, ਉਸਤਾਦ ਬੈਠੇ ਡੀਪੀ ਭਾਈ ਕਹਿੰਦੇ ਰੈਡੀ ਰਹੋ, ਬਸ ਗਿਣਤੀ ਤਾਂ ਕਰਨੀ ਨਹੀਂ ਕਹਿੰਦੇ। ਭਾਈ ਨੇ ਕੋਈ ਫਿਲਮ ਸੀ ਤੇ ਫਿਲਮ ਫੜੀ ਤੇ ਬਾਹਰ ਦੀ ਫਿਲਮ ਸੀ, ਪੈਸੇ ਪੂਸੇ ਵਧੀਆ ਸੀਗੇ ਤੇ ਮੈਂ ਵੈਸੇ ਹੀ ਗੱਲ ਕਰਤੀ, ਮੈਂ ਕਿਹਾ ਬਈ ਕਹਿੰਦੇ ਗੱਲ ਸੁਣੋ ਤੁਸੀਂ ਆਫਿਸ 'ਚ ਜਾਂਦੇ ਬਹਿੰਦੇ ਆ, ਹਾਂ ਮੈਂ ਕਿਹਾ ਵੀ ਹਾਂ, ਕਹਿੰਦੇ ਬਲੈਕ ਕੌਫੀ ਦੀ ਚੱਕੀ ਆਉਣੇ ਫੱਟੇ ਤੁਹਾਡੇ ਖਰਚੇ ਨਹੀਂ ਕਹਿੰਦੇ ਨੇ, ਨਾਲੇ ਕਹਿੰਦੇ ਮੇਰੇ ਨਿਕਲ ਜਾਂਦੇ ਆ। ਔਰ ਦੂਜੀ ਗੱਲ ਆ ਉਹ ਕਹਿੰਦੇ ਵੀ ਜਿਹੜਾ ਇੰਨੇ ਕੁ ਹੈ ਵੀ ਥੋੜ੍ਹੇ ਜਿਹੇ ਮੈਂ ਦੋ ਕੁ ਤੁਹਾਡੇ ਵਾਸਤੇ ਸਾਈਡ ਨੂੰ ਰੱਖ ਲੈਣਾ, ਯੂਜ਼ ਕਰ ਲਿਓ। ਤੇ ਉਹੀ ਗੱਲ ਹੀ ਹੋਈ, ਮੈਨੂੰ ਫਿਰ ਇਹਦਾ ਫੋਨ ਆਉਂਦਾ ਕਹਿੰਦੇ ਆਹ ਜਿਹੜਾ ਤੂੰ ਮੈਨੂੰ ਕਹਿੰਦਾ ਇਹਨਾਂ ਵੀ ਕਿਉਂ ਐਂ ਕਰ ਲਈ, ਤੇ ਉਹਦੇ ਚੋਂ ਦਸਵਾਂ ਦਸਵਾਂ ਕੱਢ ਕੇ ਤੁਹਾਡੀ ਫਿਲਮ ਬਣ ਲੱਗੀ ਆ। ਕਿਆ ਬਾਤ ਹੈ, ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜੀ। ਅਕਸਰ ਅਸੀਂ ਕਿੰਨੀ ਵਾਰੀ ਹੁੰਦਾ ਕਿਉਂਕਿ ਤੁਸੀਂ ਸਾਰੇ ਥੀਏਟਰ ਤੋਂ ਹੋ, ਐਂਡ ਥੀਏਟਰ ਵਾਲਿਆਂ ਦਾ ਜਿਹੜਾ ਸਟਰਗਲ ਹੈ ਉਹ ਉਹੀ ਜਾਣ ਸਕਦੇ ਜਿਹੜੇ ਇਸ ਫੀਲਡ 'ਚੋਂ ਲੰਘੇ ਹੋਏ ਆ। ਕਿੰਨੀ ਵਾਰੀ ਬਹੁਤ ਕੁਛ ਸਹਿਣਾ ਪੈਂਦਾ, ਭਾਵੇਂ ਉਹ ਕਰਦਿਆਂ ਦੀਆਂ ਗੱਲਾਂ ਹੋਏ ਜਾਂ ਬਾਹਰਦਿਆਂ ਦੀਆਂ ਗੱਲਾਂ ਹੋਏ, ਐਂਡ ਉਸ ਤੋਂ ਬਾਅਦ ਇੱਕ ਚੰਗੀ ਕੰਪਨੀ ਨਾਲ ਜੁੜਨਾ ਵੀ ਇੱਕ ਆਪਣੇ ਆਪ ਦੇ ਵਿੱਚ ਵੱਡੀ ਬਲੈਸਿੰਗ ਹੁੰਦੀ ਹੈ। ਕਦੀ ਕਦਾਈ ਕੀ ਹੁੰਦਾ ਅਸੀਂ ਜੁੜ ਜਾਂਦੇ ਹਾਂ ਲੇਕਿਨ ਸਾਨੂੰ ਖੁੱਲ੍ਹਾ ਨਹੀਂ ਛੱਡਿਆ ਜਾਂਦਾ, ਸਾਨੂੰ ਇੱਦਾਂ ਫੜ ਲਿੱਤਾ ਜਾਂਦਾ ਵੀ ਤੁਸੀਂ ਸਾਡੇ ਹਿਸਾਬ ਨਾਲ ਕਠਪੁਤਲੀ ਬਣ ਕੇ ਕੰਮ ਕਰੋ, ਤੇ ਉਹ ਜਿਹੜਾ ਫਰੀਡਮ ਹੈ ਉਸ ਫਰੀਡਮ ਦੇ ਬਾਰੇ ਕੀ ਨਹੀਂ ਸਾਨੂੰ ਕਦੇ ਈਵਨ ਕਿ ਹੁਣ ਵਾਰਨਿੰਗ ਤੇ ਸਾਡੇ ਤੇ 3-4 ਕਰੋੜ ਰੁਪਇਆ ਲਾਇਆ ਜੀ, ਤੇ ਸਾਨੂੰ ਕਦੇ ਆਏ ਨਹੀਂ ਕਿਹਾ ਵੀ ਭਾਈ ਤੁਸੀਂ ਕਿਉਂ ਕਰਦੇ ਕੀ ਕਰਦੇ, ਸਗੋਂ ਜੇ ਕੋਈ ਗੱਲ ਕਰਦਾ ਨਾ ਵੀ ਐਂ ਕਰਕੇ ਪ੍ਰਿੰਸ ਕਮਲ ਜੀ ਨੂੰ ਕਹਿਣਗੇ ਹਾਂ ਹਾਂ ਆਪਣਾ ਐਂ ਕਰਕੇ ਆ ਉਹ ਬਹੁਤ ਆਏ ਆ, ਉਹਨਾਂ ਨੇ ਇਹਨੇ ਕਹਿਣਾ ਵੀ ਚੱਕ ਦਿਓ ਜੇ ਕਿਤੇ ਅਸੀਂ ਵੀ ਦੱਸ ਕੇ ਕਰਦੇ ਹਾਂ ਜਦੋਂ ਵੀ ਕੀਤੀ ਬਈ ਆ ਕਰਨ ਲੱਗੇ ਹਾਂ ਤਾਂ ਕਹਿਣਗੇ ਠੀਕ ਹੈ ਵੈਰੀ ਗੁੱਡ ਵੈਰੀ। ਇੱਕ ਵੀਰ ਜਦੋਂ ਵੀ ਫਿਲਮ ਕਰਦੇ ਹਾਂ ਜਦੋਂ ਉਹਦਾ ਟ੍ਰੇਲਰ ਆਉਂਦਾ ਤਾਂ ਮੈਂ ਕਹਿੰਦਾ ਵੀਰੇ ਨੇ ਜਿੱਥੇ ਬੈਠਣਾ ਟ੍ਰੇਲਰ ਦਿਖਾਉਣਾ ਉਹਨਾਂ ਨੇ ਜਿੱਥੇ ਵੀ ਆਹ ਦੇਖੋ ਆ ਸਾਡੇ ਮੁੰਡੇ ਕ੍ਰਿਮੀਨਲ ਪਹਿਲਾਂ ਰਿਲੀਜ਼ ਨਹੀਂ, ਵੀਰਾ ਉਦਨ ਦੱਸ ਰਹੇ ਸੀ ਵੀ ਪਹਿਲਾਂ ਰਿਲੀਜ਼ ਨਹੀਂ ਕਰਨੀ ਸੀ, ਕਹਿੰਦੇ ਮੈਂ ਬੰਬੇ ਗਿਆ ਟ੍ਰੇਲਰ ਆਇਆ ਕਹਿੰਦਾ ਜਦੋਂ ਮੈਂ ਟ੍ਰੇਲਰ ਦੇਖਿਆ ਵੀਰੇ ਕਹਿੰਦਾ ਬਹੁਤ ਘੈਂਟ, ਕਹਿੰਦਾ ਮੈਂ ਸਾਰਿਆਂ ਨੂੰ ਦਿਖਾਇਆ ਸਾਰੇ ਉੱਥੇ, ਉਹ ਕਹਿੰਦੇ ਵੀ ਫਿਲਮ ਰਿਲੀਜ਼ ਕਰੋ ਵੀ ਇਹ ਬਹੁਤ ਅੱਛਾ ਕੰਟੈਂਟ ਬਣਿਆ। ਤਾਂ ਉਸ ਤੋਂ ਬਾਅਦ ਵੀਰਾ ਇੱਥੇ ਵੀ ਆਏ, ਮੈਂ ਕਿਹਾ ਵੀਰੇ ਫਿਲਮ ਕਿਵੇਂ ਬਣੀ, ਕਹਿੰਦੇ ਬੰਬ ਆ, ਅਤੇ ਮੈਂ ਕਿਹਾ ਹਾਂ ਵੀਰੇ ਮਤਲਬ ਕਹਿ ਰਹੇ ਸੀ ਗੁਰਿੰਦਰ ਵੀ ਕਹਿ ਰਿਹਾ ਸੀ ਡਾਇਰੈਕਟਰ ਵੀ ਕਹਿ ਰਹੇ, ਕਹਿੰਦੇ ਡਾਇਰੈਕਟਰ ਨੂੰ ਹਮੇਸ਼ਾ ਆਪਦੀ ਫਿਲਮ ਵਧੀਆ ਲੱਗਦੀ ਜੀ, ਬਟ ਜਦੋਂ ਪ੍ਰੋਡਿਊਸਰ ਕਵੇ ਨਾ ਫਿਲਮ ਬੰਬ ਬਣੀ ਤਾਂ ਉਦੋਂ ਫਿਲਮ ਵਾਕਈ ਬੰਬ ਬਣਦੀ ਆ। ਤਾਂ ਉਹ ਪ੍ਰਮੋਸ਼ਨ ਜਿਹੜੀ ਉਹ ਪ੍ਰਮੋਟ ਕਰਦੇ ਆ ਉਹ ਉਹ ਬਹੁਤ ਖੂਬਸੂਰਤ ਚੀਜ਼ ਜੀ, ਬਿਨਾਂ ਜਿਵੇਂ ਕਹਿ ਦਈਏ ਕਿਸੇ ਭੇਦਭਾਵ ਦੇ ਵੀ ਹਾਂ ਵੀ ਇਹ ਸਾਡੇ ਐਕਟਰ ਨੇ, ਉਹ ਬਹੁਤ ਖੁਸ਼ੀ। ਹਰਦੀਪ ਬਾਈ ਵਰਗੇ ਵੀ ਗੱਲ ਕਰਦੇ ਸੀ, ਉਹ ਕਹਿੰਦੇ ਵੀ ਜਦੋਂ ਬਾਈ ਦੀ ਆਪਦੀ ਫਿਲਮ ਹੁੰਦੀ ਹੈ ਉਦੋਂ ਹਜੇ ਇੰਨਾ ਨਹੀਂ ਸੂਲੀ ਤੇ ਟੰਗਦੇ ਵੀ ਜਦੋਂ ਥੋੜਾ ਕੁਛ ਕਰਦੇ ਹੁੰਦੇ ਆ ਨਾ ਵੀ ਵਾਰਨਿੰਗ ਜਿਲ੍ਹਾ ਸੰਗਰੂਰ ਕੋਲ ਵੀ ਕੀਤਾ, ਕਹਿੰਦੇ ਆ ਸੂਲੀ ਤੇ ਟੰਗ ਦਿੰਦੇ ਵੀ ਬਸ ਚੱਲ ਪ੍ਰੋਗਰਾਮ। ਮੈਂ ਜਦੋਂ ਲਾਸਟ ਗਿੱਪੀ ਬਾਈ ਨਾਲ ਗੱਲ ਕੀਤੀ ਤੇ ਮੈਂ ਕਿਹਾ ਬਾਕੀ ਜਿਹੜੇ ਪ੍ਰੋਡਿਊਸਰ ਆ ਉਹ ਵੀ ਸਾਨੂੰ ਫੋਨ ਕਰਕੇ ਪੁੱਛ ਰਹੇ ਸੀਗੇ ਵੀ ਗਿੱਪੀ ਨੂੰ ਕਹਿ ਦੋ ਯਾਰ ਪ੍ਰਮੋਸ਼ਨਾਂ ਦਾ ਠੇਕਾ ਉਹ ਵੀ ਲੈ ਲੇ, ਕਿਉਂਕਿ ਜਿਹੜੇ ਹਿਸਾਬ ਨਾਲ ਉਹ ਪ੍ਰਮੋਸ਼ਨ ਕਰਦੇ ਮਤਲਬ ਕਿੰਨੀ ਵਾਰੀ ਏਦਾਂ ਹੋਇਆ ਕਿ ਰਾਤੀ 3 ਵਜੇ ਵੀ ਉਹਨਾਂ ਨੂੰ ਆਨਲਾਈਨ ਦੇਖਿਆ ਗਿਆ ਵਟਸਐਪ ਤੇ, ਰਾਤ ਦੇ 3 ਜਾਂ 4 ਵਜੇ ਤੁਸੀਂ ਜਦੋਂ ਵੀ ਮੈਸੇਜ ਕਰ ਦਿਓ, ਕਿਸੇ ਕੰਮ ਲਈ ਮੈਸੇਜ ਕੀਤਾ ਸੀਗਾ ਉਹਨਾਂ ਨੂੰ ਮਤਲਬ ਕੁਛ ਟਾਈਮ ਪਹਿਲਾਂ
ਰਾਤੀ 3:15 ਵਜੇ ਦਾ ਟਾਈਮ ਸੀਗਾ, ਇੱਥੇ ਬਾਈ ਬਾਹਰ ਸੀਗੇ ਤੇ 3:40 ਤੇ ਮੈਸੇਜ ਆ ਗਿਆ ਸੀਗਾ ਕਿ ਹਾਂਜੀ ਦੋ ਚਾਰ ਮਿੰਟਾਂ ਚ ਤੁਸੀਂ ਇਹ ਦੇਖੋ ਇਹ ਹਿਸਾਬ ਹੈ। ਹੁਣ ਜੇ ਗੱਲ ਕਰਾਂ ਕ੍ਰਿਮੀਨਲ ਦੀ ਫੇਰ ਤੋਂ, ਵੈਪਨ ਚਲਾਉਣੇ ਤਾਂ ਤੁਸੀਂ ਵਾਰਨਿੰਗ 'ਚ ਸਿੱਖ ਲਏ ਸੀਗੇ ਅਤੇ ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਚਲਾਈ ਗਏ, ਲੇਕਿਨ ਇੱਥੇ ਜਿਸ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਪ੍ਰੈਜੈਂਟ ਕਰ ਰਹੇ ਹੋ, ਇੱਥੇ ਸਿਰਫ ਵੈਪਨ ਚਲਾਉਣਾ ਇੰਪੋਰਟੈਂਟ ਨਹੀਂ ਸੀਗਾ, ਆਪਣੇ ਕੈਰੈਕਟਰ ਨੂੰ ਪਰਟੀਕੁਲਰਲੀ ਉਸ ਟਾਈਮ ਲਈ ਡਿਫਾਈਨ ਕਰਨਾ ਬੜਾ ਔਖਾ ਸੀਗਾ ਇਹਦੇ ਲਈ, ਕਿਉਂਕਿ ਇੱਕ ਸਾਈਕੋਪਾਥ ਕ੍ਰਿਮੀਨਲ ਸੀਰੀਅਲ ਕਿਲਰ ਜੋ ਕਿ ਕਿਸੇ ਚੀਜ਼ ਪਿੱਛੇ ਪਾਗਲ ਹੁੰਦਾ ਹੈ ਨਾ, ਹਰ ਇੱਕ ਤਾਂ ਭਾਵੇਂ ਤੁਸੀਂ ਹੋ ਜਾਂ ਤੁਸੀਂ ਹੋ, ਦੋਨਾਂ ਦੇ ਕਰੈਕਟਰ ਵੱਖਰੇ ਹੈ, ਅਤੇ ਉਹਦੇ ਲਈ ਕਿਹੜੀ ਕਿਤਾਬਾਂ ਪੜ੍ਹੀਆਂ ਜਾਂ ਕਿਹੜੀਆਂ ਫਿਲਮਾਂ ਦੇਖੀਆਂ, ਕਿੱਦਾਂ ਆਪਣੇ ਆਪ ਨੂੰ ਮੋਟੀਵੇਟ ਕੀਤਾ? ਦੇਖੋ ਜਦੋਂ ਫਿਲਮ ਦੀ ਮੈਨੂੰ ਔਫਰ ਆਈ ਨਾ ਤੇ ਮੈਂ 5,000 ਕਿਤਾਬ ਪੜ੍ਹੀ 3 ਦਿਨਾਂ ਚ, ਬਚਪਨ ਤੋਂ ਹੀ ਮੈਂ 5,000 ਕਿਤਾਬ ਪੜ੍ਹੀ, 25,000 ਫਿਲਮਾਂ ਦੇਖੀਆਂ, ਵਾਹੀ ਕਿਹੜੇ ਕਿਹੜੀਆਂ ਸੀ ਫਿਲਮਾਂ ਦੇਖਣੀਆਂ, ਕਿਹੜੇ ਕੰਮ, ਸਾਰੀ ਉਮਰ ਤਾਂ ਫਿਲਮਾਂ ਦੇਖੀਆਂ, ਸਾਰੀ ਉਮਰ ਹੀ ਕਿਤਾਬਾਂ ਪੜ੍ਹੀਆਂ। ਜਦੋਂ ਕਿਤਾਬਾਂ ਤੋਂ ਟਾਈਮ ਆ ਕੰਮ ਲੈਣ ਦਾ ਟਾਈਮ ਆਇਆ ਜੀ, ਉਦੋਂ 20 ਕਿਤਾਬਾਂ ਪੜ੍ਹਨ ਲੱਗ ਗਏ ਤਾਂ ਬਸ ਕਰੈਕਟਰ ਆ ਵੀ ਬਹੁਤ ਕਮਾਲ ਦਾ ਕਰੈਕਟਰ ਆ ਵੀ ਤੂੰ ਕਰ ਦੇਗਾ ਬਹੁਤ, ਮੈਨੂੰ ਕਹਿੰਦੇ ਠੀਕ ਹੈ ਬਾਈ, ਮੈਨੂੰ ਨਹੀਂ ਤੂੰ ਬੰਬ ਬੁਲਾ ਦੇਗਾ, ਮੈਂ ਚਲੋ ਬਾਈ ਠੀਕ ਹੈ। ਪਰ ਜਦੋਂ ਸੁਣਾਇਆ ਮੈਨੂੰ ਸੱਚੀ ਚੈਲੇਂਜਿੰਗ ਲੱਗਿਆ ਬਹੁਤ ਜ਼ਿਆਦਾ, ਹੈ ਨਾ, ਜਿੱਦਾਂ ਦਾ ਹੈਗਾ ਰੇਪਿਸਟ ਹੈ ਤਾਂ ਉਹ ਸਾਈਕੋਲੋਜੀ ਤੁਹਾਨੂੰ ਉਸ ਤਰੀਕੇ ਨਾਲ ਪਲੇ ਕਰਨਾ ਜਾਂ ਹੋਰ, ਉਹ ਬਸ ਇਹੀ ਹੁੰਦਾ ਵੀ ਫਿਰ ਤੁਸੀਂ ਮਤਲਬ ਜਿੱਦਾਂ ਮੇਰਾ ਹੈਗਾ ਮੈਂ ਸੋਚਦਾ ਰਹਿਣਾ ਉਹ ਚੀਜ਼ ਦਾ, ਜੇ ਇੱਕ ਵਾਰੀ ਮੈਂ ਵਨ ਲਾਈਨ ਵੀ ਸੁਣ ਲਈ ਮੈਂ ਕਰੈਕਟਰ ਬਾਰੇ ਸੋਚਦਾ ਰਹਿਣਾ ਵੀ ਆਹ ਚੀਜ਼ਾਂ ਇੱਦਾਂ ਦਿੰਦਾ, ਮੈਂ ਇਕੱਠੀਆਂ ਕਰਕੇ ਐਂ ਲਿਆ ਕੇ ਡਾਇਰੈਕਟਰ ਦੇ ਸਾਹਮਣੇ ਰੱਖ ਦਿੰਦੀਆਂ ਵੀ 10 ਭਰਾਵਾਂ ਮੇਰੀ ਦੁਕਾਨ ਹੈ ਜੋ ਜਿਹੜਾ ਸੌਦਾ ਖਰੀਦਣਾ ਖਰੀਦ ਲੈ। ਤਾਂ ਫਿਰ ਜਦੋਂ ਆਪਾਂ ਕਰਦੇ ਰਹਿੰਦੇ ਹਾਂ ਜੇ ਕੋਈ ਚੀਜ਼ ਮਾਈਨਰ ਕਰਨੀ ਹੁੰਦੀ ਉਹ ਕਹਿੰਦੇ ਇਹ ਰਹਿੰਦੇ ਇਹਦਾ ਕਹਿੰਦੇ ਇਹਨੂੰ ਬਾਈ ਪਲੱਸ ਕਰ ਦਿਓ ਆਹ ਚੀਜ਼ ਆ ਘੈਂਟ ਆ ਬਹੁਤ, ਬਸ ਓਦਾਂ ਚੀਜ਼ਾਂ ਤੁਹਾਡੀਆਂ ਆਪਣੇ ਆਪ ਨੂੰ ਮੋਲਡ ਕਰ ਲੈਂਦੇ। ਹਾਂ ਸੋ ਪਾਣੀ ਦੀ ਤਰ੍ਹਾਂ ਸਾਡੇ ਆਰਟਿਸਟ ਨੇ ਬਿਲਕੁਲ ਜਿੱਥੇ ਗਏ ਉੱਦਾਂ ਐਡਜਸਟ ਹੋ ਜਾਂਦੇ। ਉਸ ਤੋਂ ਬਾਅਦ ਤੁਹਾਡਾ ਜਿਹੜਾ ਸਿਗਨੇਚਰ ਹੈ ਉਹ ਸਿਗਨੇਚਰ ਇੱਕ ਵਾਰੀ ਕੈਮਰੇ ਦੇ ਅੱਗੇ ਜਿਹੜਾ ਤੁਸੀਂ ਔਰ ਇਸ ਸਿਗਨੇਚਰ ਨੇ ਹੋਰ ਮਤਲਬ ਕਰੈਕਟਰ ਦੇ ਉੱਤੇ 4 ਚੰਨ ਲਗਾ ਦਿੱਤੇ ਸੀਗੇ। ਯਾਰੀ ਦੋਸਤੀ ਦੀ ਗੱਲ ਹੋ ਰਹੀ ਹੈ, ਤੁਹਾਡੀ ਯਾਰੀ ਦੋਸਤੀ ਫਿਲਮਾਂ ਦੇ ਵਿੱਚ ਵੀ ਦੇਖੀ ਦੀ ਐਂਡ ਰੀਅਲ ਲਾਈਫ ਦੇ ਵਿੱਚ ਵੀ ਮਿਲੀ ਦਾ ਤੇ ਦੇਖੀ ਦੀ, ਉਹਦੇ ਉੱਤੇ ਕੁਛ ਸਵਾਲ ਜ਼ਰੂਰ ਪੁੱਛਣੇ ਚਾਹਾਂਗੇ। ਸ਼ੇਅਰ ਵਾਲਾ ਕੰਮ ਔਖਾ ਆਪਣਾ। ਅੱਛਾ ਇਹ ਤਿੰਨਾਂ ਲਈ ਹੈਗਾ, ਮੰਨ ਲਓ ਜੇ ਐਮਰਜੈਂਸੀ ਦੇ ਵਿੱਚ ਫਸਦਾ ਬੰਦਾ ਇੱਕ ਆਪਣੇ ਦੋਸਤ ਨੂੰ ਕਾਲ ਕਰਦਾ ਹੈ ਨਾ, ਤੇ ਬਾਈਕ ਜਾਂ ਗੱਡੀ ਦਾ ਤੇਲ ਮੁੱਕ ਜਾਏ, ਸਭ ਤੋਂ ਪਹਿਲਾਂ ਕਿਹਨੂੰ ਕਾਲ ਜਾਏਗਾ ਪ੍ਰਿੰਸ ਕਮਲਜੀਤ ਵੱਲੋਂ ਜੇ ਮੰਨ ਲਓ ਜ਼ਿੰਮੇਵਾਰੀ ਥੋੜੀ ਜਿਹੀ ਲੈਣਾ ਇਹ ਛੋਟਾ ਤੇ ਮੇਰੇ ਤੋਂ ਛੋਟਾ, ਇਹਦਾ ਇਹ ਰੁਕੂਗਾ ਵੀ ਮੈਨੂੰ ਚੱਕ ਲਾ ਤੇ ਮੈਨੂੰ ਛੱਡ ਦੇ, ਇਹਦਾ ਇਹ ਕਿਹਦੇ ਪਹੁੰਚ ਜਾਣਾ, ਮੈਂ ਪਹਿਲਾਂ ਕਿਸੇ ਨੂੰ ਕਹਿੰਦਾ ਤੇਲ ਮੁੱਕਿਆ, ਮੈਂ ਕਿਸੇ ਦਾ ਤੇਲ ਤੇ ਧੀਰਜ ਬਾਰੀ ਤਾਂ ਮੁੱਕਣ ਨਹੀਂ ਦੇਣਗੇ ਆਪਣੀ ਗੱਡੀ 'ਚ, ਨਹੀਂ ਹਾਂ ਇੰਨਾ ਕੁ ਤਾਂ ਧਿਆਨ ਆਪਾਂ। ਕੀ ਬਾਤ ਹੈ, ਅੱਜ ਤੱਕ ਦੇ ਟਾਈਮ ਤੇ ਹੁਣ ਤੱਕ ਦੇ ਸਟਰਗਲ ਦੇ ਵਿੱਚ ਮੰਗਵੀ ਗੱਡੀ ਜਾਂ ਕੱਪੜੇ ਕਿਹੜੇ ਦੋਸਤਾਂ ਕੋਲੋਂ ਲਿੱਤੇ ਆ ਉਹਨਾਂ ਨੂੰ ਕ੍ਰੈਡਿਟ ਦੇਣਾ ਪੈਂਦਾ ਅੱਜ ਦੇ ਟਾਈਮ ਤੇ? ਗੱਡੀ ਤਾਂ ਨੀ ਮੈਂ ਖੈਰ ਉਹ ਕਰੀ, ਗੱਡੀ ਤਾਂ ਮੇਰੀ ਆਪਦੀ ਹੈ ਜਿਹੜੀ ਮੈਂ ਰੱਖਦਾਂਗਾ ਕੋਲ ਆਪਣੇ ਕਮਰ ਵੀਰੇ ਦੀ, ਉਹ ਮੇਰਾ ਕੋਈ ਮੰਗਵਾ ਸਾਡਾ ਹਿਸਾਬ ਤਾਂ ਨਹੀਂ ਹੈਗਾ ਉਹਦਾ, ਜਦੋਂ ਮੈਂ ਕਿਤੇ ਪਿੰਡ ਜਾਣਾ ਜਾ ਤਾਂ ਉਹ ਹੈਗਾ। ਤੇ ਦੂਜੇ ਕੱਪੜੇ, ਹਾਂ ਕੱਪੜੇ ਮੇਰੇ ਦੋਸਤਾਂ ਨੇ ਮਤਲਬ ਵਰਦੀਆਂ ਵੀ ਮੇਰੇ ਦੋਸਤਾਂ ਦੀਆਂ ਪਾਈਆਂ ਹੈ ਨਾ, ਤਾਂ ਮਤਲਬ ਹੁਣ ਤੱਕ ਵੀ ਜਿਹੜੇ ਮੇਰੇ ਕਈ ਦੋਸਤ ਹੈਗੇ ਲਿਆਉਂਦੇ ਜਾਂ ਉੱਦਾਂ
ਧੰਨਵਾਦ ਇਹੋ ਜਿਹੇ ਦੋਸਤਾਂ ਦਾ ਉਹਨਾਂ ਨੇ ਐਕਚੁਅਲ ਚ, ਔਰ ਜਿਹੜੇ ਅੱਜ ਵੀ ਇੱਕ ਦੂਜੇ ਲਈ ਕਰ ਰਹੇ ਆ ਉਹਨਾਂ ਦਾ ਵੀ ਖਾਸ ਧੰਨਵਾਦ। ਮੈਨੂੰ ਕਦੇ ਕੱਪੜਿਆਂ ਦੀ ਲੋੜ ਨਹੀਂ ਪਈ ਦੁਕਾਨ ਹੁੰਦੀ ਦੁਕਾਨ ਦੀ, ਥੋੜੇ ਦਿਨ ਹੋ ਗਏ ਮੈਂ ਨਾ ਡੈਰੀ ਫਲੋਲੀ ਆ ਉਹ ਉਦੋਂ ਦੀ ਪਈ ਆ ਕਿਉਂਕਿ ਉਹਦੇ ਚ ਕੁਛ ਕੁ ਚੀਜ਼ਾਂ ਨੇ, ਉਹ ਚ ਕੁਛ ਕੁ ਚੀਜ਼ਾਂ ਹੀ ਐਸੀਆਂ ਮੈਂ ਘਰ ਐਂ ਵੀ ਲਿਖ ਲੈਂਦੇ ਸੀ ਉਸ ਕਿਸਮ ਦੀਆਂ ਚੀਜ਼ਾਂ ਤੇ ਮੈਂ ਚਾਰ ਲਾਈਨਾਂ ਪੜ੍ਹੀ ਜਾਂਦਾ ਸੀ ਤੇ ਥੱਲੇ ਕੁਛ ਹੋਰ ਲਿਖਿਆ ਸੀ, ਜੇ ਲਾਈਨਾਂ ਪੜ੍ਹ ਕੇ ਤੁਹਾਨੂੰ ਮੈਂ ਦੱਸੂਗਾ ਵੀ ਕੀ ਲਿਖਿਆ ਸੀ ਫਿਰ ਉਹਦੇ ਉੱਤੇ ਐ ਨੀ ਤਾਂ ਜੇ ਕਰਕੇ ਡੇਟ ਦੇ ਉੱਤੇ ਜੇ ਢਹਿ ਮੈਂ ਕਹ ਜਾਓ ਉੱਤੇ ਲਿਖਿਆ ਸੀ ਵੀ ਕੁੱਬੀ ਹੋ ਗਈ ਜ਼ਿੰਦਗੀ ਤੇ ਲੱਤੋਂ ਮਾਰੇ ਲੰਘ, ਇਹਦੇ ਮੂੰਹ ਚੋਂ ਮਹਿਕਾਂ ਆਉਂਦੀਆਂ ਇਹਦੇ ਗਲੇ ਚੋਂ ਆਉਂਦੀ ਆ ਖੰਘ, ਇਹਨੇ ਇਹਨੇ ਪੈਰੀ ਪਾਈਆਂ ਨਾ ਇਹਨੇ ਹੱਥੀ ਪਾਈਆਂ ਝਾਂਜਰਾਂ ਤੇ ਪੈਰੀ ਪਾਈ ਵੰਗ, ਇਹਨੇ ਹਾਂ ਇਹਨੇ ਅੱਖੀ ਇਹਨੇ ਅੱਖੀ ਸੁਰਖੀ ਲਾ ਲਈ ਤੇ ਸੁਰਮਾ ਲਾਇਆ ਦੰਦ, ਹੈ ਨਾ ਇੱਦਾਂ ਦਾ ਸੀ ਉਹ ਲੈਣਾ ਤੋਂ ਬਾਅਦ ਥੱਲੇ ਸੀ ਥੱਲੇ ਲਿਖਿਆ ਸੀਗਾ ਵੀ ਪੱਪੂ ਭਲਵਾਨ ਤੋਂ ਲੈਣਾ 400 ਇੱਕ ਜੀਨ ਫਰੈਸ਼ੋ ਕੰਪਨੀ ਦੀ 375 ਰੁਪਏ 25 ਰੁਪਇਆਂ ਦਾ ਪਤਾ ਨੀ ਕੀ ਲਿਆ ਨਾਲ ਲਿਖਿਆ ਵੀ ਉਹ ਲੈਦਾ ਰਿਹਾ ਉਹ ਕੱਪੜਿਆਂ ਦਾ ਰਿਹਾ ਨੀ। ਅੱਛਾ ਮੰਨੋ ਨਾ ਲੇਕਿਨ ਇਹ ਰਾਈਮ ਕਰਦੀ ਹੈ ਚਾਰੋਂ ਲਾਈਨਾਂ ਕਿ ਮਤਲਬ ਐਕਚੁਅਲ ਚ ਜੋ ਜ਼ਿੰਦਗੀ ਤੇ ਦੱਸਿਆ ਉਸ ਤੋਂ ਬਾਅਦ ਥੱਲੇ ਉਹ ਐਕਚੁਅਲ ਰਿਐਲਿਟੀ ਵੀ ਦੱਸਦੀ। ਸੋਸ਼ਲ ਮੀਡੀਆ ਤੇ ਜਦੋਂ ਪੋਸਟ ਪਾਣੀ ਹੋਏ ਉਹਦੇ ਥੱਲੇ ਕੈਪਸ਼ਨ ਲਿਖਣਾ ਹੁੰਦਾ ਤੇ ਮੁੰਡਿਆਂ ਨੂੰ ਵੀ ਹੁੰਦਾ ਯਾਰ ਅੱਜ ਕੱਲ ਕੈਪਸ਼ਨ ਇਹੋ ਜਿਹਾ ਪਾਈਏ ਵੀ ਸਟੀਕ ਹੋਏ, ਜਾਂ ਤਾਂ ਤਿੰਨਾਂ ਜਣਿਆਂ ਤੋਂ ਪੂਰਾ ਪ੍ਰੋਪਰ ਪੁੱਛਣਾ ਵੀ ਇਹ ਦੱਸ ਲੈ ਸਾਡੇ ਨੇ। ਮੈਂ ਤਾਂ ਵਿੱਚ ਤੂੰ ਫਿਰ ਕਰਨ ਲੱਗਾ ਸੀ ਅਗਲਾ ਸਵਾਲ ਮੈਂ ਵਿੱਚ ਵੜਿਆ ਵੀ ਮੇਰੇ ਤੋਂ ਵੀ ਪੁੱਛ, ਉਹ ਬੰਦਾ ਸਾਡਾ ਸਾਰੇ ਚੁੱਪ ਰਹਿ ਜਾਂਦਾ ਉਹਨੂੰ ਵੀ ਪੁੱਛ ਨਾ ਵੀ ਦੋਸਤ ਜਿਹੜਾ ਤੁਹਾਡੇ ਲਈ ਸਵਾਲ ਆ ਤੁਹਾਡੇ ਲਈ ਤੁਹਾਡੇ ਨਾ ਇੱਕ ਹੀ ਸਵਾਲ ਤਿੰਨਾਂ ਨੂੰ ਹਾਂ ਚਲੋ ਤਿੰਨਾਂ ਪਾਜੀ ਦਾ ਰਹਿ ਗਿਆ ਸੀਗਾ ਮੰਗਵੀ ਗੱਡੀਆਂ ਕੱਪੜੇ ਅਸੀਂ ਇਕੱਠੇ ਰਹੇ ਹਾਂ ਯਾਰ ਦੋਸਤ ਜਗਜੀਤ ਗਰਿੰਦਰ ਤਾਂ ਉਦੋਂ ਜਿਹਦੇ ਕੋਲ ਸਾਡੇ ਕੋਲ ਵਹੀਕਲ ਨਹੀਂ ਹੁੰਦਾ ਸੀ ਪਹਿਲਾਂ ਸਪਲੈਂਡਰ ਜਿਹਾ ਮੰਗ ਲੈਂਦੇ ਸੀ ਪਾਲੀ ਦਾ, ਜਦੋਂ ਗਾਂਧੀ ਦੇ ਅਸੀਂ ਆਡੀਸ਼ਨ ਤੇ ਗਏ ਸੀ ਮੈਂ ਤੇ ਜੱਗਾ ਫਿਰ ਜੱਗੇ ਨੇ ਪਿੰਡੋਂ ਆਈਕੋਨ ਲੈ ਆਉਂਦੀ ਫਿਰ ਉਹ ਕਈ ਵਾਰੀ ਉਹ ਸਾਰੇ ਦੋਸਤ ਇਕੱਠੇ ਰਹਿੰਦੇ ਸੀ। ਅੱਛਾ ਇਹ ਉਹ ਟਾਈਮ ਹੀ ਸੀਗਾ ਜਦੋਂ 30-30 ਰੁਪਏ ਦੇ ਤੇਲ ਪਵਾ ਕੇ ਗੱਡੀਆਂ ਚੱਲਦੀਆਂ ਸੀ, ਉਹ ਤਾਂ ਮੈਂ ਲੱਗਾ ਕਈ ਵਾਰੀ ਮੇਰਾ ਮਿੱਤਰ ਕਹਿੰਦਾ ਯਾਰ ਤੇਲ ਬੜਾ ਮਹਿੰਗਾ ਹੋ ਗਿਆ, ਮੈਂ ਕਿਹਾ ਜਿੰਨਾ ਮਰਜ਼ੀ ਮਹਿੰਗਾ ਹੋ ਜੇ ਆਪਾਂ 50 ਦਾ ਹੀ ਪਾਉਣਾ। ਨਾਲੇ ਉਦੋਂ ਤਾਂ ਐਂ ਵੀ ਹੁੰਦਾ ਸੀ ਨਾ ਵੀ ਰਾਤ ਹੁਣ ਤਾਂ ਰਾਤ ਨੂੰ ਖੁੱਲੇ ਰਹਿੰਦੇ ਬੰਬ, ਉਦੋਂ ਚੌਂਕੀਦਾਰ ਦਾ ਅੰਦਰ ਪਿਆ ਹੁੰਦਾ ਸੀ ਉਹਦੀ ਉਹ ਜਿਹੜੀ ਪੈਪ ਜੀ ਹੁੰਦੀ ਸੀ ਉਹਨੂੰ ਐਂ ਕਰਕੇ ਬਾਬਾ ਤਾਂ ਨੂੰ ਕਰਕੇ ਜਮਾਂ ਨੀਵੀਂ ਕਰੋ ਬੋਤਲ ਭਰ ਦਿੰਦੀ ਸੀ ਉਹ ਕਿਉਂਕਿ ਉਹਨਾਂ ਕੁ ਪੈਪ ਚ ਹੁੰਦਾ ਸੀ ਜੀ। ਤੇ ਅਗਲਾ ਇਹ ਤੁਹਾਡੇ ਤੋਂ ਸ਼ੁਰੂ ਕਰਦੇ ਫਿਰ ਸੋਸ਼ਲ ਮੀਡੀਆ ਤੇ ਜਦੋਂ ਪੋਸਟ ਪਾਣੀ ਹੁੰਦੀ ਹੈ ਕੁਛ ਇੰਟੈਲੈਕਚੁਅਲ ਤੁਹਾਡੀ ਕੈਪਸ਼ਨ ਵੀ ਕਾਫੀ ਹੁੰਦੇ ਆ ਮੈਂ ਦੇਖਿਆ ਕਦੀ ਬੜੇ ਡੀਪ ਹੁੰਦੇ ਆ ਉਹ ਤੁਸੀਂ ਆਪਣੇ ਵੱਲੋਂ ਆਪ ਲਿਖਦੇ ਹੋ ਕਦੇ ਸਰਚ ਕਰਦਾ ਸਰਚ ਕਰਦੇ ਹਾਂ ਜੀ ਮੈਨੂੰ ਇਹ ਹੁੰਦਾ ਵੀ ਜਿਵੇਂ ਮੈਂ ਹੁਣ ਅੱਜ ਕੱਲ ਕ੍ਰਿਮੀਨਲ ਦੀ ਜਿਹੜੀਆਂ ਪੋਸਟਾਂ ਤੇ ਉਹਦੇ ਚ ਤੁਸੀਂ ਪੜਿਓ ਕਿ ਮੈਂ ਰਿਲੇਸ਼ਨਸ ਜਿਹੜਾ ਹਸਬੰਡ ਵਾਈਫ ਦਾ ਉਹਦੇ ਤੇ ਕੁਝ ਚੀਜ਼ਾਂ ਲਿਖ ਰਿਹਾ ਕਿ ਅਰਜੁਨ ਤੇ ਮਾਈ ਵੀ ਐਟ ਦਾ ਐਂਡ ਸਾਰਾ ਕੁਝ ਠੀਕ ਹੋ ਜਾਂਦਾ ਉਹ ਸਟੋਰੀ ਨਾਲ ਵੀ ਰਿਲੇਸ਼ਨ ਹੈਗੇ ਕਈ ਚੀਜ਼ਾਂ ਤੇ ਸੋ ਮੈਂ ਆਪ ਸਰਚ ਕਰਦਾ ਤੇ ਵੀਰੇ ਨੂੰ ਵੀ ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀਰੇ ਹੁਣ ਬਲੂ ਟਿਕ ਵੀ ਇੱਦਾਂ ਤੁਸੀਂ ਸੈਂਡ ਕਰੋ ਪਿਛਲੇ ਬਾਵਾ ਟਾਈਮ ਤੋਂ ਸਾਰੇ ਹੋ ਜਾਣਾ ਹੋ ਜਾਣਾ ਹੋ ਜਾਣਾ ਪੂਰਾ ਨਹੀਂ ਹੋ, ਜਾਂ ਤਾਂ ਉਹ ਮੈਂ ਇੱਕ ਵਾਰੀ ਮੈਨੂੰ ਇਹਨੇ ਦੱਸਿਆ ਸੀ ਮੈਂ ਉਹ ਕੀਤੀ ਇੱਕ ਵਾਰੀ ਮੈਂ ਅਮਨ ਨੂੰ ਕਿਹਾ ਸੀ ਅੱਛਾ
ਗਾਣੇ ਇੰਸਟਾਗ੍ਰਾਮ ਵਾਲਾ ਕਹਿੰਦੇ ਆਏਗਾ ਉਹ ਇਹ ਪਿੱਛੇ ਨਹੀਂ ਚੜਦਾ ਸੇਮ ਤੁਹਾਡੇ ਲਈ ਹਾਂਜੀ ਕੈਪਸ਼ਨ ਕੈਪਸ਼ਨ ਮੇਰੇ ਜ਼ਿਆਦਾਤਰ ਮੈਂ ਕਈ ਵਾਰੀ ਆਪ ਹੀ ਲਿਖਦਾ ਸ਼ਾਇਰੀ ਬਹੁਤ ਕਰਦਾ ਹਾਂ ਥੋੜਾ ਬਹੁਤਾ ਤੇ ਬਾਕੀ ਇਹ ਹੁੰਦਾ ਵੀ ਕਈ ਵਾਰੀ ਪਾਰਟੀਕੁਲਰ ਇਹ ਹੁੰਦਾ ਵੀ ਕਿਸੇ ਸ਼ਾਇਰ ਦਾ ਕੋਈ ਸ਼ੇਰ ਪਾਤਾ ਹੁੰਦਾ ਜਾਂ ਕੋਈ ਹੋਰ ਤਾਂ ਏਦਾਂ ਹੁੰਦਾ ਇੱਧਰ ਉੱਧਰੋਂ ਲੈ ਲੈਂਦੀਆਂ ਤੇ ਇਹ ਹੈਗਾ ਹੁਣ ਲਾਸਟ ਜੀ ਇਹਦੇ 'ਚ ਇਹ ਵੀ ਜਦੋਂ ਆਪਾਂ ਕਿਧਰੇ ਘੁੰਮਣ ਲੈ ਕੇ ਜਾਣਾ ਹੋਵੇ ਕਿਸੇ ਨੂੰ ਕਿਸੇ ਕੁੜੀ ਨੂੰ ਜਾਂ ਫਿਰ ਆਪ ਵੀ ਜਾਣਾ ਹੋਵੇ ਕਿਸੇ ਐਸੀ ਜਗ੍ਹਾ ਵੀ ਜਿੱਥੇ ਮਤਲਬ ਸਾਡਾ ਇੱਕ ਦੋਸਤ ਹੁੰਦਾ ਨਾ ਜਿਹਨੂੰ ਪਤਾ ਹੁੰਦਾ ਯਾਰ ਤੂੰ ਉੱਥੇ ਜਾ ਜੇ ਤੂੰ ਸ਼ਾਂਤੀ ਨਾਲ ਬੈਠਣਾ ਤਾਂ ਇੱਥੇ ਜਾ ਜੇ ਤੂੰ ਮਾਹੌਲ ਦੇਖਣਾ ਜਾਂ ਡਾਂਸ ਡੂੰਸ ਕਰਨਾ ਤਾਂ ਇਸ ਜਗ੍ਹਾ ਜਾ ਉਹ ਦੋਸਤ ਕੌਣ ਆ ਤੁਹਾਡਾ ਮੇਰਾ ਯਾਰ ਪਹਿਲਾਂ ਤਾਂ ਆਹੀ ਵੱਡਾ ਟਾਸਕ ਹੈ ਮੇਰਾ ਵੀ ਮੈਂ ਕੁੜੀ ਨੂੰ ਲੈ ਕੇ ਜਾਂਦਾ ਸਿਸਟਮ ਵੀ ਕਿਉਂਕਿ ਹੁਣ ਨਾ ਤਾਂ ਗਰਲਫ੍ਰੈਂਡ ਹੈ ਨਾ ਹਜੇ ਵਿਆਹ ਹੈ ਅੱਛਾ ਰਜਾਈ ਚ ਲੋਕੇ ਖਾਓ ਪਰ ਜਿਨ੍ਹਾਂ ਨੇ ਗੁੜ ਮੰਗਿਆ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਵੀ ਸਾਲਾ ਅੱਜ ਗੁੜ ਲੈ ਕੇ ਗਿਆ ਖਾਓ ਨਹੀਂ ਕਰਕੇ ਮਾਹੌਲ ਮੈਂ ਪਾਲੀ ਨੂੰ ਪੁੱਛਦਾ ਹੁੰਦਾ ਸਾਡਾ ਮਿੱਤਰ ਆ ਉਹ ਕਾਫੀ ਘੁੰਮਦਾ ਰਹਿੰਦਾ ਕਦੇ ਕਿੱਧਰ ਨਿਕਲ ਗਿਆ ਉਹਨੂੰ ਪੁੱਛਦਾ ਉਹ ਪਾਲੀ ਕਿਹੜੀ ਪਹਾੜੀ ਤੇ ਜਾਈਏ ਉਹ ਦੱਸ ਦਿੰਦਾ ਇੱਧਰੋਂ ਇੱਧਰੋਂ ਆਇਆ ਬਾਈ ਉਹ ਉੱਥੇ ਉਹ ਬਹੁਤ ਵਧੀਆ ਹੈਗਾ ਉਹਨੂੰ ਬਾਈਕ ਹੈਗਾ ਤਾਂ ਉਹ ਆਪਾਂ ਨੂੰ ਦੱਸਣ ਦੀ ਨਾ ਪੁੱਛਣ ਦੀ ਲੋੜ ਨੀ ਪੈਂਦੀ ਆਪਾਂ ਧਿਆਨ ਬਹੁਤ ਰੱਖੀਦਾ ਵੀ ਫਲਾਨਾ ਕਿਹੜਾ ਕਿੱਥੇ ਹੈਗਾ ਉਦੋਂ ਬਾਅਦ ਉੱਥੇ ਜਾ ਵੜੀਦਾ ਜਿੱਥੇ ਜਿਹੜੇ ਜ਼ਿਆਦਾ ਵਾਰੀ ਗਏ ਉੱਥੇ ਕੰਮ ਠੀਕ ਹੈ ਤਾਂ ਮਤਲਬ ਉੱਥੇ ਜਾਓ ਲੇਕਿਨ ਜਾਣ ਤੋਂ ਪਹਿਲਾਂ ਇੱਕ ਚੀਜ਼ ਜ਼ਰੂਰ ਪੁੱਛਣਾ ਚਾਹਾਂਗਾ ਸਿੰਸ ਸਟਰਗਲ ਅਸੀਂ ਸਾਰਿਆਂ ਨੇ ਦੇਖਿਆ ਐਂਡ ਤੁਸੀਂ ਵੀ ਬਹੁਤ ਅਸੀਂ ਉਸ ਟਾਈਮ ਤੋਂ ਵੀ ਦੇਖਿਆ ਜਦੋਂ ਤੁਸੀਂ ਸ਼ੁਰੂਆਤ ਕਰ ਰਹੇ ਸੀਗੇ ਐਂਡ ਅੱਜ ਲੋਕ ਤੁਹਾਨੂੰ ਪਸੰਦ ਕਰ ਰਹੇ ਕੰਮ ਦੀ ਤਾਰੀਫ ਹੋ ਰਹੀ ਹੈ ਮਤਲਬ ਜਿਸ ਚੀਜ਼ ਦੇ ਲਈ ਮਿਹਨਤ ਕੀਤੀ ਉਹਦੀ ਤਾਰੀਫ ਹੋ ਰਹੀ ਹੈ ਤੇ ਉਸ ਸਟਰਗਲ ਨੂੰ ਜਿੱਤਣ ਤੋਂ ਬਾਅਦ ਸਕਸੈਸਫੁਲ ਹੋਣ ਤੋਂ ਬਾਅਦ ਕਿਹੜੀਆਂ ਐਸੀਆਂ ਤਿੰਨ ਚੀਜ਼ਾਂ ਜਿਹੜੀਆਂ ਤੁਸੀਂ ਕਰੀਆਂ ਕਿ ਯਾਰ ਇਹ ਮੈਂ ਆਪਣੇ ਮਨ 'ਚ ਸੋਚੀ ਹੋਈ ਸੀਗੀ ਕੁਛ ਉਮੀਦਾਂ ਹੁੰਦੀਆਂ ਕੁਛ ਖੁਆਇਸ਼ਾਂ ਹੁੰਦੀਆਂ ਇੱਛਾਵਾਂ ਹੁੰਦੀਆਂ ਉਹ ਕਿਹੜੀਆਂ ਤਿੰਨ ਇੱਛਾਵਾਂ ਪੂਰੀਆਂ ਕੀਤੀਆਂ ਤਿੰਨਾਂ ਨੂੰ ਇਹ ਸਵਾਲ ਹੋਇਆ ਜਿੱਤ ਹਾਰ ਤਾਂ ਨਹੀਂ ਇਹਨੂੰ ਆਪਾਂ ਤੈਅ ਕਰ ਸਕਦੇ ਕੰਮ ਤੁਹਾਡਾ ਚੰਗਾ ਮਾੜਾ ਹੁੰਦਾ ਕਈ ਵਾਰੀ ਇਹਨਾਂ ਜਿਹੜੀ ਹੁਣ ਸ਼ੁਰੂਆਤ ਦੀ ਗੱਲ ਹੀ ਹੈ ਜਿੱਦਾਂ ਮੈਂ ਪਹਿਲਾਂ ਛੋਟੇ ਹੁੰਦੇ ਤੋਂ ਮੈਂ ਇਹ ਸੋਚਦਾ ਹੁੰਦਾ ਸੀ ਕਿ ਮੈਂ ਗਾਉਣ ਲੱਗੂੰਗਾ ਮੈਂ ਮਤਲਬ ਫਿਲਮਾਂ ਦਾ ਮੈਨੂੰ ਬਾਅਦ 'ਚ ਪਤਾ ਲੱਗਿਆ ਹੌਲੀ ਹੌਲੀ ਆ ਕੇ ਪਰ ਮੈਂ ਇਹ ਸੀ ਮੈਂ ਉਦੋਂ ਨਕਲਾਂ ਲਾਉਂਦਾ ਹੁੰਦਾ ਸੀ ਜ਼ਰੂਰ ਪਿੰਡ 'ਚ ਮਾਸਟਰਾਂ ਦੀਆਂ ਹੋਰ ਦੀਆਂ ਜਿਵੇਂ ਧੂਣੀ 'ਤੇ ਬਹਿ ਗਏ ਉੱਥੇ ਉਹ ਸੁਣਾਈ ਉਹਦੀ ਗੱਲ ਕਹਿੰਦੇ ਉਹਦੀ ਕਰਕੇ ਸੁਣਾਈ ਹੋਏ ਐਂ ਤਾਂ ਉਹ ਮੈਨੂੰ ਜਦੋਂ ਮੈਂ ਸਕੂਲ ਤੋਂ ਕਾਲਜ ਆਇਆ ਉੱਥੇ ਪਤਾ ਲੱਗਿਆ ਵੀ ਯਾਰ ਮੋਨੋ ਐਕਟਿੰਗ ਕਰਦੇ ਜਿਹੜੀ ਮੈਂ ਕਰਦਾ ਫਿਰ ਮੈਂ ਮਮਿਕਰੀ ਦੇਖੀ ਮੈਂ ਅੱਛਾ ਇਹ ਵੀ ਹੁੰਦਾ ਵੀ ਇਹ ਵੀ ਮੈਂ ਕਰ ਲੂੰਗਾ ਹੈ ਨਾ ਫਿਰ ਉਹ ਚੀਜ਼ਾਂ ਅੱਗੇ ਅੱਗੇ ਜੁੜਦੀਆਂ ਜਾਂਦੀਆਂ ਇਹ ਆ ਵੀ ਉਹ ਸ਼ੁਰੂਆਤ ਸੀਗੀ ਪਹਿਲਾਂ ਤੁਸੀਂ ਪਿੰਡ ਦੇ ਗਲੀ 'ਚ ਬਹਿ ਕੇ ਦੋ ਬੰਦਿਆਂ ਨੂੰ ਸੁਣਾਉਣ ਜੋਗੇ ਹੁੰਦੇ ਹੋ ਫਿਰ 10 ਹੋ ਜਾਂਦੇ ਨੇ ਫਿਰ ਸਕੂਲ ਦੀ ਸਟੇਜ 'ਤੇ ਚੜ੍ਹਦੇ ਹੋ ਫਿਰ ਕਾਲਜ ਯੂਨੀਵਰਸਿਟੀ ਇੱਦਾਂ ਆਹ ਸ਼ੁਰੂਆਤਾਂ ਹੁੰਦੀਆਂ ਹੁੰਦੀਆਂ ਤੁਹਾਨੂੰ ਪਹਿਲਾ ਕੰਮ ਕਿਤੇ ਨਾ ਕਿਤੋਂ ਕਰਨਾ ਹੀ ਪੈਂਦਾ ਜੇ ਉਦੋਂ ਕਹਿੰਦੇ ਵੀ ਮੈਂ ਤਾਂ ਸਟਰਗਲ ਆਪਾਂ ਕਿਹੜਾ ਇਹ ਹੈਗਾ ਵੀ ਅੰਬਾਨੀਆਂ ਦੇ ਘਰੇ ਪੈਦਾ ਹੋਇਆ ਫਿਰ ਤਾਂ ਕਹੀ ਯਾਰ ਅੰਬਾਨੀਆਂ ਦਾ ਮੁੰਡਾ ਵੀ ਫਿਲਮਾਂ ਮੰਗਦਾ ਫਿਰਦਾ ਵੀ ਪ੍ਰਿੰਸ ਨੂੰ ਕਹਿੰਦਾ ਮੇਰੇ ਲਿਖੋ ਬਾਈ ਤੁਸੀਂ ਤਾਂ ਦੇ ਦੋ ਰੋਲ ਫਿਰ ਤਾਂ ਕਹਿੰਦੇ ਵੀ ਉਹ ਸਾਡਾ ਤਾਂ ਇਹ ਵੀ ਮੈਂ ਸੋਚਿਆ ਹੋਇਆ ਸੀ ਮੈਂ ਇੱਧਰ ਹੀ ਆਉਣਾ ਤੇ ਮੈਂ ਇਸੇ ਲਈ ਹੀ ਕੰਮ ਕਰਦਾ ਰਿਹਾ ਸ਼ੁਰੂ ਤੋਂ ਔਰ ਸਟੱਡੀ ਕੀਤੀ ਆਪਦੀ ਆਪਦੇ ਤਰੀਕੇ ਨਾਲ ਕਰਦਾ ਰਿਹਾ ਪਰ ਇਹ ਵੀ ਇੱਧਰ ਆਉਣਾ ਸੀ ਤਾਂ ਉਹਦੇ ਵਿੱਚ ਇਹ ਹੈ ਵੀ ਤੰਗੀਆਂ ਤੁਰਸ਼ੀਆਂ ਸਾਰੀਆਂ ਚੀਜ਼ਾਂ ਆਉਣਗੀਆਂ ਤਾਂ ਉਹਨਾਂ ਨੂੰ ਹੱਸ ਕੇ ਖਿੜੇ ਮੱਥੇ ਪ੍ਰਵਾਨ ਕੀਤਾ ਬਸ ਆਪਦੇ ਕੰਮ 'ਚ ਲੱਗੇ ਰਹੇ ਇੱਛਾਵਾਂ ਕਿਹੜੀਆਂ ਪੂਰੀਆਂ ਕੀਤੀਆਂ ਇੱਛਾਵਾਂ ਇਹੀ ਮੈਨੂੰ ਮੈਂ ਕਹਿੰਦਾ ਸੀਗਾ ਵੀ ਮੈਂ ਜਿਵੇਂ ਟੀ ਵੀ 'ਤੇ ਆਵਾਂ ਟੀ ਵੀ 'ਤੇ ਆ ਰਿਹਾ ਅਤੇ ਫਿਲਮ ਬਸ ਆਹੀ ਸੀਗੇ ਆਰਟਿਸਟ ਬਣਨਾ ਹੀ ਸੀਗਾ ਵੀ ਆਈਏ ਫਿਲਮਾਂ 'ਚ ਕੰਮ ਕਰੀਏ
ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਪਰ ਮੈਨੂੰ ਲੱਗਦਾ ਅਜੇ ਸ਼ੁਰੂਆਤ ਹੀ ਆ ਇੱਕ ਤਰ੍ਹਾਂ ਦੀ ਮੈਂ ਸਕਸੈਸ ਮੈਨੂੰ ਇਹ ਹੁੰਦਾ ਵੀ ਸਕਸੈਸ ਸ਼ਬਦ ਨੂੰ ਆਪਾਂ ਕਦੇ ਵੀ ਡਿਫਾਈਨ ਨਹੀਂ ਕਰ ਸਕਦੇ ਔਰ ਬਾਕੀ ਉਹ ਨਿੱਕੀਆਂ ਨਿੱਕੀਆਂ ਖੁਸ਼ੀਆਂ ਜਿਹੜੇ ਮੈਂ ਆਪਦੀ ਮਦਰ ਲਈ ਹੁਣ ਜਦੋਂ ਕੋਈ ਚੀਜ਼ ਖਰੀਦਾਂ ਜਦੋਂ ਦੇਖਿਆ ਸੀ ਕਿ ਉਹ ਪਹਿਲਾਂ ਇੱਕ ਸੂਟ ਮੁਸ਼ਕਲ ਨਾਲ ਲੈਂਦੇ ਹੁੰਦੇ ਸੀ ਜਾਂ ਇੱਕ ਹੀ ਥਾਂ 'ਚੋਂ ਸਾਡੇ ਦੋਨਾਂ ਬ੍ਰਦਰ ਦੇ ਕੱਪੜੇ ਲੈ ਜਾਂਦੇ ਸੀ ਅਤੇ ਉਹ ਜਦੋਂ ਹੁਣ ਉਹਨਾਂ ਲਈ ਚੀਜ਼ਾਂ ਖਰੀਦਦੇ ਹਾਂ ਬਹੁਤ ਵਧੀਆ ਲੱਗਦਾ ਔਰ ਦੂਜੀ ਗੱਲ ਮੈਂ ਜਦੋਂ ਹੁਣ ਚੀਜ਼ਾਂ ਆਈਆਂ ਤਾਂ ਮੈਂ ਬੁਲਟ ਲਿਆ ਪਹਿਲਾਂ ਯਾਮਾ ਲਿਆ ਫਿਰ ਬੁਲਟ ਲਿਆ ਹੁਣ ਥਾਰ ਲਈ ਮੈਨੂੰ ਇਹ ਆ ਵੀ ਜੋ ਚੀਜ਼ ਮੈਂ ਕਾਲਜ ਟਾਈਮ ਨਹੀਂ ਇੰਜੋਏ ਕਰ ਪਾਇਆ ਉਹ ਚੀਜ਼ਾਂ ਬਿਲਕੁਲ ਪੂਰੀਆਂ ਕਰਨੀਆਂ ਮੈਂ ਹੁਣ ਇਹ ਚੀਜ਼ਾਂ ਸੁਣ ਕੇ ਵੀ ਚੰਗੀਆਂ ਲੱਗਦੀਆਂ ਕਿਉਂਕਿ ਜੀ ਅਸੀਂ ਮਿਹਨਤ ਕੀਤੀ ਹੈ ਤਾਂ ਅਸੀਂ ਸਾਨੂੰ ਮਿਲੀਆਂ ਨਹੀਂ ਨੇ ਅਸੀਂ ਆਪਣੀ ਮਿਹਨਤ ਕੀਤੀ ਉਹ ਵਧੀਆ ਲੱਗਦਾ ਹੁਣ ਸਾਰੀਆਂ ਪ੍ਰਿੰਸ ਭਾਈ ਤੁਹਾਡੇ ਕੋਲ ਆਨੇ ਆ ਮੇਰਾ ਅਸਲ 'ਚ ਸ਼ੁਰੂ ਤੋਂ ਨਾ ਜਦੋਂ ਨਾਟਕਾਂ ਦਾ ਮੇਰੇ ਬ੍ਰਦਰ ਨਾਟਕ ਕਰਨਾ ਚਾਹੁੰਦੇ ਸੀ ਅਤੇ ਉਹ ਕਰ ਨਹੀਂ ਪਾਏ ਘਰ ਦੀਆਂ ਜ਼ਿੰਮੇਵਾਰੀਆਂ ਉਹਨਾਂ ਨੇ ਮੈਨੂੰ ਨਾਟਕ ਕਰਨ ਲਾ ਤਾ ਮੈਨੂੰ ਥੀਏਟਰ ਦਾ ਬੜਾ ਸ਼ੌਂਕ ਸੀ ਉਹ ਪੂਰਾ ਸਵਾਦ ਲਿਆ ਉਦੋਂ ਬਾਅਦ ਸੀਗਾ ਵੀ ਯਾਰ ਕੋਈ ਕੰਮ ਕਾਰ ਹੋਣਾ ਚਾਹੀਦਾ ਤੁਸੀਂ ਐਂ ਕਰਕੇ ਵੀ ਇਹਦੇ 'ਚ ਪ੍ਰੋਪਰ ਥੀਏਟਰ ਜ਼ਰੂਰੀ ਵਾਲਾ ਹਿਸਾਬ ਤਾਂ ਹੈ ਨਹੀਂ ਪੈਸੇ ਪਹਿਲਾਂ ਹੈ ਨਹੀਂ ਮੈਂ ਸੀਗਾ ਜੱਟਾਂ ਦਾ ਸ਼ੋਰ ਅਤੇ ਕਰ ਲਿਆ ਮੈਂ ਰੈਡੀਮੇਡ ਦਾ ਕੰਮ ਬਿਨਾਂ ਸਿੱਖੇ ਮੇਰਾ ਕੰਮ ਉਹ ਵੀ ਬਹੁਤ ਵਧੀਆ ਚੱਲਿਆ ਬਹੁਤ ਵਧੀਆ ਚੱਲਿਆ ਵੀ 10-11 ਸਾਲ ਨਜ਼ਾਰੇ ਹੀ ਲੁੱਟੇ ਆ ਵਧੀਆ ਪੈਸੇ ਬਣਾਏ ਉਹ ਵੀ ਪੂਰੀ ਹੋਈ ਇੱਛਾ ਉਦੋਂ ਬਾਅਦ ਸੀਗਾ ਫਿਲਮਾਂ 'ਚ ਆਉਣ ਦਾ ਉਹ ਫਿਲਮਾਂ ਵਾਲੇ ਪਾਸੇ ਵੀ ਹੌਲੀ 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 ਇੱਧਰ ਨੂੰ ਆ ਗਏ ਅਤੇ ਸ਼ੌਂਕ ਜਦੋਂ ਪ੍ਰੋਫੈਸ਼ਨ ਬਣ ਜੇ ਉਹਦੇ ਪੈਸੇ ਆਉਣ ਲੱਗ ਜਾਣ ਉਹਦੇ ਨਾਲ ਜਿਹਦਾ ਰੀਸ਼ ਨਹੀਂ ਅਤੇ ਉਹਦੇ ਆਉਣ ਲੱਗ ਗਏ ਔਰ ਮੈਨੂੰ ਲੱਗਦਾ ਮੈਂ ਤਿੰਨੇ ਕੰਮ ਹੀ ਥੀਏਟਰ 'ਚ ਵੀ ਜਿੰਨੇ ਕੁ ਜੋਗੇ ਹੁੰਦੇ ਸੀ ਉਨੇ ਕੁ ਹੁੰਦਾ ਸੀ ਵੀ ਨਾਟਕ ਤਿਆਰ ਕਰਾਉਣਾ ਪੈਸੇ ਪੂਸੇ ਮਿਲ ਜਾਂਦੇ ਫਿਰ ਦੁਕਾਨ ਕੀਤੀ ਉਹ ਵੀ ਮੇਰਾ ਸ਼ੌਂਕ ਸੀ ਰੈਡੀਮੇਡ ਦਾ ਕੰਮ ਕਰਨ ਫਿਰ ਫਿਲਮਾਂ ਵਾਲੇ ਪਾਸੇ ਸੀਗਾ ਇਹ ਵੀ ਸ਼ੌਂਕ ਪਰ ਵਾਹਿਗੁਰੂ ਨੇ ਮਿਹਰ ਕੀਤੀ ਉਹ ਪੈਸਾ ਵੀ ਆਉਣ ਲੱਗ ਗਿਆ ਸਾਰਾ ਰੋਟੀ ਪਾਣੀ ਠੀਕ ਹੈ ਬਾਹਲੀ ਆਪਾਂ ਕੋਈ ਭੁੱਖ ਰੱਖਦੇ ਨਹੀਂ ਬਾਹਲੀ ਮੰਗ ਰੱਖਦੇ ਨਹੀਂ ਵੀ ਆਹ ਹੋਵੇ ਆਏ ਹੋਵੇ ਬਹੁਤ ਵਧੀਆ ਜਿੰਨਾ ਚੱਲੀ ਜਾਂਦੇ ਹਾਂ ਜਿੰਨਾ ਹਿਸਾਬ ਕਿਤਾਬ ਹੈ ਬਹੁਤ ਵਧੀਆ ਚੱਲਦਾ ਪਿਆ ਅੱਗੇ ਕੁਛ ਚੰਗਾ ਅਤੇ ਵੱਡਾ ਕਰਨ ਦੀ ਚਾਹਨਾ ਜ਼ਰੂਰ ਹੈ ਅਤੇ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਜੋ ਜੋ ਤੁਸੀਂ ਚਾਹੁੰਦੇ ਹੋ ਪੂਰੀਆਂ ਹੋਣ ਇੱਛਾਵਾਂ ਐਂਡ 23 ਸਤੰਬਰ ਨੂੰ ਸਭ ਤੋਂ ਪਹਿਲਾਂ ਤਾਂ ਸਿਨੇਮਾ ਘਰ ਜਾ ਕੇ ਲੋਕ ਫਟਾਫਟ ਉਹ ਸਾਰੇ ਹਾਲਸ ਭਰ ਦੇਣ ਹਾਊਸਫੁੱਲ ਜਾਣ ਕ੍ਰਿਮੀਨਲ ਵੇਖਣ ਦੇ ਲਈ ਕਿਉਂਕਿ ਇੱਕ ਐਸਾ ਕੰਟੈਂਟ ਪੰਜਾਬੀ ਇੰਡਸਟਰੀ ਦੇ ਵਿੱਚ ਆਇਆ ਕਿ ਜਿਹਦੀ ਲੋਕ ਡਿਮਾਂਡ ਕਰ ਰਹੇ ਸੀਗੇ ਇੱਛਾ ਲੋਕਾਂ ਦੀ ਤੁਸੀਂ ਪੂਰੀ ਕਰ ਰਹੇ ਹੋ ਤੁਹਾਡੀਆਂ ਇੱਛਾਵਾਂ ਜ਼ਰੂਰ ਪੂਰੀਆਂ ਹੋਣਗੀਆਂ ਇਨਸ਼ਾਅੱਲਾ ਲੇਕਿਨ ਜਿਹੜੀਆਂ ਲੋਕਾਂ ਦੀ ਇੱਛਾ ਤੁਸੀਂ ਪੂਰੀ ਕਰ ਰਹੇ ਹੋ ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਧੰਨਵਾਦ ਜੀ ਅਤੇ ਉਮੀਦ ਕਰਦੇ ਹਾਂ ਤੁਹਾਨੂੰ ਕ੍ਰਿਮੀਨਲ ਤੋਂ ਬਾਅਦ ਆਪਾਂ ਸਕਸੈਸ ਪਾਰਟੀ 'ਤੇ ਮਿਲੀਏ ਅਤੇ ਇੰਜੋਏ ਕਰੀਏ ਉੱਥੇ ਫਿਰ ਡਾਂਸ ਡੂੰਸ ਕਰੀਏ ਅਤੇ ਗੱਲਾਂ ਬਾਤਾਂ ਕਰਾਂਗੇ ਥੈਂਕ ਯੂ ਸੋ ਮਚ ਜੀ ਸਤਿ ਸ਼੍ਰੀ ਅਕਾਲ ਟੇਕ ਕੇਅਰ ਐਂਡ ਕੀਪ ਵਾਚਿੰਗ ਪੰਜਾਬੀ ਮੀਡੀਆ ਸਟੇ ਟਿਊਨਡ